ਡਿਪਰੈਸ਼ਨ ਵਰਡ ਆ ਉਹ ਬਿਲਕੁਲ ਨਾਰਮਲ, ਕਿਸੇ ਨੂੰ ਵੀ ਪੁੱਛ ਲਓ ਕੀ ਹੋਇਆ, ਮੈਂ ਤਾਂ ਡਿਪਰੈਸ਼ਨ ਤੋਂ ਗੁਜ਼ਰਿਆ। 40 ਸਾਲ ਪਹਿਲੇ ਦੇਖੋ ਡਿਪਰੈਸ਼ਨ ਸ਼ਬਦ ਹੀ ਨਹੀਂ ਸੀਗਾ। ਉਹ ਵਿਕਾਸ ਕਿੰਨਾ ਹੋ ਗਿਆ ਬਾਹਰੋਂ, ਮੋਬਾਈਲ ਕੰਪਿਊਟਰ ਫਲਾਈਟ ਡਿਵੈਲਪਮੈਂਟ ਇੰਨਾ ਹੋ ਗਿਆ, ਪਰ ਅੰਦਰੋਂ ਵਿਕਾਸ ਦੀ ਜਗ੍ਹਾ ਵਿਨਾਸ਼ ਹੋ ਗਿਆ। ਅਸੀਂ ਆਪਣੇ ਨੂੰ ਨਹੀਂ ਦੇਖਦੇ ਹਾਂ, ਅਸੀਂ ਦੂਜੇ ਨੂੰ ਦੇਖਦੇ ਹਾਂ। ਮੈਂ ਕਰਮ ਕਰ ਸਕਦਾ ਨਾ, ਮੈਂ ਮਿਹਨਤ ਕਰ ਸਕਦਾ, ਕਿ ਉਹ ਫਲ ਨਹੀਂ ਮਿਲ ਰਿਹਾ ਅਗਰ ਮੰਨ ਲਓ, ਅਤੇ ਮੈਂ ਅਟੈਚਮੈਂਟ ਕਰਕੇ ਬੈਠ ਦੁਖੀ ਹੋ ਗਿਆ। ਕਿਤੇ ਨਾ ਕਿਤੇ ਡਰਿੰਕਸ ਡਰੱਗਸ, ਫਿਰ ਉਹਦੇ ਬਾਅਦ ਰਿਲੇਸ਼ਨਸ਼ਿਪ, ਉਹਦੇ ਬਾਅਦ ਫਿਰ ਕੁਛ ਨਹੀਂ, ਕੈਰੀਅਰ ਬਰਬਾਦ, ਸੁਸਾਈਡ ਕਰ ਲੈਂਦੇ ਹਾਂ। ਸਭ ਤੋਂ ਵੱਧ ਅਸਰ ਜਿਹੜਾ ਆ ਉਹ ਸੋਸ਼ਲ ਮੀਡੀਆ ਦਾ ਪੈਂਦਾ ਆ ਡਿਪਰੈਸ਼ਨ 'ਚ ਜਾਣ ਦਾ। ਮੋਬਾਈਲ ਖੋਲੋ, ਸਭ ਗਾਈਡ ਨੇ, ਲਾਈਕ, ਤੁਸੀਂ ਇੰਨੇ ਮਲਟੀਪਲ ਗਾਈਡ ਲੈ ਲਏ, ਕੋਈ ਕੁਛ ਦੱਸ ਰਿਹਾ, ਕੋਈ ਕੁਛ ਦੱਸ ਰਿਹਾ। ਅੱਜ ਦੇ ਕੋਈ ਸਟੂਡੈਂਟਸ ਨੇ ਸਕੂਲ ਕਾਲਜ ਰਿਲੇਸ਼ਨਸ਼ਿਪ ਕਹਿੰਦੇ, ਉਹਨਾਂ ਨੂੰ ਰਿਲੇਸ਼ਨ ਦਾ ਮੀਨਿੰਗ ਨਹੀਂ ਦੱਸਿਆ। ਕਿੰਨੇ ਕੁ ਛੋਟੀ ਉਮਰ ਦੇ ਬੱਚੇ ਆਉਂਦੇ ਨੇ, 13 ਸਾਲ ਦਾ ਬੱਚਾ ਜਿਹੜੀ ਹੈ ਰਿਲੇਸ਼ਨਸ਼ਿਪ ਦੀ ਗੱਲ ਕਰਦਾ। ਜਿਹੜੀਆਂ ਘਰੇਲੂ ਔਰਤਾਂ ਆ, ਤੁਹਾਨੂੰ ਲੱਗਦਾ ਕਿ ਜਿਹੜੀਆਂ ਵਰਕਿੰਗ ਆ ਉਹਨਾਂ ਨਾਲੋਂ ਵੱਧ ਸਟ੍ਰੈਸ ਦੇ ਵਿੱਚ ਘਰੇਲੂ ਔਰਤਾਂ ਜਿਹੜੀਆਂ ਉਹ ਹੁੰਦੀਆਂ? ਬੱਚਿਆਂ ਦੇ ਨਾਲ ਮਾਂ ਚੱਲਦਿਆਂ ਨੇ, ਉਹਨਾਂ ਦਾ ਜਿਹੜਾ ਕਿਧਰੇ ਨਾ ਕਿਧਰੇ ਮਾਈਗ੍ਰੇਨ ਪੇਨ ਹੈਡੇਕ, ਉਹ ਫਿਰ ਜੈਲਸੀ ਅਲੱਗ ਐਤਿਆ ਨਾ, ਉਸ ਵੱਡੀ ਕੰਪਨੀ 'ਚ ਕੰਮ ਕਰਦੀ ਹੈ, ਇਹਦਾ ਬੇਟਾ ਤਾਂ ਅਮਰੀਕਾ ਹੈਗਾ। ਕਿਧਰੇ ਨਾ ਕਿਤੇ ਰਿਸ਼ਤੇ ਤੋਂ ਦੂਰ ਵੀ ਜਿਹੜਾ ਜੋਬ ਵਾਲੀ ਹੋ ਜਾਂਦੇ ਨੇ। ਹੁਣ ਹਸਬੈਂਡ ਬਾਹਰ ਜਾ ਰਿਹਾ, ਈਗੋ ਕਲੈਸ਼ ਹੁੰਦੀ ਹੈ, ਬਾਹਰ ਕਿਧਰੇ ਰਿਲੇਸ਼ਨ ਬਣਿਆ, ਪਤਨੀ ਨੂੰ ਕੁਛ ਸਮਝਦੇ ਨਹੀਂ, ਉਹ ਕੁਛ ਕਰਨੇ ਨਹੀਂ, ਫਿਰ ਡਾਈਵੋਰਸ ਦੀ ਸਟੇਟ ਆ ਜਾਂਦੀ ਹੈ, ਮਾਂ ਦੇ ਨਾਲ ਬੱਚੇ ਹੋ ਗਏ, ਉਹਦੇ ਕੋਲ ਪੈਸੇ ਵੀ ਨਹੀਂ ਹੈਗੇ। ਬੱਚੇ ਨੂੰ ਫਿਰ ਵੀ ਮਾਂ ਹੀ ਦੇਖਦੀ ਆ। ਅਸੀਂ ਪਿਓ ਨੂੰ ਕਹਿ ਦਈਏ ਨਾ ਕਿ ਪਹਿਲੇ 5 ਸਾਲ ਤੂੰ ਵੱਡਾ ਕਰਕੇ ਦਿਖਾ, ਕੋਈ ਪਿਓ ਨਹੀਂ ਕਰ ਸਕਦਾ ਵੱਡਾ। ਬੱਚੇ ਕਹਿੰਦੇ ਕਿ ਸਾਡੇ ਮਾਪੇ ਸਾਨੂੰ ਸਮਝਦੇ ਨਹੀਂ ਹੋ, ਮਾਪੇ ਕਹਿੰਦੇ ਬੱਚੇ ਸਾਡੀ ਸੁਣਦੇ ਨਹੀਂ ਹੋ। ਪੇਰੈਂਟਸ ਆਪਣੀ ਲਕੀਰ 'ਤੇ ਚੱਲ ਰਹੇ ਨੇ, ਉਹ ਐਂ ਨਹੀਂ ਦੇਖਦੇ 25 ਸਾਲ ਪਹਿਲੇ ਜਦੋਂ ਸੀਗੇ ਔਰ ਅੱਜ ਅਸੀਂ ਜਦੋਂ ਬੱਚੇ ਸੀ ਜਵਾਨ ਸੀ, 25 ਸਾਲ ਹੀ ਬਹੁਤ ਵੱਡਾ ਗੈਪ ਆ ਗਿਆ। ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ। ਅਸੀਂ ਪਿਆਰ ਕਿਹਨੂੰ ਕਹਿੰਦੇ ਹਾਂ? ਤੂੰ ਮੇਰੇ ਲਈ ਕੁਛ ਕਰ, ਮੈਂ ਤੇਰੇ ਲਈ ਕੁਛ ਕਰਾਂਗਾ। ਤੂੰ ਮੇਰੇ ਕੋਲ ਆਇਆ ਸੀਗਾ ਹੋਸਪਿਟਲ, ਮੈਂ ਵੀ ਆਵਾਂਗਾ। ਤੂੰ ਮੈਨੂੰ ਬਰਥਡੇ ਗਿਫਟ ਦਿੱਤਾ, ਮੈਂ ਵੀ ਦਿਆਂਗਾ। ਜ਼ਿਆਦਾ ਧਿਆਨ ਕਰਨ ਜਾਵਾਂਗੇ, ਬ੍ਰੇਨ ਸਟ੍ਰੈਸ ਆ ਜਾਏਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਨੀਲਮ ਕੁਈਨ। ਪ੍ਰਾਈਮ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅੱਜ ਦਾ ਪ੍ਰੋਗਰਾਮ ਇਸ ਲਈ ਸਪੈਸ਼ਲ ਆ ਕਿਉਂਕਿ ਜੋ ਸ਼ਖਸੀਅਤ ਇਸ ਵੇਲੇ ਸਟੂਡੀਓ 'ਚ ਨਾਲ ਮੌਜੂਦ ਆ, ਜਿਨ੍ਹਾਂ ਨਾਲ ਅਸੀਂ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਤੁਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਬਹੁਤ ਸਾਰਾ ਕੁਐਸਚਨਸ ਇੱਥੇ ਰੱਖੇ ਹੋਏ ਨੇ, ਦਿਮਾਗ ਦੇ ਵਿੱਚ ਰੱਖੇ ਹੋਏ ਆ, ਆਹ ਚੀਜ਼ ਨੂੰ ਮੈਂ ਕਿੱਦਾਂ ਕਰਨਾ, ਮੈਨੂੰ ਤਾਂ ਟੈਨਸ਼ਨ ਬਹੁਤ ਆ, ਅਸੀਂ ਕੁਛ ਚੀਜ਼ ਨੂੰ ਅਚੀਵ ਕਰਨਾ ਪਰ ਕਨਫਿਊਜ਼ਨ ਬਹੁਤ ਆ, ਇਹ ਸਾਰੇ ਜਿਹੜੇ ਕੁਐਸਚਨਸ ਤੁਹਾਡੇ ਦਿਮਾਗ ਦੇ ਵਿੱਚ ਆ, ਉਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਆ ਅੱਜ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਮਿਲਣੇ ਆ, ਇਹ ਮੇਰੀ ਗਰੰਟੀ ਆ। ਮਾਸਟਰ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੀਆਂ ਗੱਲਾਂ, ਜਿਨ੍ਹਾਂ ਦੇ ਜੋ ਵਿਚਾਰ ਆ ਉਹਨਾਂ ਨੇ ਬਹੁਤਿਆਂ ਨੂੰ ਮੋਟੀਵੇਟ ਕੀਤਾ, ਬਹੁਤਿਆਂ ਨੂੰ ਜੇ ਸਿੱਧੀ ਭਾਸ਼ਾ 'ਚ ਬੋਲੀਏ ਕਿ ਦੁੱਖਾਂ ਤੋਂ ਦੂਰ ਕੀਤਾ ਆ, ਪੋਜ਼ਿਟਿਵਿਟੀ ਜਿਹੜੀ ਆ ਉਹਨਾਂ ਦੇ ਅੰਦਰ ਹੁਣ ਭਰ ਚੁੱਕੀ ਆ ਅਤੇ ਉਹਨਾਂ ਤੋਂ ਪੋਜ਼ਿਟਿਵ ਵਾਈਬਸ ਆਉਂਦੀਆਂ ਜਿਹੜੇ ਉਹਨਾਂ ਦੇ ਘੇਰੇ ਦੇ ਵਿੱਚ ਹੈਗੇ ਆ। ਸਵਾਗਤ ਕਰਦੇ ਹਾਂ ਮਾਸਟਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਏਸ਼ੀਆ ਟੀਵੀ 'ਤੇ। ਕੀ ਹਾਲ ਚਾਲ ਆ ਜੀ ਤੁਹਾਡਾ? ਬਹੁਤ ਵਧੀਆ। ਮੈਂ ਇਹ ਕਹਿ ਦਿੱਤਾ ਕਿ ਜਿਹੜੇ ਇਸ ਵੇਲੇ ਸਾਡੇ ਦੇਖਣ ਵਾਲੇ ਨੇ, ਦਰਸ਼ਕ ਨੇ, ਉਹਨਾਂ ਦੇ ਜਵਾਬ ਜਿਹੜੇ ਆ ਉਹਨਾਂ ਨੂੰ ਇਸ ਪ੍ਰੋਗਰਾਮ ਤੋਂ, ਤੁਹਾਡੀਆਂ ਗੱਲਾਂ ਤੋਂ ਮਿਲ ਜਾਣੇ ਆ, ਕਿਉਂਕਿ ਹਰ ਕਿਸੇ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੈਗੇ ਆ। ਉਹ ਦੂਜਿਆਂ ਤੋਂ ਵੱਧ ਪੁੱਛਦੇ ਆ, ਆਪਣੇ ਆਪ ਤੋਂ ਘੱਟ ਪੁੱਛਦੇ ਆ, ਕਿ ਉਹਨਾਂ ਦੇ ਅੰਦਰ ਮੇਰੇ ਖਿਆਲ 'ਚ ਸਵਾਲਾਂ ਦੇ ਜਵਾਬ ਸਾਰੇ ਹੁੰਦੇ ਹੀ ਆ। ਪਰ ਇਸ ਤੋਂ ਪਹਿਲਾਂ ਸਟਾਰਟਿੰਗ 'ਚ ਤੁਹਾਨੂੰ ਮੈਂ ਇਹ ਪੁੱਛੂੰਗੀ ਕਿ ਤੁਹਾਡੇ ਅਕੋਰਡਿੰਗ ਸੈਟਿਸਫੈਕਸ਼ਨ ਦਾ ਮਤਲਬ ਕੀ ਆ, ਕੀ ਡੈਫੀਨੇਸ਼ਨ ਆ? ਦੇਖੋ, ਸੈਟਿਸਫੈਕਸ਼ਨ ਅਸੀਂ ਕਹਿੰਦੇ ਹਾਂ ਜਿਹਨੂੰ ਸੰਤੋਸ਼ ਜੀ, ਸੰਤੋਸ਼ ਹੁੰਦਾ ਕਿ ਬਈ ਬਸ
ਰਜਾ ਹੋ ਗਈ, ਰਾਜੀ ਹੋ ਗਿਆ ਮੈਂ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਕਿਸੇ ਦਾ ਸੀਮਾ ਰੱਖਦੇ ਹਾਂ, ਲਿਮਿਟ। ਸੰਤੋਸ਼ ਤਾਂ ਹੀ ਹੋ ਸਕਦਾ ਜੇ ਸਾਡੀ ਲਿਮਿਟ ਹੀ ਨਹੀਂ ਹੈ, ਫਿਰ ਸੰਤੋਸ਼ ਕਿਧਰੋਂ ਹੋਏਗਾ। ਅਸੀਂ ਸੰਸਾਰ ਵਿੱਚ ਦੌੜੇ ਜਾਈਏ, ਕੋਈ ਲਿਮਿਟ ਹੀ ਨਹੀਂ ਹੈ, ਤੇ ਫਿਰ ਸੰਤੋਸ਼ ਕਦੀ ਨਹੀਂ ਆ ਸਕਦਾ। ਅੱਜ ਅਸੀਂ ਦੇਖਦੇ ਹਾਂ ਕਿ ਜ਼ਿੰਦਗੀ ਇੰਨੀ ਲੰਬੀ ਚੱਲਦੀ ਹੈ, 60 ਸਾਲ, 70 ਸਾਲ, 80 ਸਾਲ ਉਮਰ ਹੋ ਗਈ, ਸੰਤੋਸ਼ ਨਹੀਂ ਹੈ। ਕਿਉਂ? ਲਿਮਿਟ ਹੀ ਨਹੀਂ ਹੈ, ਸੀਮਾ ਹੀ ਨਹੀਂ ਹੈ। ਕਦੀ ਅਸੀਂ ਸਮਝੇ ਸੀਗੇ ਕਿ ਬਈ ਇਹ ਸਰੀਰ ਜਿਹੜਾ ਮਿਲਿਆ ਹੈ, ਇਹ ਜਿਹੜੀ ਜ਼ਿੰਦਗੀ ਮਿਲੀ ਹੈ, ਜੋ ਗੁਰੂ ਸਾਹਿਬ ਬਾਰ ਬਾਰ ਕਹਿ ਰਹੇ ਕਿ ਜ਼ਿੰਦਗੀ ਕਿਉਂ ਮਿਲੀ ਹੈ, ਅਤੇ ਇਹ ਜੀਵਨ ਜਿਹੜਾ ਹੈ ਜਨਮ ਤੋਂ ਮ੍ਰਿਤਿਯੂ ਤੱਕ ਦਾ ਸਾਨੂੰ ਸਮਝ ਆ ਜਾਏ ਤਾਂ ਸਾਨੂੰ ਸੰਤੋਸ਼ ਹੀ ਸੰਤੋਸ਼ ਹੈ। ਸਾਡੀ ਨੀਡਸ ਜਿਹੜੀਆਂ ਨੇ ਉਹ ਕੀ ਹੈਗੀਆਂ, ਸਾਡੀ ਡਿਜ਼ਾਇਰਸ ਜਿਹੜੀਆਂ ਹੈਗੀਆਂ ਨੇ ਉਹਨੂੰ ਕਿਵੇਂ ਨਾਲ ਅਸੀਂ ਚੱਲਣਾ ਹੈ, ਉਹਦੇ ਨਾਲ ਅਟੈਚਮੈਂਟ ਕਿੰਨੀ ਰੱਖਣੀ ਹੈ, ਅਤੇ ਇਹ ਜਦੋਂ ਤੱਕ ਨਹੀਂ ਹੋਏਗਾ ਸੰਤੋਸ਼ ਨਹੀਂ ਆ ਸਕਦਾ। ਸਾਨੂੰ ਜਦੋਂ ਤੱਕ ਆਪਣੇ ਨਿਯਮ ਨਹੀਂ ਪਤਾ, ਅਸੀਂ ਜਨਮ ਤਾਂ ਲੈ ਲਿਆ ਪਰ ਜਨਮ ਕਿਉਂ ਹੋਇਆ, ਜਦੋਂ ਤੱਕ ਸਾਨੂੰ ਜੀਵਨ ਦਾ ਹੀ ਨਹੀਂ ਪਤਾ, ਸਾਨੂੰ ਇੰਸਟਰੂਮੈਂਟ ਦਾ ਨਹੀਂ ਪਤਾ ਜਿਹੜਾ ਆਇਆ ਹੈ, ਅਤੇ ਇਹਦਾ ਕੀ ਹੈਗਾ, ਜਿਹਨੂੰ ਅਸੀਂ ਭਾਗਯ ਕਹਿੰਦੇ ਹਾਂ, ਕੀ ਭਾਗਯ। ਇੱਕ ਬੱਚਾ ਮਾਂ ਤੋਂ, ਗਰਭ ਤੋਂ ਪੈਦਾ ਹੁੰਦਾ ਕਿਸੇ ਬੈਗੜ ਦੇ ਉੱਤੇ, ਕੋਈ ਸ਼ਾਹੂਕਾਰ ਕੋਲ, ਇਹ ਕੀ ਖੇਲ ਹੈ। ਜ਼ਿੰਦਗੀ ਦਾ ਅਗਰ ਸਕੇਲ ਸਮਝ ਆ ਜਾਏ ਤਾਂ ਫਿਰ ਸੰਤੋਸ਼ ਹੀ ਸੰਤੋਸ਼ ਹੈ, ਫਿਰ ਸੰਤੋਸ਼ ਆ ਗਿਆ। ਜੇ ਖੇਲ ਹੀ ਨਹੀਂ ਸਮਝ ਆਇਆ, ਸੰਤੋਸ਼ ਕਦੋਂ ਆਏਗਾ? ਵੱਧਦੇ ਜਾਵਾਂਗੇ, ਸੀਮਾ ਕਦੀ ਰਹੇਗੀ ਨਹੀਂ, ਤਾਂ ਦੁੱਖ ਹੀ ਦੁੱਖ ਹੈ। ਮਾਸਟਰ ਜੀ, ਮੈਨੂੰ ਲੱਗਦਾ ਕਿ ਅੱਜ ਕੱਲ੍ਹ ਬਹੁਤੇ ਲੋਕਾਂ ਨੂੰ ਆਪਣੀ ਨੀਡ ਅਤੇ ਡਿਜ਼ਾਇਰ ਦੇ ਵਿੱਚ ਫਰਕ ਨਹੀਂ ਪਤਾ ਲੱਗ ਰਿਹਾ। ਜੇ ਯੰਗਸਟਰਸ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਵੀ ਪਤਾ ਲੱਗ ਰਿਹਾ, ਉਹ ਮਿਕਸ ਹੋਈ ਜਾ ਰਿਹਾ, ਸਾਰਾ ਕੁਛ ਤਣਾਅ ਦੇ ਨਾਲ ਉਹ ਭਰੇ ਹੋਏ ਨੇ। ਮੈਨੂੰ ਲੱਗਦਾ ਜਿਹੜਾ ਡਿਪਰੈਸ਼ਨ ਵਰਡ ਆ ਉਹ ਬਿਲਕੁਲ ਨੋਰਮਲ ਹੋ ਗਿਆ ਆ। ਕਿਸੇ ਨੂੰ ਵੀ ਪੁੱਛ ਲਓ ਕੀ ਹੋਇਆ, ਮੈਂ ਤਾਂ ਡਿਪਰੈਸ਼ਨ ਤੋਂ ਗੁਜ਼ਰ ਰਿਹਾ। ਨੌਜਵਾਨਾਂ ਦੇ ਅੰਦਰ ਇਹ ਚੀਜ਼ ਬਹੁਤ ਵੱਧ ਰਹੀ ਆ। ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਹੈਗੇ ਆ ਜੋ ਇਹਦੇ ਵਿੱਚੋਂ ਕਨਫਿਊਜ਼ਨ ਨਹੀਂ ਨਿਕਲ ਰਹੀ, ਜਾਂ ਇਸ ਚੀਜ਼ ਦੇ ਵਿੱਚ ਉਹ ਵੱਧ ਘੁਸੀ ਜਾ ਰਹੇ ਆ, ਫਸੀ ਜਾ ਰਹੇ ਆ? ਹੁਣ ਤਾਂ ਕਾਰਨ ਫਿਰ ਕਹਿ ਰਿਹਾ ਨਾ, ਦੇਖੋ ਜਦੋਂ ਤੱਕ ਤੁਸੀਂ ਸਮਝੋਗੇ ਨਹੀਂ, ਆਪਣੇ ਆਪ ਨੂੰ ਹੀ ਨਹੀਂ ਸਮਝੋਗੇ। ਮੰਨ ਲਓ ਅਸੀਂ ਅੱਜ ਤੋਂ ਸਮਝ ਲਓ 30-40 ਸਾਲ ਪਹਿਲੇ ਜਾਈਏ, 30-40 ਈਅਰਸ ਬੈਕ, ਅਸੀਂ ਆਪਣੀ ਮਾਂ ਪਿਓ ਤੋਂ ਪੁੱਛੀਏ ਕਿ ਤੁਹਾਡੇ ਵਕਤ ਕੀ ਸੀਗਾ। ਅੱਜ ਤੋਂ 30-40 ਸਾਲ ਪੈਸੇ ਜਾਏ, 35 ਸਾਲ ਪਹਿਲੇ ਨਾ ਮੋਬਾਈਲ ਸੀ, ਨਾ ਕੰਪਿਊਟਰ ਸੀ, ਅਤੇ ਨਾ ਜਿਹੜੀ ਹੈ ਕੋਈ ਇੰਨੀ ਗੱਡੀਆਂ ਸੀਗੀਆਂ, ਨਾ ਕੋਈ ਫਲਾਈਟਾਂ 'ਤੇ ਇੰਨੇ ਜਾਂਦੇ ਸੀਗੇ, ਅਤੇ ਕੁਛ ਵੀ ਨਹੀਂ ਸੀਗਾ। ਪਰਿਵਾਰ ਦੇ ਅੰਦਰ ਪੁੱਛਾਂਗੇ ਨਾ ਤਾਂ ਸਾਰੇ ਘਰ ਦੇ ਪਰਿਵਾਰ ਦੇ ਲੋਕ ਬੈਠਦੇ ਸੀ, ਇਕੱਠੇ ਖਾਂਦੇ ਸੀ, ਮੌਜ ਕਰਦੇ ਸੀ। ਸਿਰ ਇੱਕ ਦੂਰਦਰਸ਼ਨ ਦਾ ਪ੍ਰੋਗਰਾਮ ਇਤਵਾਰ ਨੂੰ ਆਉਂਦਾ ਸੀਗਾ, ਉਹਦੇ 'ਚ ਹੀ ਮੌਜ ਆਉਂਦੀ, ਜਦੋਂ ਜੁਆਇੰਟ ਫੈਮਿਲੀ ਸੀ। ਅੱਛਾ, ਉਸ ਟਾਈਮ ਕੀ ਸੀ, ਮੰਨ ਲਓ ਕੁਛ ਪਰੇਸ਼ਾਨੀ ਆਈ, ਬੂਆ ਕੋਲ ਗੱਲ ਹੋ ਗਈ, ਚਾਚੀ ਕੋਲ, ਮਾਮੀ ਕੋਲ, ਮਾਸੀ ਕੋਲ, ਮਾਮਾ ਕੋਲ, ਫੂਫਾ ਕੋਲ ਗੱਲ ਆਉਂਦੀ ਸੀ, ਸ਼ੇਅਰ ਹੋ ਜਾਂਦੀ ਸੀ, ਰਿਲੈਕਸ ਆ ਜਾਂਦੀ ਸੀ। ਅੱਜ ਜਿਹੜਾ ਦੇਖੋ ਵਿਕਾਸ ਕਿੰਨਾ ਹੋ ਗਿਆ, ਬਾਹਰੋਂ ਮੋਬਾਈਲ, ਕੰਪਿਊਟਰ, ਫਲਾਈਟ, ਡਿਵਲਪਮੈਂਟ ਇੰਨਾ ਹੋ ਗਿਆ, ਪਰ ਅੰਦਰੋਂ ਵਿਕਾਸ ਦੀ ਜਗ੍ਹਾ ਵਿਨਾਸ਼ ਹੋ ਗਿਆ, ਖੁਸ਼ੀਆਂ ਚਲੀ ਗਈਆਂ। ਕਾਰਨ ਕੀ ਹੈ, ਬਾਹਰੋਂ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਨੇ ਨਾ, ਉਹ ਜ਼ਰੂਰਤਾਂ ਤੋਂ ਵੱਧ ਅਸੀਂ ਵੱਧਦੇ ਜਾ ਰਹੇ ਹਾਂ। ਸਾਨੂੰ ਦੇਖਦੇ ਦੂਜੇ ਨੂੰ, ਅਸੀਂ ਆਪਣੇ ਨੂੰ ਨਹੀਂ ਦੇਖ ਰਹੇ ਹਾਂ, ਅਸੀਂ ਦੂਜੇ ਨੂੰ ਦੇਖ ਰਹੇ ਹਾਂ। ਦੂਜੇ ਨੂੰ ਦੇਖਣੇ ਕੋਈ ਪ੍ਰੋਬਲਮ ਨਹੀਂ ਹੈ, ਇੱਛਾ ਆ ਗਈ, ਪਰ ਇੱਛਾ ਆ ਗਈ ਉਹਦੇ ਅੰਦਰ ਅਟੈਚਮੈਂਟ ਕਿਉਂ ਰੱਖੀ ਹੋਈ ਹੈ? ਅਟੈਚਮੈਂਟ ਰੱਖੀ ਹੋਈ ਹੈ, ਇਸ ਲਈ ਦੁਖੀ ਹੈ ਗਿਆ। ਸੰਤੋਸ਼ ਕਿਉਂ ਨਹੀਂ ਆ ਰਿਹਾ? ਕਿਉਂਕਿ ਅਟੈਚਮੈਂਟ, ਡਿਜ਼ਾਇਰ ਨਾਲ ਅਟੈਚਮੈਂਟ ਹੋ ਗਈ। ਮੈਂ ਕਰਮ ਕਰ ਸਕਦਾ ਨਾ, ਮੈਂ ਮਿਹਨਤ ਕਰ ਸਕਦਾ, ਕਿ ਉਹ ਫਲ ਨਹੀਂ ਮਿਲ ਰਿਹਾ ਅਗਰ ਮੰਨ ਲਓ, ਅਤੇ ਮੈਂ ਅਟੈਚਮੈਂਟ ਕਰਕੇ ਬੈਠ ਦੁਖੀ ਹੋ ਗਿਆ। ਅਗਰ ਦੁੱਖ ਵੱਧ ਗਿਆ, ਲਗਾਤਾਰ ਵੱਧਦਾ ਗਿਆ, ਉਹ ਡਿਪਰੈਸ਼ਨ ਹੋ ਗਿਆ। ਡਿਪਰੈਸ਼ਨ ਵੱਧਦਾ ਗਿਆ, ਫਿਰ ਪਤਾ ਹੀ ਅੱਜ ਕੀ ਹੋ ਰਿਹਾ, ਡਿਪਰੈਸ਼ਨ ਵੱਧ ਰਿਹਾ ਜੀ, ਦੁੱਖ ਵੱਧਦਾ ਜਾ ਰਿਹਾ, ਸਟ੍ਰੈਸ ਵੱਧ ਗਈ ਹੈ, ਅਤੇ ਉਸਦੇ ਬਾਅਦ ਕਿਤੇ ਨਾ ਕਿਤੇ ਡਰਿੰਕਸ, ਡਰੱਗਸ, ਫਿਰ ਉਹਦੇ ਬਾਅਦ ਰਿਲੇਸ਼ਨਸ਼ਿਪ, ਔਰ ਉਹਦੇ ਬਾਅਦ ਫਿਰ ਕੁਛ ਨਹੀਂ, ਕੈਰੀਅਰ ਬਰਬਾਦ, ਸੁਸਾਈਡ ਕਰ ਲੈਂਦੇ ਹਾਂ। ਅਤੇ ਦੇਖੋ
ਸਾਨੂੰ ਪਤਾ ਹੀ ਨਹੀਂ ਨਾ ਸਿਸਟਮ ਮਿਟਦਾ, ਇੱਥੇ ਤੱਕ ਸਾਨੂੰ ਨਹੀਂ ਪਤਾ ਸਰੀਰ ਇੰਨਾ ਕੀਮਤੀ ਹੈ, ਸਰੀਰ ਮਰ ਜਾਏ ਸਾਰੀ ਦੁਨੀਆਂ ਦੀ ਦੌਲਤ ਦੇ ਕੇ ਇੱਕ ਮਿੰਟ ਨਹੀਂ ਮਿਲਦਾ। ਅਤੇ ਇਹਨੂੰ ਗੁਰੂ ਸਾਹਿਬ ਨੇ ਕਿਹਾ ਅਮੁੱਲ ਖਜ਼ਾਨਾ, ਅਮੁੱਲ ਅਤੇ ਅਮੂਲ ਹੈ ਨਾ, ਇਹਦੀ ਵੈਲਿਊ ਜਿਹੜੀ ਹੈ ਸਾਨੂੰ ਪਤਾ ਨਹੀਂ ਹੈ। ਇਹਨੂੰ ਇੱਥੇ ਤੱਕ ਮਾਰਨ ਦੀ ਸੋਚ ਲੈਂਦੇ ਅਤੇ ਇਹਨੂੰ ਮਾਰ ਕੇ ਸਾਨੂੰ ਪਤਾ ਹੈ ਕਿ ਵੀ ਮੇਰੀ ਨੌਕਰੀ ਲੱਗ ਜਾਏਗੀ, ਮੇਰੀ ਨੌਕਰੀ ਨਹੀਂ ਲੱਗ ਰਹੀ, ਜਾਂ ਮੇਰੀ ਸ਼ਾਦੀ ਹੋ ਜਾਏਗੀ ਕਿਸੇ, ਉਹ ਇਹਨੂੰ ਪ੍ਰਿੰਸ ਮਿਲ ਜਾਏ, ਪ੍ਰਿੰਸੈਸ ਮਿਲ ਜਾਊਗੀ, ਸਾਨੂੰ ਪਤਾ ਹੀ ਨਹੀਂ। ਗੁਰੂ ਸਾਹਿਬ ਕਹਿੰਦੇ 184 ਕਿ ਮਰ ਕੇ ਕੀਟ ਪਤੰਗਾ ਬਣੇਗਾ, ਜਾਨਵਰ ਬਣ ਜਾਏਗਾ। ਪਤਾ ਲੱਗੇ ਮਾਰਨ ਦੇ ਬਾਅਦ ਅਸੀਂ ਕੁੱਤਾ ਬਣ ਕੇ ਘਰ ਦੇ ਬਾਹਰ ਹੀ ਖੜ੍ਹੇ ਹੋ ਗਏ, ਕਊਆ ਬਣ ਕੇ ਗ੍ਰਿਲ 'ਤੇ ਖੜ੍ਹੇ ਹੋ ਗਏ। ਸਾਨੂੰ ਇੰਨਾ ਵੀ ਗਿਆਨ ਨਹੀਂ ਹੈ ਜੀਵਨ ਦਾ, ਉਹੀ ਉਹ ਗੁਰੂ ਸਾਹਿਬ ਕਹਿ ਰਹੇ ਨਾ, ਦੇਖੋ ਤਾਂ ਸਮਝਣਾ ਇਸ ਇੰਸਟਰੂਮੈਂਟ ਦੇ ਬਾਰੇ। ਅਤੇ ਫਿਰ ਇਹ ਦੁੱਖ ਜਿਹੜਾ ਹੈਗਾ ਜੋ ਵੱਧਦਾ ਵੱਧਦਾ ਡਿਪਰੈਸ਼ਨ ਬਣ ਜਾਂਦਾ, ਥੋਟ ਕਿਧਰੇ ਪਤਾ ਹੀ ਲੱਗਦਾ, ਓਵਰ ਥਿੰਕਿੰਗ ਚੱਲ ਰਹੀ ਹੈ, ਅਤੇ ਇਹ ਸਮਝ ਆ ਜਾਏ ਕਿ ਨੀਡ ਪਹਿਲੀ ਜ਼ਰੂਰਤ ਜਿਹੜੀ ਹੈ ਸਾਨੂੰ, ਜਿਹੜੀ ਬੋਡੀ ਲਈ ਜ਼ਰੂਰਤ ਹੈ ਨਾ, ਰੋਟੀ ਕੱਪੜਾ ਮਕਾਨ ਕਹਿੰਦੇ। ਫਿਰ ਉਹਦੇ ਬਾਅਦ ਸਾਡੀ ਜਿਹੜੀ ਹੈ ਡਿਜ਼ਾਇਰ, ਡਿਜ਼ਾਇਰ ਕਰੋ ਨਾ, ਨੋ ਪ੍ਰੋਬਲਮ, ਕਰਮ ਕਿੱਦਾਂ ਕਰਾਂਗੇ, ਡਿਜ਼ਾਇਰ ਹੋਏਗੀ ਤਾਂ ਕੁਛ ਕਰਾਂਗੇ, ਪਰ ਫਲ ਨਹੀਂ ਮਿਲਿਆ, ਅਟੈਚਮੈਂਟ ਕਿਉਂ ਕਰ ਰਹੇ ਹੋ, ਐਨਾਲਾਈਜ਼ ਕਰੋ ਕਿਧਰੇ ਗਲਤੀ ਹੋ ਗਈ, ਗਲਤੀ ਹੋ ਗਈ ਨਾ ਐਨਾਲਾਈਜ਼ ਕਰੋ, ਅਗਲੀ ਵਾਰ ਨਹੀਂ ਹੋਏ, ਅੱਗੇ ਵੱਧ ਜਾਓ। ਹੁਕਮ ਦੇ ਅੰਦਰ ਸਭ, ਹੁਕਮ ਦੇ ਬਾਹਰ ਨਾ ਕੋਏ, ਹੁਕਮ ਰਜਾਈ ਚੱਲਣਾ, ਬਈ ਹੁਕਮ ਦੇ ਅੰਦਰ ਸਭ ਹੈ ਪਰ ਰਜਾਈ ਵਿੱਚ ਰਹਿ, ਰਜਾਈ ਜਿਹੜਾ ਗੁਰੂ ਸਾਹਿਬ ਕਹਿ ਰਹੇ ਨਾ, ਅਤੇ ਸਮਝ ਆ ਜਾਏ ਆਪਣੀ, ਅਤੇ ਫਿਰ ਡਿਪਰੈਸ਼ਨ ਵਧਾ ਉਹ ਸ਼ਬਦ। 40 ਸਾਲ ਪਹਿਲੇ ਦੇਖੋ ਡਿਪਰੈਸ਼ਨ ਸ਼ਬਦ ਹੀ ਨਹੀਂ ਸੀਗਾ, ਕਿਉਂ ਡਿਜ਼ਾਇਰ ਜਿਹੜੀਆਂ ਨਹੀਂ ਸੀ, ਕਿਸੇ ਕੋਲ ਹੈਗਾ ਨਹੀਂ ਸੀ, ਇੱਛਾਵਾਂ ਨਹੀਂ ਆਉਂਦੀਆਂ ਨਹੀਂ ਸੀ, ਪਿਆਰ ਸੀਗਾ, ਆਪਸ ਹੀ ਜੁੜਿਆ ਹੋਇਆ, ਉਹ ਜਿਹੜਾ ਪਿਆਰ ਮਰਦਾ ਜਾ ਰਿਹਾ, ਬਾਹਰ ਦਾ ਵਿਕਾਸ ਹੋ ਰਿਹਾ, ਅੰਦਰ ਦਾ ਵਿਨਾਸ਼ ਹੋ ਰਿਹਾ। ਅਤੇ ਆਪਣਾ ਗਿਆਨ, ਆਪਣੇ ਜੀਵਨ ਦਾ ਗਿਆਨ ਆ ਜਾਏ ਅਤੇ ਮੌਜ ਹੈ, ਡਿਪਰੈਸ਼ਨ ਖਤਮ। ਹਜ਼ਾਰਾਂ ਲੱਖਾਂ 'ਤੇ 16 ਸਾਲ ਪਹਿਲੇ ਮੈਂ ਐਕਸਪੈਰੀਮੈਂਟ ਕੀਤਾ, ਔਰ 2023 ਦੇ ਅੰਦਰ ਹੀ ਮੈਂ ਦੇਖੋ ਪਬਲਿਕ ਆਇਆ ਕਿ 10 ਸਾਲ ਦੇ ਬੱਚੇ ਤੋਂ 80 ਸਾਲ ਦੀ ਦਾਦੀ ਤੱਕ ਪੂਰਾ ਇੰਜੋਏ ਕਰੇ, 4-4 ਜਣੇ ਨੱਚ ਰਿਹਾ ਨੇ। ਸਿਰਫ ਕੀ ਹੈ, ਸਮਝ ਗਏ ਬਾਹਰੋਂ ਘੱਟ ਹੈ ਵੱਧ ਹੈ, ਮੌਜ 'ਚ ਨੇ ਕੁਛ ਨੇ, ਡਿਪਰੈਸ਼ਨ ਖਤਮ ਹੋ ਗਿਆ, ਇੰਪਰੈਸ਼ਨ ਆ ਗਿਆ। ਤੁਹਾਨੂੰ ਲੱਗਦਾ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਉੱਤੇ ਸਭ ਤੋਂ ਵੱਧ ਅਸਰ ਜਿਹੜਾ ਆ ਉਹ ਸੋਸ਼ਲ ਮੀਡੀਆ ਦਾ ਪੈਂਦਾ ਜਾਂ ਡਿਪਰੈਸ਼ਨ 'ਚ ਜਾਣ ਦਾ? ਬਿਲਕੁਲ ਹੈ, ਦੇਖੋ ਪਹਿਲੇ ਹੁੰਦਾ ਸੀ ਜਦੋਂ ਮੋਬਾਈਲ ਕੰਪਨੀ ਸੀ, ਗਾਈਡ ਕੌਣ ਹੁੰਦਾ ਸੀਗਾ ਸਾਨੂੰ, ਕੁਛ ਚਿੰਤਾ ਕਿਉਂ, ਸਾਡੇ ਸਿਆਣੇ ਹੈ ਚਾਚਾ ਜੀ ਤੋਂ, ਉਹ ਮਾਮਾ ਨੂੰ ਗੱਲ ਕਰਦੇ ਹਾਂ, ਅੱਛਾ ਉਹ ਦੋਸਤ ਕੋਲ ਜਾਂਦਾ, ਕਿੰਨੇ ਗਾਈਡ ਹੁੰਦੇ ਸੀ, 2-4-5 ਬਸ ਨਾ। ਹੁਣ ਮੋਬਾਈਲ ਖੋਲੋ ਸਭ ਗਾਈਡ ਨੇ, ਲਾਈਕ ਤੁਸੀਂ ਇੰਨੇ ਮਲਟੀਪਲ ਗਾਈਡ ਲੈ ਲਏ, ਕੋਈ ਕੁਛ ਦੱਸ ਰਿਹਾ, ਕੋਈ ਕੁਛ ਦੱਸ ਰਿਹਾ, ਅਤੇ ਦੇਖੋ ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹ ਫਿਰ ਕਿਧਰੇ ਨਾ ਕਿਧਰੇ ਓਵਰ ਥਿੰਕਿੰਗ, ਰਿਜ਼ਲਟ ਆਉਂਦਾ ਨਹੀਂ ਹੈ, ਸਟ੍ਰੈਸ ਆ ਜਾਂਦੀ ਹੈ। ਤਾਂ ਵੀ ਠੀਕ ਹੈ ਨਾ, ਯੂ ਚੂਜ਼, ਤੁਸੀਂ ਦੇਖ ਲਓ ਨਾ ਜਿਹਦੇ ਨਾਲ ਤੁਹਾਨੂੰ ਰਿਲੈਕਸ ਆ ਰਿਹਾ, ਜਿਹਦੇ ਨਾਲ ਤੁਹਾਨੂੰ ਮੌਜ ਆ ਰਹੀ ਹੈ ਉਹਨੂੰ ਟਿੱਕ ਕਰ ਲਓ, ਫਿਰ ਹੋਰ ਕਿਉਂ ਲੱਭ ਰਹੇ ਹੋ। ਪਹਿਲੇ 5 ਗਾਈਡ ਹੁੰਦੇ ਸੀ, ਮੌਜ ਹੁੰਦੀ ਸੀ, ਅੱਜ 500 ਗਾਈਡ ਦੇ ਬਾਅਦ ਕਿਧਰੋਂ ਮੌਜ ਆਏਗੀ, ਸਟ੍ਰੈਸ ਵੱਧ ਜਾਊਗਾ। ਇਸ ਲਈ ਮੋਬਾਈਲ ਇਹ ਸਾਡੀ ਚੋਇਸ ਲਈ, ਜੇ ਬੁਫੇ ਨਹੀਂ ਹੁੰਦਾ 40 ਆਈਟਮਾਂ ਲੱਗੀਆਂ, ਜਿਹੜੀ ਅੱਛੀ ਲੱਗਦੀ ਸੀ ਉਹਦੇ ਕੋਲ ਬਾਹਰ ਦੁਬਾਰਾ ਜਾਵਾਂਗੇ, ਇਹ ਲੈ ਦਾਂਗੇ, ਅਤੇ ਇਹਨਾਂ ਦੀ ਚੋਇਸ ਰੱਖੋ ਜੋ ਤੁਹਾਨੂੰ ਰਿਲੈਕਸ ਦਿੰਦਾ, ਫਰੈਸ਼ ਹੋਣ ਦਿਉ, ਜਿੱਥੇ ਤੁਹਾਨੂੰ ਸਟ੍ਰੈਸ ਮਿਲ ਰਹੀ ਉਹਨੂੰ ਕਿਉਂ ਦੁਬਾਰਾ ਖੋਲ੍ਹ ਰਹੇ ਹੋ, ਇਹ ਜ਼ਰੂਰੀ ਹੈ। ਅਤੇ ਮਾਸਟਰ ਜੀ, ਜਿੱਦਾਂ ਸੋਸ਼ਲ ਮੀਡੀਆ ਦੀ ਹੀ ਆਪਾਂ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ ਕਿ ਮੋਬਾਈਲ ਪਹਿਲਾਂ ਨਹੀਂ ਸੀ ਤਾਂ ਉਦੋਂ ਠੀਕ ਆ, ਡਿਪਰੈਸ਼ਨ ਵਰਡ ਤੱਕ ਨਹੀਂ ਸੀਗਾ, ਅੱਜ ਕੱਲ੍ਹ ਹਰ ਕਿਸੇ ਬੰਦੇ ਨੂੰ ਪੁੱਛ ਲਓ ਕੋਈ ਤਣਾਅ ਦੇ ਵਿੱਚ ਵੀ ਹੈ ਕਿ ਮੈਂ ਡਿਪਰੈਸ਼ਨ 'ਚ, ਡਿਪਰੈਸ਼ਨ ਦਾ ਮੀਨਿੰਗ ਹੀ ਨਹੀਂ, ਸ਼ਾਇਦ ਡੈਫੀਨੇਸ਼ਨ ਹੀ ਨਹੀਂ ਪਤਾ ਹੈਗੀ। ਜਦੋਂ ਸੋਸ਼ਲ ਮੀਡੀਆ ਯੂਜ਼ ਕਰਦੇ ਆ ਨੌਜਵਾਨ, ਕਿਉਂਕਿ ਜ਼ਿਆਦਾਤਰ ਨੌਜਵਾਨ ਹੀ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆ, ਉਹ ਫਿਰ ਗਲਤ ਟਰੈਕ 'ਤੇ ਵੀ ਜਾਣ ਲੱਗ ਜਾਂਦੇ ਆ, ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਆਉਣ ਲੱਗ ਜਾਂਦੀਆਂ ਜੋ ਕਿ ਸ਼ਾਇਦ ਸਾਡੇ ਸਮਾਜ ਦੇ ਵਿੱਚ ਐਕਸੈਪਟ ਹੀ ਨਹੀਂ ਕੀਤੀਆਂ ਜਾਂਦੀਆਂ, ਗਲਤ ਰਸਤੇ ਵੱਲ ਜਿਹੜੇ ਨੌਜਵਾਨ ਆ। ਦੇਖੋ ਇਹਦੇ ਲਈ ਜ਼ਿੰਦਗੀ ਦਾ ਗਿਆਨ ਲੋੜ ਹੈ ਨਾ, ਲਾਈਫ ਨੌਲੇਜ। ਮੰਨ ਲਓ ਅੱਜ ਮੈਂ ਸਟੂਡੈਂਟ ਹਾਂ, ਅੱਜ ਦੇ ਕੋਈ ਸਟੂਡੈਂਟਸ ਨੇ ਸਕੂਲ ਕਾਲਜ ਰਿਲੇਸ਼ਨਸ਼ਿਪ ਕਹਿੰਦੇ, ਉਹਨਾਂ ਨੂੰ ਰਿਲੇਸ਼ਨ ਦਾ ਮੀਨਿੰਗ ਨਹੀਂ ਦੱਸਿਆ ਜੀ,
ਅੱਜ ਮੈਂ ਸੈਂਕੜੋ ਜਗ੍ਹਾ 'ਤੇ ਗਿਆ ਹਾਂ ਅਤੇ ਰਿਲੇਸ਼ਨਸ਼ਿਪ ਦਾ ਮੀਨਿੰਗ ਹੀ ਨਹੀਂ ਆ ਰਿਹਾ। ਰਿਲੇਸ਼ਨ ਅਸੀਂ ਕਹਿੰਦੇ ਇਹ ਮੇਰੀ ਮਾਂ ਹੈ, ਮੇਰਾ ਪਿਓ ਹੈ, ਇਹ ਮੇਰਾ ਹਸਬੈਂਡ ਹੈ, ਮੇਰੀ ਵਾਈਫ ਹੈ, ਬ੍ਰਦਰ ਹੈ, ਸਿਸਟਰ, ਰਾਈਟ। ਉੱਥੇ ਫਰੈਂਡਸ਼ਿਪ ਨੂੰ ਰਿਲੇਸ਼ਨਸ਼ਿਪ ਬਣਾ ਲੈਂਦੇ, ਅਟੈਚਮੈਂਟ ਇੰਨੀ ਹੋ ਜਾਂਦੀ ਹੈ ਕਿ ਉਸਦੇ ਬਾਅਦ ਸੋਚਦੇ ਮੈਂ ਫਿਰ ਕਹਿੰਦਾ ਵੀ ਤੁਸੀਂ ਮੈਰਿਜ ਥੋੜ੍ਹੀ ਕਰਨੀ ਹੈ, ਹਾਲੇ ਤੁਸੀਂ ਇੱਥੇ ਆਏ ਹੋ, ਪੜ੍ਹਾਈ ਕਰ ਰਹੇ ਹੋ, ਕੈਰੀਅਰ ਬਿਲਟਅਪ, ਅਤੇ ਉਨੀ ਚੀਜ਼ਾਂ ਨੇ ਨਾ ਲੋੜ। ਹੁਣ ਫਿਰ ਮੋਬਾਈਲ ਲੈ ਲੈਂਦੇ, ਮੋਬਾਈਲ 'ਚ ਮੈਂ ਪੜ੍ਹਾਈ ਕਰ ਰਿਹਾ, ਮੈਨੂੰ ਕੀ ਚਾਹੀਦਾ? ਕਨੈਕਟਿਡ ਟੂ ਐਜੂਕੇਸ਼ਨ ਔਰ ਰਿਫਰੈਸ਼ਮੈਂਟ, ਅਤੇ ਉਹੀ ਪ੍ਰੋਗਰਾਮ ਦੇਖਾਂਗਾ ਨਾ ਜਿਹੜੇ ਮੈਨੂੰ ਰਿਫਰੈਸ਼ ਕਰਨ। ਔਰ ਪਰ ਮਲਟੀਪਲ ਮੈਂ ਦੇਖਦਾ ਜਾਵਾਂਗਾ, ਫਿਰ ਉਧਰੋਂ ਸਾਡੀ ਆਰਟੀਫਿਸ਼ਲ ਇੰਟੈਲੀਜੈਂਸ ਉਹੀ ਸੁੱਟਦੀ ਜਾ ਰਹੀ ਹੈ, ਮੇਕਿੰਗ ਯੈਸ ਟੂ ਯੂ, ਫਿਰ ਕਿੰਨੇ ਟਰੈਕ ਖੁੱਲ੍ਹ ਜਾਂਦੇ, ਫਿਰ ਮਾਇੰਡ ਕਨਫਿਊਜ਼ ਹੋ ਜਾਂਦਾ। ਤੁਸੀਂ ਜਿੱਥੇ ਹੋ, ਜਿੰਨੀ ਤੁਹਾਨੂੰ ਰਿਕੁਆਇਰਮੈਂਟ ਉੰਨੀ ਤੁਸੀਂ ਲਓ ਨਾ, ਬਿਓਂਡ ਦੈਟ ਵਾਈ ਯੂਅਰ ਗੋਇੰਗ, ਉਹਦੇ ਤੋਂ ਅੱਗੇ ਤੁਸੀਂ ਚਲੇ ਜਾਂਦੇ ਹੋ, ਫਿਰ ਡਿਸਟਰਬ ਹੋ ਜਾਂਦੇ। ਅਤੇ ਉਹ ਫਿਰ ਮੋਬਾਈਲ ਟਾਈਮ ਹੋਣਾ ਚਾਹੀਦਾ, ਟਾਈਮ ਟੇਬਲ, ਸਕੂਲ ਕਾਲਜ ਦੇ ਅੰਦਰ ਹੈ ਕਹਿੰਦੇ ਟਾਈਮ ਟੇਬਲ ਨਾ, ਹਰ ਚੀਜ਼ ਦਾ ਟਾਈਮ ਹੁੰਦਾ। ਤੁਸੀਂ ਜਦੋਂ ਸਾਰਾ ਟਾਈਮ ਹੀ ਉਹਦੇ ਨਾਲ ਚਲੇ ਜਾਂਦੇ ਹੋ, ਪੜ੍ਹਾਈ ਚਲੀ ਗਈ, ਫਿਰ ਐਗਜ਼ਾਮ ਆਣ ਕੇ ਪੜ੍ਹਾਈ ਨਹੀਂ ਹੋਏਗੀ, ਅਤੇ ਮੋਬਾਈਲ ਟਾਈਮ ਲਿਖ ਦਿਉ, ਉਹਦੇ ਅੰਦਰ ਪ੍ਰੋਗਰਾਮ ਵੀ ਤੁਹਾਡੇ ਤੋਂ ਹੁਣ ਤੋਂ ਕਨੈਕਟਿਡ ਲਓ ਨਾ। ਮੈਂ ਅੱਗੇ ਦੀ ਗੱਲ ਕਰਾਂ ਰਿਲੇਸ਼ਨਸ਼ਿਪ ਔਰ ਫਰਦਰ ਗੱਲਾਂ ਕਰਦਾ ਜਾਵਾਂਗਾ। ਅਤੇ ਜਦੋਂ ਤੱਕ ਸਾਨੂੰ ਕਿਸੇ ਚੀਜ਼ ਦੇ ਬਾਰੇ ਪਤਾ ਹੀ ਨਹੀਂ ਕਿ ਵਟ ਐਕਚੁਲੀ ਜਿਹੜੀ ਇਹ ਚੀਜ਼ ਮੇਰੇ ਲਈ ਬਣੀ ਹੈ, ਅੱਛੀ ਚੀਜ਼ ਹੈ। ਅੱਜ ਵਰਲਡ ਤੁਹਾਡੇ ਕੋਲ ਆ ਗਿਆ, ਹੱਥ ਦੇ ਅੰਦਰ ਬੈਠੇ ਬੈਠਾ ਹੈ, ਕਿਸੇ ਜਾਣਦੇ ਨੂੰ ਸਭ ਨੌਲੇਜ ਇੰਨੀ, ਪਰ ਜੇ ਚੂਜ਼ ਨਾ ਜਿਹੜੀ ਅੱਜ ਚੀਜ਼ ਚਾਹੀਦੀ ਹੈ। 13 ਸਾਲ ਦਾ ਬੱਚਾ ਜਿਹੜੀ ਹੈ ਰਿਲੇਸ਼ਨਸ਼ਿਪ ਦੀ ਗੱਲ ਕਰਦਾ ਹੈ, 15 ਸਾਲ ਦਾ ਬੱਚੇ ਨੂੰ ਲੋਕ ਕਿਹੜੀ ਕਿਹੜੀ ਗੱਲਾਂ ਕਰ ਰਹੇ, ਜਿਹਨਾਂ ਹੈ ਹੀ ਨਹੀਂ। ਅਤੇ ਇਤਨਾ ਰਿਸਟ੍ਰੇਨ ਕਰਨਾ ਹੈ, ਔਰ ਫਿਰ ਵਿਦਆਊਟ ਨੌਲੇਜ ਕੋਈ ਨਹੀਂ ਕਰੇਗਾ। ਬੱਚਿਆਂ ਨੂੰ ਮੋਬਾਈਲ ਦੇ ਦਿੱਤਾ, ਮਾਂ ਪਿਓ ਵੀ ਆਪਣੇ ਬਿਜ਼ੀ ਹੋ ਗਏ, ਕਿਉਂ ਜ਼ਰੂਰਤਾਂ ਜ਼ਿਆਦੀਆਂ ਨੇ, ਦੋਨੋਂ ਕੰਮਾਂ ਵਿੱਚ ਹੈਗੇ, ਬੱਚਾ ਕਿਧਰੇ ਜੁਆਇੰਟ ਫੈਮਿਲੀਆਂ ਨਹੀਂ, ਪਿਆਰ ਕਿਧਰੋਂ ਹੈ ਨਹੀਂ, ਬਾਹਰ ਜਾਂਦਾ ਹੈ, ਫਿਰ ਉਹਨਾਂ ਦੇ ਅੰਦਰ ਦੇਖਦਾ ਹੈ, ਫਿਰ ਅੰਦਰੋਂ ਨੈਚੁਰਲੀ ਜੋ ਕੁਦਰਤ ਨੇ ਦਿੱਤੀ ਹੈ, ਰੱਬ ਨੇ ਜਿਹੜੀ ਦਿੱਤੀ ਹੈ ਲਸ਼ ਸਾਨੂੰ, ਉਹ ਅਟਰੈਕਸ਼ਨ ਆਉਂਦਾ ਹੈ, ਅਟਰੈਕਸ਼ਨ ਇੱਦਾਂ ਦਾ ਪਿਆਰ ਹੈ, ਫਿਰ ਅਟਰੈਕਸ਼ਨ ਦਾ ਪਿਆਰ ਜਿਹੜਾ ਟੁੱਟਦਾ ਹੈ, ਸਟਰੈਸਡ ਹੋ ਜਾਂਦਾ, ਸਟਰੈਸ ਆਉਂਦਾ, ਫਿਰ ਕਿਧਰੇ ਕੋਈ ਕਹਿੰਦਾ ਡਰਿੰਕ ਲੈ ਲਿਆ, ਰਿਲੈਕਸ ਆਊਗਾ, ਇਹ ਲਾਈਫ ਫਿਰ ਡਿਸਟਰੈਸ, ਫਿਰ ਉਹਦਾ ਡਰੱਗ, ਫਿਰ ਲਾਈਫ ਕੈਰੀਅਰ ਚਲਾ ਗਿਆ, ਪੜ੍ਹਾਈ ਵੀ ਨਹੀਂ ਹੋਈ, ਕੈਰੀਅਰ ਚੌਪਟ ਹੋ ਗਿਆ, ਫਿਰ ਸੁਸਾਈਡ ਕਰ ਲਓ। ਅਤੇ ਇਹ ਕੰਟੀਨਿਊਸ ਸੀਰੀਜ਼ ਹੈ ਜ਼ਿੰਦਗੀ ਦਾ। ਗਿਆਨ ਜਿੱਥੇ ਤੁਸੀਂ ਹੋ ਉਨਾ ਗਿਆਨ ਲਓ ਨਾ, ਤੁਸੀਂ ਇੰਨਾ ਵੱਡਾ ਵੱਡਾ ਗਿਆਨ ਕਿਉਂ ਲੈ ਰਹੇ ਹੋ? ਫਿਰ ਯੂ ਆਰ ਥਿੰਕਿੰਗ, ਤੁਸੀਂ ਸੋਚ ਰਹੇ ਬਿਲਕੁਲ ਸਹੀ ਹੈ। ਹੁਣ ਸੋਚੋ, ਮੈਂ ਬੜਾ ਹੈਰਾਨ ਹੋਇਆ, ਮੈਂ ਹੁਣੇ ਗਿਆ ਸੀਗਾ, ਮੈਨੂੰ ਐਵੇਂ ਲੈ ਗਿਆ ਬੱਚੇ ਕਿ ਚਲੋ ਮੂਵੀ, ਠੀਕ ਹੈ, ਉਹ ਮੈਨੂੰ ਬਾਅਦ ਲਾਇਆ ਐਵੇਂਜਰ ਮੂਵੀ ਹੈ, ਠੀਕ ਹੈ, ਉਹ ਮੈਂ ਕਿਹਾ ਲੋਕ ਐਵੇਂ ਬੈਠੇ ਹੋਏ, ਮੈਂ ਉਹ ਕਹਿੰਦੇ ਇਹ ਜਿਹੜੀ ਸੁਪਰ ਹਿਟ ਮੂਵੀਜ਼ ਨੇ, ਮੈਂ ਕਿਹਾ ਯਾਰ ਇਹਦੇ ਅੰਦਰ ਜੋ ਦਿਖਾਇਆ ਜਾ ਰਿਹਾ ਹੈ, ਇਹ ਕਿਧਰੇ ਕਨੈਕਟ ਹੀ ਨਹੀਂ ਹੈ ਰੀਅਲ ਵਰਲਡ ਦੇ ਨਾਲ। ਮੈਂ ਕਿਉਂ ਕਹਿ ਰਿਹਾ, ਮੈਂ ਪਿਛਲੇ 4 ਸਾਲ ਤੋਂ ਡਿਪਰੈਸ਼ਨ ਦੇ ਉੱਪਰ ਹੈ ਨਾ, ਹਜ਼ਾਰਾਂ ਬੱਚਿਆਂ 'ਤੇ ਕੰਮ ਕਰ ਰਿਹਾ, ਅਤੇ ਇਹ ਮੂਵੀ ਦੇ ਸੀਨ ਜਿਹੜੇ ਨੇ ਨਾ, ਉਹ ਆਪਣੀ ਰੀਅਲ ਲਾਈਫ ਹੀ ਲੈ ਰਹੇ ਨੇ, ਵਾਇਲੈਂਟ ਹੁੰਦੇ ਜਾ ਰਹੇ ਨੇ, ਰੀਅਲਿਟੀ ਮੰਨ ਰਹੇ ਨੇ। ਅਤੇ ਇਹ ਦੇਖੋ ਕਿੰਨਾ ਵੱਡਾ ਨੈਗੇਟਿਵ ਇੰਪੈਕਟ ਜਾ ਰਿਹਾ ਬ੍ਰੇਨ ਦੇ ਉੱਪਰ। ਬੱਚੇ ਕਹਿੰਦੇ ਨੇ ਨਹੀਂ ਜੀ ਇਹ ਸੱਚ ਹੈ, ਇਹ ਰੀਅਲ ਜਿਹੜੇ ਨਾ ਗੋਡ ਨੇ ਹੈ, ਅਤੇ ਇਹ ਬੜਾ ਅਜੀਬ ਲੱਗਦਾ ਹੈ, ਯਾਨੀ ਤੁਹਾਨੂੰ ਰਿਐਲਿਟੀ ਨਹੀਂ ਪਤਾ। ਅੱਜ ਅਸੀਂ ਪੁਰਾਣੇ ਲੋਕ ਸੀ ਜਦੋਂ ਧਰਮ ਦੀ ਕੋਈ ਗੱਲ ਹੁੰਦੀ ਸੀ, ਅੱਜ ਨਵੇਂ ਬੱਚਿਆਂ ਨੂੰ ਇਹ ਲੱਗਦਾ ਇਹੀ ਹੋਈ ਨੇ ਸਭ ਕੁਝ, ਅਤੇ ਉਹਨਾਂ ਨੂੰ ਗਿਆਨ ਸਪਿਰਚੁਅਲਿਟੀ ਪਤਾ ਲੱਗੇ ਜ਼ਿੰਦਗੀ ਦਾ ਸੱਚਾਈ ਕੀ ਹੈ, ਅਤੇ ਉਸਦੇ ਕਾਰਨ ਕਿੰਨੇ ਲੋਕ ਇੰਪੋਜ਼ ਕਰਦੇ ਆਪਣੇ ਉੱਪਰ, ਵਾਇਲੈਂਟ ਹੋ ਜਾਂਦੇ ਨੇ। ਅਤੇ ਇਹ ਚੀਜ਼ਾਂ ਬੜੀ ਜ਼ਰੂਰੀ ਨੇ ਕਿ ਵੇਅਰ ਯੂ ਆਰ ਉਨਾ ਜਿਹੜਾ ਗਿਆਨ ਲਓ, ਤਾਂ ਕਿ ਜੀਵਨ ਦੇ ਅੰਦਰ ਜਦੋਂ ਅੱਗੇ ਵਧੋ, ਰਿਐਲਿਟੀ ਦੇ ਅੰਦਰ ਔਰ ਆਰਟੀਫਿਸ਼ਲ ਡਿਫਰੈਂਸ ਹੈ, ਉਹ ਤਾਂ ਜਿਹੜੇ ਆਪਣੇ ਇਨਕਮ ਦੇ ਕੰਮ ਨਾਲ ਕਰ ਰਹੇ ਨੇ, ਉਹਨਾਂ ਦੇ ਬਣਾ ਤਾਂ ਲੋਕਾਂ ਨੂੰ ਪਸੰਦ ਹੈ, ਅਤੇ ਉਹ ਸਮਝਣਾ ਬੜਾ ਜ਼ਰੂਰੀ ਹੈ ਜੀ। ਤੁਹਾਡੇ ਕੋਲ ਕਿੰਨੇ ਕੁ ਛੋਟੀ ਉਮਰ ਦੇ ਬੱਚੇ ਆਉਂਦੇ ਨੇ, ਜਾਂ ਸਭ ਤੋਂ ਘੱਟ ਉਮਰ ਦੇ ਜਿਹੜੇ ਤੁਹਾਡੇ ਅੱਜ ਤੱਕ ਤੁਹਾਡੇ ਨਾਲ ਕਨੈਕਟ ਕੀਤਾ, ਉਹਨਾਂ ਨੇ ਕਨੈਕਸ਼ਨ ਕੀਤਾ ਜਾਂ ਇੰਟਰੈਕਸ਼ਨ ਹੋਈ ਤੁਹਾਡੀ, ਜਿਨ੍ਹਾਂ ਨੇ ਕਿਹਾ ਕਿ ਮੈਂ ਮਾਸਟਰ ਜੀ ਡਿਪਰੈਸ਼ਨ ਦੇ ਵਿੱਚ ਹਾਂ, ਮੈਨੂੰ ਦੱਸੋ ਕਿ ਮੈਂ ਇਸ ਚੀਜ਼ ਤੋਂ ਕਿੱਦਾਂ ਬਾਹਰ ਨਿਕਲਾਂ, ਅਤੇ ਤੁਸੀਂ ਸ਼ੌਕਡ ਹੋਏ ਕਿ ਇਸ ਬੱਚੇ ਨੂੰ ਕੀ ਉਮਰ ਆਉਂਦੀ, ਹਜੇ ਉਹਨੇ ਕੀ ਦੇਖਿਆ ਸੋਸਾਇਟੀ ਦੇ ਵਿੱਚ, ਇੰਨਾ ਬਰਡਨ ਸਿਰ 'ਤੇ ਲੈ ਕੇ ਉਹ ਘੁੰਮ ਰਿਹਾ ਇੱਥੇ।
13-14 ਸਾਲ ਦੀ ਉਮਰ ਤੋਂ 13-14 ਈਅਰਸ ਟੂ ਮੇਨ ਯੰਗਸ ਨੇ ਅਪ ਟੂ 35 ਕਾਹਦੀ ਟੈਨਸ਼ਨ ਲੈ ਕੇ ਆਉਂਦੇ ਨੇ ਉਹ ਕੋਈ ਟੈਨਸ਼ਨ ਨਹੀਂ ਹੈ ਹੈਰਾਨੀ ਹੋਏਗੀ ਕਿ ਟੈਨਸ਼ਨ ਮਤਲਬ ਸਮਝੋ ਜਿਹੜੀ ਚੀਜ਼ ਇੰਨੀ ਵੱਡੀ ਵੱਡੀ ਗੱਲਾਂ ਔਰ ਮੈਂ ਜਿੱਦਾਂ ਕਹਿੰਦਾ ਹਰ ਚੀਜ਼ ਨੂੰ ਸੱਚ ਮੰਨ ਲੈਣਾ ਦੇਖਣਾ ਹਰ ਚੀਜ਼ ਸੱਚ ਮੰਨ ਲਈ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਉਹ ਜੀਵਨ ਵਿੱਚ ਕਿਹੜੇ ਰਸਤੇ ਤੋਂ ਨਿਕਲ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਜਿੱਥੇ ਅਸੀਂ ਹੈਗੇ ਹਾਂ ਇੱਥੇ ਜਿਹੜਾ ਅਸੀਂ ਰੁਕਣਾ ਉਹ ਹਰ ਚੀਜ਼ ਨੂੰ ਜਿਹੜਾ ਐਡਵਾਂਸ ਇੰਨੀ ਲੈਣਾ ਚਾਹੁੰਦੇ ਨੇ ਬਸ ਉਹਨਾਂ ਨੂੰ ਕਿਹਾ ਅਗਰ ਮੈਂ ਮੰਨ ਲਓ 5th ਸਟੈਂਡਰਡ ਵਿੱਚ ਹਾਂ ਮੈਂ 10th ਦੀ ਪੜ੍ਹਾਈ ਕਰਾਂਗਾ ਤਾਂ ਬੜਨ ਆਏਗੀ ਨਹੀਂ ਆਏਗੀ ਬਿਲਕੁਲ ਅਤੇ ਉਹ ਬੱਚੇ ਜਿਹੜੇ ਨੇ ਹੁਣ ਇਹਨੂੰ ਐਡਵਾਂਸ ਦੀ ਗੱਲਾਂ ਕਰਦੇ ਫਿਰ ਉਹਨਾਂ ਨੂੰ ਸਮਝਾਇਆ ਜਾਂਦਾ ਅਤੇ ਮੈਂ ਉਹ ਸੈਂਕੜੋਂ ਬੱਚੇ ਜਿਹੜੇ ਹਜ਼ਾਰਾਂ ਬੱਚੇ ਜਿਹੜੇ ਨੇ ਅਸੀਂ ਉਹਨਾਂ ਤੋਂ ਫਿਰ ਅੱਗੇ ਉਹਨਾਂ ਨੂੰ ਸਮਝਾਉਂਦੇ ਹਾਂ ਹਰ ਚੀਜ਼ ਨਹੀਂ ਅਸੀਂ ਉਹਨੂੰ ਮਨਾ ਕਰ ਰਹੇ ਹਾਂ ਪਰ ਪਿਆਰ ਨਾਲ ਕਰਦੇ ਕਰਦੇ ਹਜ਼ਾਰਾਂ ਦੇ ਅੰਦਰ ਚੇਂਜ ਦਿੱਤੀ ਡਿਪਰੈਸ਼ਨ ਗੋਲੀਆਂ ਖਾਣ ਵਾਲਿਆਂ ਦੀ ਗੋਲੀਆਂ ਕੰਮ ਹੋਈ ਕਈ ਦੀ ਬੰਦ ਹੋਈ ਇੰਜੋਇੰਗ ਦਾ ਲਾਈਫ ਹੁਣ ਸਮਝ ਗਏ ਇਹ ਨਹੀਂ ਮੈਂ ਉਹਨਾਂ ਨੂੰ ਇਹ ਨਹੀਂ ਕਿ ਨਹੀਂ ਨਹੀਂ ਤੁਸੀਂ ਕਲੱਬ ਨਹੀਂ ਜਾਓਗੇ ਤੁਸੀਂ ਇਹ ਨਹੀਂ ਕਰੋਗੇ ਕਿਉਂਕਿ ਅੱਜ ਦੇ ਮਾਹੌਲ ਦੇ ਅੰਦਰ ਤੁਸੀਂ ਉਹਨਾਂ ਨੂੰ ਵਿਦਡਰਾਅ ਨਹੀਂ ਕਰ ਸਕਦੇ ਪਰ ਜਾ ਰਹੇ ਨੇ ਪਰ ਅੰਦਰ ਜਿਹੜਾ ਨਾਲ ਮੈਂ ਉਹਨਾਂ ਦੇ ਚੱਲਣਾ ਅਤੇ ਫਿਰ ਉਹਦੇ ਨਾਲ ਕੀ ਹੈ ਲਾਈਫ ਹੈਪੀ ਹੈ ਹੁਣ ਇੰਨੇ ਪੇਰੈਂਟਸ ਉਹਨਾਂ ਦੇ ਬੱਚੇ ਹੈਗੇ ਸਾਰੇ ਜਿਹੜੇ ਕਨੈਕਟਿਡ ਹੁੰਦੇ ਨੇ ਲਾਈਫ ਇੰਜੋਏਬਲ ਸਮਝ ਗਏ ਸੀਮਾ ਹੈ ਲਿਮਿਟ ਹੈ ਹੁਣ ਉੱਧਰ ਗਏ ਉਹਨਾਂ ਨੂੰ ਪਤਾ ਹੈ ਕਿ ਹਾਲੇ ਟਾਈਮ ਨਹੀਂ ਆਇਆ ਭਾਈ ਹਾਲੇ ਫਰੈਂਡਸ਼ਿਪ ਹੈ ਲਿਸਨ ਤਾਂ ਟਾਈਮ ਆਏਗਾ ਨਾ ਇਹ ਡਰਿੰਕਸ ਨਹੀਂ ਨਹੀਂ ਹਾਲੇ ਕੀ ਕਰਨਾ ਮੈਂ ਆਪਣੇ ਹੋਸ਼ ਦੇ ਅੰਦਰ ਜ਼ਿੰਦਗੀ ਨੂੰ ਐਕਸੈਪਟ ਕਰ ਰਿਹਾ ਜੀ ਮੈਂ ਥੋੜ੍ਹੀ ਦੇਰ ਲਈ ਭੁੱਲ ਜਾਵਾਂਗਾ ਪੀ ਕੇ ਉਹਦੇ ਬਾਅਦ ਫਿਰ ਉਹੀ ਚੀਜ਼ ਆ ਜਾਏਗੀ ਅਤੇ ਇਸ ਲਈ ਮੈਂ ਉਹਨੂੰ ਫੇਸ ਕਰਾਂਗਾ ਚੈਲੇਂਜ ਨੂੰ ਉਹਦਾ ਰਿਜ਼ਲਟ ਜਿਹੜਾ ਸਾਹਮਣੇ ਆਊਗਾ ਅਤੇ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਅਤੇ ਸਭ ਸਮਝ ਰਹੇ ਨੇ ਸਭ ਮੌਜ ਵਿੱਚ ਆ ਰਹੇ ਨੇ ਤਾਂ ਮੈਂ 16 ਸਾਲ ਗਿਆ ਨਾ ਹਜ਼ਾਰਾਂ 'ਤੇ ਐਕਸਪੈਰੀਮੈਂਟ ਕੀਤਾ ਮੇਰੇ ਨੌਜਵਾਨ ਮੇਰੇ ਕੋਲ ਹਜ਼ਾਰਾਂ ਲੋਕ ਹੈਗੇ ਤੁਸੀਂ ਦੇਖੋਗੇ ਨਾ ਕੋਈ ਤੁਹਾਨੂੰ ਦੁੱਖੀ ਨਹੀਂ ਮਿਲੇਗਾ ਇਹਲੇ ਜਦੋਂ ਅਸੀਂ ਦਸੰਬਰ 2023 ਵਿੱਚ ਆਏ ਵੀ ਨਾ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਯੂਟਿਊਬ 'ਤੇ ਪਹਿਲਾਂ ਮੈਂ ਇਹੀ ਦੱਸਿਆ ਪਹਿਲਾਂ ਪਾਇਆ ਜਿਹੜਾ ਕਲਿੱਪ ਕਿ ਬਈ ਕੰਮ ਨਹੀਂ ਹੈ ਪੜ੍ਹਾਈ ਨਹੀਂ ਹੋ ਰਹੀ ਕਮਾਈ ਨਹੀਂ ਹੈ ਪ੍ਰਮੋਸ਼ਨ ਨਹੀਂ ਹੋ ਰਹੀ ਜੋਬ ਨਹੀਂ ਲੱਗ ਰਹੀ ਹਸਬੈਂਡ ਨਹੀਂ ਹੈ ਅੱਛਾ ਵਾਈਫ ਨਹੀਂ ਹੈ ਕਿਧਰ ਸ਼ਾਦੀ ਨਹੀਂ ਹੋ ਰਹੀ ਬੱਚੇ ਨਹੀਂ ਹੋ ਰਹੇ ਸਰੀਰ 'ਚ ਕੋਈ ਬਿਮਾਰੀ ਹੈ ਅੱਛਾ ਤੂੰ ਮਰ ਰਿਹਾ ਮੈਂ ਤੁਹਾਨੂੰ ਦੁਖੀ ਨਹੀਂ ਹੋਣ ਦਿਆਂਗਾ ਇਹ ਮੇਰੀ ਵਾਰੰਟੀ ਨਹੀਂ ਗਾਰੰਟੀ ਹੈ ਕਿਉਂ ਐਕਸਪੈਰੀਮੈਂਟ ਕਰ ਲਿਆ ਕਰਨਾ ਕੀ ਹੈ ਕੁਝ ਨਹੀਂ ਛੱਡਣਾ ਕੀ ਹੈ ਕੁਝ ਨਹੀਂ ਪਕੜਨਾ ਕੀ ਹੈ ਕੁਝ ਵੀ ਨਹੀਂ ਡੋਨੇਸ਼ਨ ਲੈਣਾ ਕੀ ਕੁਝ ਨਹੀਂ ਜੀਰੋ ਫੀ 16 ਸਾਲ 1 ਰੁਪਏ ਦੀ ਵੀ ਨਹੀਂ ਹੈ ਆਲ ਫਰੀ ਕੁਛ ਵੀ ਨਹੀਂ ਸਿਰਫ ਕੀ ਹੈ ਇੱਕ ਸੁਣਨਾ ਹੈ ਅਗਿਆਨ ਦੇ ਕਾਰਨ ਦੁਖੀ ਹੈਗੇ ਹਾਂ ਗਿਆਨ ਚਾਹੀਦਾ ਹੈ ਉਹ ਗਿਆਨ ਕੀ ਵਾਣੀ ਜਿਹਨੂੰ ਮੈਂ ਕਹਿੰਦਾ ਮੇਰਾ ਲੈਕਚਰ ਹੈ ਵਾਣੀ ਨਹੀਂ ਮੇਰੇ ਪ੍ਰਾਣ ਹੈ ਮੈਂ ਕਹਿੰਦਾ ਅੰਦਰ ਤੁਹਾਡੀ ਨੈਗੇਟਿਵ ਨੂੰ ਅਬਜ਼ੋਰਬ ਕਰਕੇ ਖੁਦ ਲਿਆਏਗੀ ਕੋਈ ਸਵੇਰੇ ਮੋਰਨਿੰਗ ਵਾਕ ਹੁੰਦਾ ਕੋਈ ਗੱਡੀ ਚੱਲਦੇ ਹੁੰਦਾ ਰਾਤ ਨੂੰ ਸੌਂਦੇ ਹੁੰਦਾ ਮੇਰੇ 'ਤੇ ਵਿਸ਼ਵਾਸ ਕਰੋ 5-6 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੀ ਦਾਦੀ ਘਰ ਦੇ ਅੰਦਰ ਅਗਰ ਬੈਠੇ ਨੇ ਨਾ ਆਪਣੇ ਆਪਣੇ ਕਮਰੇ 'ਚ ਸੁਣ ਰਹੇ ਹੁੰਦੇ ਰਾਤ ਨੂੰ ਐਂਡ ਚਾਰ ਜਨਰੇਸ਼ਨ ਜੁੜੀ ਹੋਈਆਂ ਨੇ ਯਾਨੀ ਮੇਰੇ ਇੱਕ ਜਣੇ ਨੂੰ ਪਕੜੋਗੇ ਨਾ ਪੂਰੀ ਦੁਨੀਆ 'ਚ ਜਿਹੜੇ ਲੋਕ ਨੇ ਆਖਰੀ ਇਨਸਾਨ ਤੱਕ ਪਹੁੰਚ ਜਾਓਗੇ ਅੱਛਾ ਲੱਗਿਆ ਮੌਜ ਆਈ ਤਾਂ ਅੱਗੇ ਦਿੱਤਾ ਅਸੀਂ ਫੋਰਸਿਸ ਦੇ ਅੰਦਰ ਇੰਨੇ ਚਲੇ ਗਏ ਆਰਮੀ ਏਅਰਫੋਰਸ CRPF BSF ਅੱਜ ਇੰਨੇ ਪਲੇਟਫਾਰਮਾਂ 'ਤੇ ਗਏ ਹਾਂ ਕਿ ਇੰਨੇ ਇੰਨੇ ਪੂਰੇ ਮੈਂ ਯੂਨਿਟ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਲਏ ਆਲ ਆਰ ਹੈਪੀ ਨਾਓ ਸਿਰਫ ਸੁਣਨਾ ਸਮਝਣਾ ਸਿਰਫ ਕੁਝ ਵੀ ਨਹੀਂ ਛੱਡਣਾ ਆਪਣੇ ਆਪ ਮੌਜ ਵੱਧਦੀ ਜਾਂਦੀ ਹੈ ਮਾਸਟਰ ਜੀ ਗਾਈਡੈਂਸ ਅੱਜ ਕੱਲ੍ਹ ਕਿਸੇ ਨੂੰ ਸਹੀ ਮਿਲ ਨਹੀਂ ਰਹੀ ਜੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਬੱਚਿਆਂ ਨੂੰ ਸ਼ਾਇਦ ਘਰ ਦੇ ਵਿੱਚ ਜਦੋਂ ਉਹ ਗਾਈਡੈਂਸ ਨਹੀਂ ਮਿਲਦੀ ਉਹ ਡਿਪਰੈਸ਼ਨ 'ਚ ਜਾਣਾ ਸ਼ੁਰੂ ਹੋ ਜਾਂਦਾ ਕਿ ਮੈਂ ਪੁੱਛਿਆ ਤੁਹਾਨੂੰ ਲੱਗਦਾ ਕਿ ਮਾਪੇ ਜ਼ਿੰਮੇਵਾਰ ਹੈ ਸਾਰੇ ਨਹੀਂ ਕਹਿੰਦੇ ਮੈਂ ਸਾਰੇ ਮਾੜੇ ਵੀ ਨਹੀਂ ਅਤੇ ਸਾਰੇ ਚੰਗੇ ਵੀ ਨਹੀਂ ਕਈ ਧਿਆਨ ਦਿੰਦੇ ਬੱਚਿਆਂ 'ਤੇ ਕਈ ਦੇ ਵੀ ਪਾਉਂਦੇ ਆਪਣੇ ਕੰਮਾਂ ਕਾਰਾਂ ਦੇ ਕਰਕੇ ਜਾਂ ਹੋਰ ਹਾਲਾਤ ਹੋਣਗੇ ਤੁਹਾਨੂੰ ਲੱਗਦਾ ਕਿ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਡਿਪਰੈਸ਼ਨ 'ਚ ਜਾਣ ਦਾ ਕਾਰਨ ਕਿਤੇ ਨਾ ਕਿਤੇ ਮਾਪੇ ਵੀ ਹੈਗੇ ਆ
ਕੰਬੋ ਹੈ, ਜ਼ਰੂਰ ਹੈ, ਕਿਉਂਕਿ ਕੀ ਹੈ, ਨੀਡਸ ਬਹੁਤ ਵਧਾ ਲਈਆਂ, ਜ਼ਰੂਰਤਾਂ ਵੱਧ ਗਈਆਂ, ਜ਼ਰੂਰਤਾਂ ਵੱਧ ਗਈਆਂ ਅਤੇ ਫਿਰ ਕੰਮ ਵੀ ਵੱਧ ਗਏ, ਕੰਮ ਵੱਧ ਗਏ ਤਾਂ ਨੈਚੁਰਲੀ ਕੇਅਰ ਕਿੱਦਾਂ ਕਰਾਂਗੇ, ਜੁਆਇੰਟ ਫੈਮਿਲੀ ਹੁੰਦੀਆਂ ਸੀ ਅਤੇ ਜਾ ਰਹੇ ਨੇ ਕੰਮ ਪਿੱਛੇ ਬੈਠੇ ਹੋਏ ਨੇ, ਚਾਚੀਆਂ ਬੈਠੀਆਂ, ਸਾਂਭਣ ਵਾਲੇ ਸੀ, ਹੁਣ ਕੋਈ ਹੈ ਨਹੀਂ, ਹੁਣ ਫੈਮਿਲੀਆਂ ਹੋ ਗਈਆਂ ਅਕੇਲੇ, ਹੁਣ ਪਿਓ ਵੀ ਗਿਆ, ਮਾਂ ਵੀ ਕਿਤੇ ਚਲੇ ਗਈ, ਬੱਚਾ ਇਕੱਲਾ ਹੈਗਾ, ਹੁਣ ਉਹ ਕੀ ਕਰੇ, ਪਤਾ ਨਹੀਂ ਸਹੀ ਗੱਲ, ਫਿਰ ਉਹ ਕੀ ਕਰੇਗਾ, ਉਹਨੂੰ ਕੋਈ ਸਿਰ 'ਤੇ ਹੱਥ ਫੇਰਨ ਵਾਲਾ ਨਹੀਂ ਹੈ, ਅਤੇ ਉਹ ਵਿਚਾਰਾ ਬੱਚਾ ਜਿਹੜਾ ਸਾਰਾ ਦਿਨ ਇੱਧਰ ਦੇਗਾ, ਫਿਰ ਧੀਰੇ ਧੀਰੇ ਉਹ ਬਾਹਰ ਲੱਭੇਗਾ ਪਿਆਰ, ਉਹ ਬਾਹਰ ਪਿਆਰ ਨਹੀਂ ਹੁੰਦਾ, ਉਹ ਅਟਰੈਕਸ਼ਨ ਨਿਕਲਦੀ ਹੈ, ਉਹਦੇ ਅੰਦਰ ਫਿਰ ਅੱਗੇ ਡਿਸਟਰੈਕਸ਼ਨ ਸ਼ੁਰੂ ਹੋ ਜਾਂਦੀ ਹੈ, ਬ੍ਰੇਕਿੰਗ ਹੋ ਜਾਂਦੀ ਹੈ। ਬੱਚੇ ਜਦੋਂ ਕੋਈ ਆਪਣਾ ਰਸਤਾ ਚੂਜ਼ ਕਰਨ ਦੀ ਕੋਸ਼ਿਸ਼ ਕਰਦੇ, ਫੋਰ ਐਗਜ਼ਾਮਪਲ ਉਹਨਾਂ ਨੇ ਸੋਚਿਆ ਕਿ ਮੈਂ ਸਟੱਡੀ ਇਹ ਵਾਲੀ ਕਰਨੀ ਆ, ਪਰ ਮਾਪੇ ਚਾਹੁੰਦੇ ਕਿ ਨਹੀਂ ਉਹ ਡਾਕਟਰ ਬਣੇ, ਉਹ ਭਾਵੇਂ ਇੰਜੀਨੀਅਰ ਬਣਨਾ ਚਾਹੁੰਦਾ ਹੋਵੇ, ਇਹ ਜਿਹੜੀਆਂ ਚੀਜ਼ਾਂ ਮਾਪੇ ਆਪਣੀਆਂ ਇੱਛਾਵਾਂ ਬੱਚਿਆਂ ਰਾਹੀਂ ਪੂਰੀਆਂ ਜਦੋਂ ਕਰਨੀਆਂ ਚਾਹੁੰਦੇ ਆ, ਉਹ ਚੀਜ਼ਾਂ ਇਫੈਕਟ ਕਰਦੀਆਂ ਬੱਚੇ ਨੂੰ? ਬਿਲਕੁਲ ਕਰਦੀਆਂ ਜੀ, ਅਗਰ ਮੇਰੇ ਅੰਦਰ ਕੈਲੀਬਰੀ ਜਿਹੜੀ ਹੈਗੀ ਹੈ, ਮੇਰੇ ਅੰਦਰ, ਮੈਂ ਚਾਹੁੰਦਾ ਮੈਡੀਕਲ ਕਰਨਾ, ਤਾਂ ਮੈਨੂੰ ਕਹੋ ਕਿ ਬਿਜ਼ਨਸਮੈਨ ਬਣਨਾ ਤੂੰ, ਕਿਉਂਕਿ ਮੇਰਾ ਬਿਜ਼ਨਸ ਕੌਣ ਸੰਭਾਲੇਗਾ, ਜੇ ਮੈਂ ਬਿਜ਼ਨਸਮੈਨ ਬਣਨਾ ਚਾਹੁੰਦਾ, ਮੈਂ ਉਹਨੂੰ ਕਹਿੰਦਾ ਤੂੰ ਡਾਕਟਰ ਬਣਨਾ, ਅਤੇ ਅੰਦਰੋਂ ਜਿਹੜੀ ਇਨਸਾਨ ਇੰਟਿੰਗ ਲੈ, ਦੇਖੋ ਫਿਰ ਕਹਿ ਰਿਹਾ, ਜੀਵਨ ਦਾ ਗਿਆਨ ਪਹਿਲੇ ਪੇਰੈਂਟਸ ਨੂੰ ਜ਼ਰੂਰੀ ਹੈ, ਪੇਰੈਂਟਸ ਨੂੰ, ਕਿਉਂਕਿ ਉਹਨਾਂ ਨੇ ਦੇਖਣਾ ਨਾ, ਹੁਣ ਉਹ ਅਗਰ ਗਿਆਨ ਕੀ ਹੈ ਇਸ ਇੰਸਟਰੂਮੈਂਟ ਦਾ, ਜਨਮ ਕਿਉਂ ਮਿਲਿਆ, ਇਹ ਜੀਵਨ ਕੀ ਹੈ, ਅਤੇ ਅਸੀਂ ਇੰਪੋਜ਼ ਕਰਕੇ ਕੀ ਕਰਦਾ, ਬੱਚੇ ਦੀ ਜਿਹੜੀ ਬ੍ਰੇਨ ਨੂੰ ਕਿਧਰੇ ਨਾ ਕਿਧਰੇ ਆਪਣੇ ਅਗੇਂਸਟ ਕਰ ਦਿੰਦੇ ਹਾਂ, ਅਗੇਂਸਟ ਕਹਿੰਦੇ ਯਾਰ ਪਾਪਾ ਤਾਂ ਐਵੇਂ ਹੀ ਨਾ, ਫਿਰ ਮਜਬੂਰੀ ਆਉਂਦੀ ਕਿ ਬਈ ਜ਼ਬਰਦਸਤੀ ਕਰ ਰਿਹਾ, ਤੋ ਜਾਏਗਾ ਉਹਦੇ ਉੱਪਰ, ਪਰ ਅੰਦਰੋਂ ਉਹ ਦੁਖੀ ਹੈ, ਪਰੇਸ਼ਾਨ ਹੈ, ਸ਼ਾਂਤ, ਉਹੀ ਉਹ ਜਿਹੜੀ ਪਰੇਸ਼ਾਨੀ, ਉਹ ਦੁੱਖ ਜਿਹੜਾ ਗੈਪ ਜਿਹੜਾ ਉਹ ਵੱਧਦਾ ਚਲਾ ਜਾਂਦਾ, ਇਸ ਲਈ ਹਰ ਬੱਚਾ 12th ਦੇ ਬਾਅਦ ਦੌੜਨਾ ਚਾਹੁੰਦਾ ਪਰਿਵਾਰ ਤੋਂ, ਉਹ ਪੜ੍ਹਨ ਦੇ ਲਈ ਨਹੀਂ ਜਾਣਾ ਬਾਹਰ ਜਾਂਦਾ, ਪਰ ਉਹ ਚਾਹੁੰਦਾ ਪਰਿਵਾਰ ਤੋਂ ਛੁੱਟੀ ਮਿਲੇ, ਆਜ਼ਾਦੀ ਮਿਲੇ, ਆਜ਼ਾਦੀ ਮਿਲੇ, ਔਰ ਕੋਈ ਪਹਿਲੇ ਬੱਚੇ ਦੇਖੋ ਆਪਣੇ ਘਰਾਂ ਦੇ ਅੰਦਰ ਹੀ ਪੜ੍ਹਦੇ, ਬਾਹਰ ਕਹਿ ਦਿਓ, ਬਾਹਰ ਕੋਈ ਜਾਣਦਾ ਹੀ ਨਹੀਂ ਹੋਸਟਲ, ਅੱਜ ਸਭ ਬਾਹਰ ਜਾਣਾ ਚਾਹੁੰਦੇ ਹਾਂ, ਕਿਉਂ, ਪੇਰੈਂਟਸ ਜਿਹੜੇ ਨੇ ਇਤਨੇ ਰਿਸਟ੍ਰੇਨ ਕਰ ਦਿੰਦੇ ਨੇ, ਬੱਚੇ ਦੀ ਭਾਵਨਾ ਉਹਨੂੰ ਨਹੀਂ ਸਮਝ ਕੇ ਉਹਨਾਂ ਦੇ ਅਗੇਂਸਟ ਚੱਲਦੇ ਨੇ। ਮਾਸਟਰ ਜੀ, ਜਿੱਦਾਂ ਕਹਿੰਦੇ ਕਿ ਪਹਿਲਾਂ ਸਾਡੇ ਅਸੀਂ ਜੋ ਛੋਟੇ ਹੁੰਦੇ ਸੀ, ਸਾਡੇ ਪੇਰੈਂਟਸ ਰੱਜ ਕੇ ਕੁੱਟ ਵੀ ਲੈਂਦੇ ਸੀ ਸਾਨੂੰ, ਪੂਰਾ ਮਤਲਬ ਕਿ ਬਾਹਰਲਾ ਗੁੱਸਾ ਵੀ ਸਾਡੇ 'ਤੇ ਲਾ ਦਿੰਦੇ ਸੀ, ਅਤੇ ਬੱਚੇ ਆਗਿਆਕਾਰੀ ਹੁੰਦੇ ਸੀ, ਕਹਿਣੇ 'ਚ ਹੁੰਦੇ ਸੀ, ਅੱਜ ਕੱਲ੍ਹ ਦੇ ਬੱਚਿਆਂ 'ਤੇ ਹੱਥ ਵੀ ਨਹੀਂ ਚੱਕਦੇ, ਪਰ ਉਹ ਫਿਰ ਵੀ ਬਾਗੀ ਹੋਏ ਫਿਰਦੇ ਆ, ਲੋੜ ਆ ਬੱਚਿਆਂ ਨੂੰ ਕੁੱਟਣ ਦੀ? ਕਿ ਕੁੱਟਣਾ ਜਾਂ ਮਾਂ ਪਿਓ ਦੀ ਲੜਾਈ ਉਸ ਚੀਜ਼ ਉਸ ਕਾਰਨ ਵੀ ਜਿਹੜੇ ਬੱਚੇ ਨੇ ਡਿਪਰੈਸ਼ਨ ਦੇ ਵਿੱਚ ਜਾਂਦੇ ਆ? ਸਭ ਬਹੁਤ ਫੈਕਟਰ ਹੈਗੇ, ਮਾਂ ਪਿਓ ਤਾਂ ਦੇਖੋ ਫਿਰ ਹੋਈ ਹੋ, ਦੋਨੋਂ ਮਾਂ ਪਿਓ ਕੰਮ 'ਤੇ ਜਾ ਰਹੇ, ਸ਼ਾਮ ਨੂੰ ਆਉਣਗੇ, ਉਹ ਬਾਈ ਆਈ ਨਹੀਂ ਤਾਂ ਰੋਟੀ ਬਣਾ ਦੇ, ਮੈਨੂੰ ਇਹ ਕਰ ਦੇ, ਨਹੀਂ ਹੋ ਰਿਹਾ, ਮੈਂ ਵੀ ਥੱਕੀ ਹੋਈ ਆਈ ਹਾਂ, ਹੈ ਆਪਸ ਵਿੱਚ ਡਿਸਪਿਊਟ ਹੁੰਦੇ ਨੇ, ਇੱਕ ਲੈ ਵੱਧਦੇ ਨੇ, ਬੱਚੇ ਦੇਖ ਰਹੇ ਨੇ, ਇਹ ਵੀ ਇੱਕ ਪੁਆਇੰਟਰ ਹੁੰਦਾ। ਫਿਰ ਉਹਦੇ ਬਾਅਦ ਕੀ ਹੈਗਾ, ਕਿਧਰੇ ਨਾ ਕਿਧਰੇ ਜਿਹੜੀ ਸਾਡੀ ਜਿਹੜੀ ਨੀਡਸ ਹੈਗੀਆਂ ਨੇ ਨਾ, ਉਹਨਾਂ ਨੂੰ ਜਦੋਂ ਤੱਕ ਅਸੀਂ ਸੀਮਾ ਵੀ ਨਹੀਂ ਲਿਆਉਣਗੇ, ਅਸੀਂ ਨਹੀਂ ਕਰ ਪਾਉਂਦੇ। ਮਾਂ ਬੱਚੇ ਨੂੰ ਜਨਮ ਦੇਗੀ, ਘਰ ਵਿੱਚ ਤਾਂ ਮਾਂ ਦੇ ਹੈ ਨਾ, ਉਹਦੇ ਬਾਅਦ ਉਹਨੂੰ ਹੀ ਦੇਖਣਾ ਬੱਚੇ ਨੂੰ, ਕਿਉਂਕਿ ਮਾਂ ਦਾ ਕਨੈਕਸ਼ਨ ਹੈ ਨਾ ਬਰੀਥ ਦਾ। 5 ਸਾਲ ਤੋਂ ਬੱਚੇ ਨੂੰ ਪਾਲਣਾ ਪੋਜਣਾ ਪਏਗਾ, 5 ਸਾਲ ਛੁੱਟੀ ਨਹੀਂ ਲਈ, ਬੱਚਾ ਜਿਹੜਾ ਫਿਰ ਉਧਰੋਂ ਹੀ ਨਾ ਕਿਧਰੇ ਨਾ ਕਿਧਰੇ ਉਸਦੇ ਅੰਦਰ ਡਿਸਟਰੈਕਟ ਹੁੰਦਾ ਚਲਾ ਜਾਂਦਾ। ਬਹੁਤ ਫੈਕਟਰ ਨੇ, ਅਤੇ ਆਪਣਾ ਜੀਵਨ ਦਾ ਜਦੋਂ ਤੱਕ ਗਿਆਨ ਨਹੀਂ ਹੋਏਗਾ ਨਾ, ਤੁਸੀਂ ਜਿਹੜਾ ਅੱਗੇ ਨਹੀਂ, ਆਪਣਾ ਬਰੋਸ਼ਰ ਹੀ ਨਹੀਂ ਪੜ੍ਹਿਆ, ਮੈਂ ਕੌਣ ਹਾਂ, ਕੀ ਜ਼ਿੰਦਗੀ ਹੈ, ਭਾਗਿਆ ਬਣਿਆ ਕਿਉਂ ਹੈ, ਜੇ ਪਤਾ ਲੱਗ ਜਾਊਗਾ ਤਾਂ ਰਜਾਈ ਵੀ ਜਾ ਗਏ, ਸੱਚਿਆਰ ਹੋ ਗਏ। ਦੇਖੋ ਰਜਾਈ ਹੁਕਮ ਰਜਾਈ ਸੱਚਿਆਰ, ਕਿਵ ਸੱਚਿਆਰਾ ਹੋਈਏ, ਹੁਕਮ ਰਜਾਈ ਚੱਲਣਾ, ਸੱਚਿਆਰ ਹੋ ਜਾਓਗੇ, ਸੱਚਖੰਡ ਪਹੁੰਚ ਜਾਓਗੇ। ਨਹੀਂ ਹੋਮੇ ਹੈ, ਹੋਮੇ ਵੀ ਦੇਖੋ ਕਿੰਨੀ ਹੋ ਗਈ ਹੈ, ਅਸੀਂ ਦੇਖੀਏ ਸਿਰ ਦੇ ਵਾਲ ਤੋਂ ਪੈਰ ਦੇ ਨਖੂਨ ਤੱਕ ਮੇਰਾ ਕੀ ਹੈ, ਦਿਮਾਗ ਤੱਕ ਮੇਰਾ ਨਹੀਂ ਹੈ, ਸਭ ਮੈਨੂੰ ਮਿਲੇ ਰੱਬ ਤੋਂ ਹੈ ਨਾ, ਅਤੇ ਰੱਬ ਦਾ ਹੀ ਦਿੱਤਾ ਹੈ, ਅਤੇ ਇਹ ਸਰੀਰ ਤੋਂ ਜੋ ਵੀ ਹੋਏਗਾ ਔਰ ਰੱਬ ਹੀ ਕਰ ਰਿਹਾ ਨਾ, ਅੱਖਾਂ ਆਪਣੇ ਆਪ ਦੇਖ ਰਹੀਆਂ, ਮੈਂ ਅੱਖਾਂ ਨੂੰ ਕਹਿੰਦਾ ਤੂੰ ਦੇਖ, ਕੰਨਾਂ ਨੂੰ ਕਹਿੰਦਾ ਸੁਣ, ਆਪਣੇ ਆਪ ਹੋ ਰਿਹਾ, ਜਦੋਂ ਸਰੀਰ ਕੁਛ ਕਰਦਾ ਮੈਂ ਕੀਤਾ, ਇਹ ਹੋਮੇ ਆ ਗਈ, ਹੋਮੇ ਆ ਗਈ ਤਾਂ ਗੁਰੂ ਸਾਹਿਬ ਕੀ ਕਹਿ ਰਹੇ ਨੇ, ਤੂੰ ਦੁਖੀ ਰਹੇਗਾ, ਕਿਉਂਕਿ ਮੇਰਾ ਹੈ ਬਾਈ, ਮੇਰਾ ਸ਼ੁਕਰਾਨਾ ਕਰ,
ਨਹੀਂ ਤਾਂ ਕੁੜਿਆਰ ਹੋ ਜਾਏਗਾ, ਕੁੜਿਆਰ ਯਾਨੀ ਕੂੜਾ ਹੋ ਗਿਆ। ਜੇ ਹੁਕਮ ਵਿੱਚ ਆ ਗਿਆ ਸੱਚਿਆਰ, ਮੌਜਾਂ ਵੀ ਹੋ ਗਈਆਂ। ਅਤੇ ਇਹ ਜਾਣਨਾ ਹੈ। ਦੇਖੋ ਅਸੀਂ ਪੇਰੈਂਟਸ ਹੋ ਕੇ ਸਮਝ ਸਕਦੇ ਹਾਂ, ਅੱਜ ਬੱਚਿਆਂ ਨੂੰ ਕਹੀਏ ਤੁਸੀਂ ਇਹ ਸਮਝੋ, ਉਹ ਪਾਠ ਵੀ ਨਹੀਂ ਕਰਦੇ ਸਹੀ। ਬਿਲਕੁਲ ਸਹੀ। ਅਸੀਂ ਸਮਝ ਜਾਵਾਂਗੇ ਉਹਨਾਂ ਨੂੰ, ਕਹਾਂ ਬੱਚੇ ਦੇਖੋ ਗੁਰੂ ਸਾਹਿਬ ਸਾਡੇ ਕੀ ਕਹੇ, ਉਹ ਜਾਣਦੇ ਨੇ ਗੁਰੂ ਨਾਨਕ ਦੇਵ ਹੈਗੇ, ਸਾਡੇ 10 ਗੁਰੂ ਹੈਗੇ, ਉਹ ਜਾਣਦੇ ਨੇ ਨਾ। ਅਤੇ ਉਹ ਕਹਿਣਗੇ ਅੱਛਾ ਗੁਰੂ ਸਾਹਿਬ ਨੇ, ਅੱਛਾ ਸੋਚੀ ਸੋਚ, ਜ਼ਿਆਦਾ ਨਾ ਸੋਚ, ਭੁੱਖ ਜ਼ਿਆਦਾ ਨਹੀਂ, ਆਪਣੇ ਕਰਮ ਕਰਨੇ, ਅਸੀਂ ਕਰਮ ਕਰਨਾ, ਇਹ ਜ਼ਰੂਰੀ। ਜੇਕਰ ਅਸੀਂ ਫੀਮੇਲ ਦੀ ਗੱਲ ਕਰੀਏ, ਔਰਤਾਂ, ਮੈਂ ਨਹੀਂ ਕਹਿੰਦੀ ਕਿ ਮਰਦਾਂ ਨੂੰ ਸਟ੍ਰੈਸ ਨਹੀਂ ਹੈਗਾ, ਉਹਨਾਂ ਨੂੰ ਵੀ ਪ੍ਰੋਬਲਮਸ ਹੁੰਦੀਆਂ ਆ, ਜਿਹੜੀਆਂ ਘਰੇਲੂ ਔਰਤਾਂ ਆ, ਤੁਹਾਨੂੰ ਲੱਗਦਾ ਕਿ ਜਿਹੜੀਆਂ ਵਰਕਿੰਗ ਆ ਉਹਨਾਂ ਨਾਲੋਂ ਵੱਧ ਸਟ੍ਰੈਸ ਦੇ ਵਿੱਚ ਘਰੇਲੂ ਔਰਤਾਂ ਜਿਹੜੀਆਂ ਉਹ ਹੁੰਦੀਆਂ? ਕਿੰਨਾ ਕੁ ਤੁਸੀਂ ਇਸ ਚੀਜ਼ ਨੂੰ ਐਗਰੀ ਕਰਦੇ ਹੋ? ਦੇਖੋ ਐਵੇਂ ਹੈ ਕਿ ਸਟ੍ਰੈਸ ਦੋਨੋਂ ਤਰਫ ਹੀ ਹੈ ਜੀ। ਜ਼ਿਆਦਾ ਸਟ੍ਰੈਸ ਕਹੇ ਤਾਂ ਡੈਫੀਨੇਟਲੀ ਜਿਹੜੀ ਹੈ ਵਰਕਿੰਗ, ਉਹਨਾਂ ਨੂੰ ਜ਼ਿਆਦਾ ਸਟ੍ਰੈਸ, ਉਹਨਾਂ ਨੂੰ ਜ਼ਿਆਦਾ ਉਹਦਾ ਕਾਰਨ ਹੈ ਜੀ। ਪ੍ਰਕਿਰਤੀ ਨੇ ਰੱਬ ਨੇ ਜਿਹੜਾ ਫੀਮੇਲ ਨੂੰ ਸੁਣਿਆ ਨਾ, ਇਸਤਰੀ ਨੂੰ ਸੁਣਿਆ ਬੱਚਾ ਜਨਮ ਦੇਣ ਲਈ, ਅਤੇ ਜਦੋਂ ਬੱਚਾ ਦੇ ਟਾਈਮ ਹੁੰਦਾ ਅਤੇ ਮਾਂ ਦੇ 9 ਮਹੀਨੇ ਅੰਦਰ ਜਿਹੜਾ ਸਵਾਸਰ ਨਾਲ ਚੱਲ ਰਿਹਾ, ਅਤੇ ਉਹ ਮਾਂ ਜਿਹੜੀ ਹੈ ਜਦੋਂ ਬੱਚਾ ਜਨਮ ਦਿੰਦਾ ਅਤੇ ਉਹਨੂੰ ਜਿਹੜਾ ਪੂਰਾ ਕਨੈਕਸ਼ਨ ਰੱਖਣਾ, ਸਵੇਰੇ ਉਹ ਡਿਊਟੀ ਜਾਣਾ, ਮੰਨ ਲਓ 6 ਮਹੀਨੇ ਸਾਲ ਨਿਕਲ ਗਿਆ ਰਹਿ ਗਈ, ਅਤੇ ਸਵੇਰੇ ਪਹਿਲੇ ਸਾਰੀ ਤਿਆਰੀ ਕਰਨੀ, ਰਾਤ ਭਰ ਬੱਚਿਆਂ ਨੂੰ ਸੰਭਾਲਣਾ, ਫਿਰ ਸਵੇਰੇ ਜਾਣਾ। ਅਤੇ ਇਸ ਲਈ ਦੇਖੋ ਜੋ ਬੱਚਿਆਂ ਦੇ ਨਾਲ ਮਾਂ ਚੱਲਦਿਆਂ ਨੇ ਉਹਨਾਂ ਦਾ ਜਿਹੜਾ ਕਿਧਰੇ ਨਾ ਕਿਧਰੇ ਮਾਈਗ੍ਰੇਨ, ਪੇਨ, ਹੈਡਏਕ, ਉਹਨਾਂ ਤੋਂ ਜ਼ਿਆਦਾ ਹੈਲਥ ਨਾਲ ਇਸ਼ੂ ਆ ਜਾਂਦੇ, ਕਿਉਂਕਿ ਉਹਨਾਂ ਨੂੰ ਹੁਣ ਪੈਸਾ ਵੀ ਆ ਰਿਹਾ ਹੈ ਨਾ, ਉਹ ਵੀ ਚਾਹੀਦਾ, ਕਈ ਜ਼ਰੂਰਤਾਂ ਤਾਂ ਵੱਧ ਚੁੱਕੀਆਂ ਨੇ। ਹੁਣ ਬੱਚਾ, ਬੱਚੇ ਨੂੰ ਫਿਰ ਕਰਚ ਵੀ ਪਾਓ, ਫਿਰ ਮਾਂ ਜਦੋਂ ਆਏਗੀ ਪਹਿਲਾਂ ਉਹਨੂੰ ਦੌੜ ਕੇ ਦੇ ਮੇਰਾ ਬੱਚਾ, ਕਿਉਂਕਿ ਸਵਾਸਾਂ ਨਾਲ ਮਾਂ ਦੇ ਰਿਹਾ ਨਾ ਉਹ, ਅਤੇ ਉਹ ਆਏਗੀ ਇੱਕਦਮ ਦੌੜੇਗੀ, ਪਹਿਲੇ ਸਭ ਉਹ ਥਕਾਵਟ ਕੇ ਬੱਚੇ ਨੂੰ ਦੇਖਣਾ, ਫਿਰ ਉਹ ਸੰਸਾਰ ਦੇ ਕਰਮ ਵੀ, ਡਿਊਟੀ ਵੀ ਕਰਨੀ ਹੈ ਬਾਹਰ, ਅਤੇ ਘਰ ਬੱਚੇ ਨੂੰ ਵੀ ਦੇਖਣਾ, ਅਤੇ ਮੋਰ ਬਰਡਨ ਇਸ ਜਿਹੜੀ ਬਾਹਰ ਜਾ। ਪਰ ਘਰ ਦੇ ਅੰਦਰ ਨੂੰ ਕੀ ਹੈ ਹੁਣ, ਕਿਉਂਕਿ ਇਹ ਸੈਲਫ ਡਿਪੈਂਡੈਂਸੀ ਵਾਲੀ ਗੱਲ ਹੋ ਗਈ, ਪਹਿਲੇ ਹੁੰਦਾ ਸੀਗਾ ਕਦੋਂ ਸਮੇਂ ਸੀਗਾ ਅਤੇ ਜੋ ਘਰ ਵਿੱਚ ਆਉਂਦਾ ਸੀ ਦਾਦਾ ਦਾਦੀ ਨੂੰ, ਦਾਦਾ ਨੂੰ ਪੁੱਛੀਏ ਤਾਂ ਆ ਕੇ ਲਿਆ ਬਾਈ, ਅੱਜ ਇਹ ਨਹੀਂ ਹੁੰਦਾ, ਅੱਜ ਇਹ ਬੜੀ ਪ੍ਰੋਬਲਮ ਹੋ ਗਈ ਕਿ ਫੀਮੇਲਸ ਨੂੰ ਜਿਹੜਾ ਪਤੀ ਉਹ ਕਹਿੰਦਾ ਮੈਂ ਕਮਾ ਰਿਹਾ ਨਾ ਤਾਂ ਮੇਰੇ ਕੋਲ ਹੀ ਰਹੇ ਸਭ ਕੁਛ, ਅਤੇ ਉਹ ਹੈ ਕਿ ਸੋਚਦੀ ਯਾਰ ਹਰ ਚੀਜ਼ ਤਾਂ ਮੰਗੋ ਦਿੰਦਾ ਹੀ ਨਹੀਂ ਹੈ, ਫਿਰ ਉਹ ਕਹਿੰਦੀ ਉਹ ਵਿਚਾਰੀ ਡਿਸਟਰਬ ਹੁੰਦੀ, ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ। ਇਸ ਲਈ ਕਦੋਂ ਦੇਖੋ ਆਪਸ ਈਗੋ ਹੈ, ਹੁਣ ਹਸਬੈਂਡ ਬਾਹਰ ਜਾ ਰਿਹਾ, ਈਗੋ ਕਲੈਸ਼ ਹੁੰਦੀ ਹੈ, ਬਾਹਰ ਕਿਤੇ ਰਿਲੇਸ਼ਨ ਬਣਿਆ, ਪਤਨੀ ਨੂੰ ਕੁਛ ਸਮਝਦੇ ਨਹੀਂ, ਉਹ ਕੁਛ ਕਰ ਨਹੀਂ ਰਹੀ, ਫਿਰ ਡਾਇਵੋਰਸ ਦੀ ਸਟੇਟ ਆ ਜਾਂਦੀ ਹੈ, ਮਾਂ ਦੇ ਨਾਲ ਬੱਚੇ ਹੋ ਗਏ, ਉਹਦੇ ਕੋਲ ਪੈਸੇ ਵੀ ਨਹੀਂ ਹੈਗੇ ਕਿਉਂਕਿ ਉਹਨੇ ਪੈਸੇ ਨਹੀਂ ਦਿੱਤੇ, ਅਤੇ ਉਹ ਵਿਚਾਰੀ ਕਿਧਰੇ ਉਹ ਵੀ ਸਟ੍ਰੈਸ 'ਚ ਰਹਿੰਦੀ ਹੈ ਇਸ ਟਾਈਮ, ਕਿਉਂਕਿ ਬਾਹਰ ਰਿਲੇਸ਼ਨ ਬਣੇ ਹੋਏ ਨੇ, ਇੱਧਰ ਪੈਸੇ ਨਹੀਂ ਮਿਲ ਰਹੇ, ਅਤੇ ਉਹ ਕਹਿੰਦੀ ਕੀ ਕਰੀਏ, ਅਤੇ ਇਹ ਵੀ ਬੜਾ ਸਟ੍ਰੈਸ ਦਾ ਕਾਰਨ ਹੈ। ਇਸ ਲਈ ਮੈਂ ਕਹਿੰਦਾ ਭਾਈ ਉਹ ਵੀ ਸਭ ਸਵੇਰੇ ਤੋਂ ਰਾਤ 24 ਘੰਟੇ ਬੱਚੇ ਨੂੰ ਸੰਭਾਲਣਾ, ਸੋਚੋ ਅਗਰ 22 ਰੱਖੋ ਫਿਰ ਤੁਹਾਡੀ ਨੀਡ ਵੀ ਪੂਰੀ ਕਰਦੀ ਆ, ਉਹ ਕਿੰਨਾ ਪੈਸਾ ਬਾਹਰ ਲੱਗੇਗਾ ਇਹਦੇ ਲਈ, ਅਤੇ ਉਹਨਾਂ ਦਾ ਵੀ ਹੱਕ ਹੈ ਜੋ ਤੁਸੀਂ ਕਮਾ ਕੇ ਲਿਆ ਰਹੇ ਹੋ, ਇਸ ਲਈ ਜੁਆਇੰਟਲੀ ਰੱਖੋ ਨਾ, ਉਹ ਇੱਕ ਕਰਮ ਹੋਣਾ ਚਾਹੀਦਾ ਤਾਂ ਕਿ ਉਹ ਵੀ ਰਿਲੈਕਸ ਵਿੱਚ ਰਹੇ। ਮਾਸਟਰ ਜੀ ਮੈਂ ਕਈ ਵਾਰੀ ਪਬਲਿਕ ਸ਼ੋਅ ਵੀ ਕਰਦੀ ਹਾਂ, ਮੈਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੀ ਹਾਂ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ, ਜਦੋਂ ਮੈਨੂੰ ਕੋਈ ਮੈਂ ਪੁੱਛਦੀ ਜਾ ਕੇ ਕਿ ਤੁਸੀਂ ਕੀ ਕਰਦੇ ਹੋ, ਵਰਕਿੰਗ ਹੁੰਦੇ ਠੀਕ ਆ, ਵਧੀਆ ਹੁੰਦਾ ਕਿ ਜਿਹੜੇ ਕੰਮ ਕਰਦੇ ਨੇ ਆਪਣੇ ਪੈਰਾਂ 'ਤੇ ਸਟੈਂਡ ਨੇ, ਜਿਹੜੀਆਂ ਘਰੇਲੂ ਔਰਤਾਂ ਮਿਲਦੀਆਂ ਕਿ ਅਸੀਂ ਹਾਊਸ ਵਾਈਫਸ ਹਾਂ, ਉਹਨਾਂ ਨੂੰ ਮੈਂ ਕਹਿੰਦੀ ਹੁੰਦੀ ਤੁਹਾਡੀ ਜੋਬ ਸਭ ਤੋਂ ਟਫ ਆ, ਕਿਉਂਕਿ ਸਾਡੇ ਵਰਗਿਆਂ ਨੂੰ ਜੋਬ ਤੋਂ ਛੁੱਟੀ ਹੋ ਜਾਂਦੀ, ਤੁਹਾਨੂੰ ਤੁਹਾਡਾ ਕੰਮ ਦੁੱਗਣਾ ਹੋ ਜਾਂਦਾ ਛੁੱਟੀ ਵਾਲੇ ਦਿਨ, ਹੈ ਨਾ। ਉਹ ਉਹਨਾਂ 'ਤੇ ਕਈ ਤਾਂ ਖੁਸ਼ੀ ਖੁਸ਼ੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਦੇ ਸਮੇਂ ਦੇ ਹਿਸਾਬ ਦੇ ਨਾਲ ਅੱਜ ਕੱਲ੍ਹ ਬਹੁਤ ਚੇਂਜਸ ਆ ਗਿਆ, ਨਿਊਕਲੀਅਰ ਫੈਮਲੀਜ਼ ਹੋ ਗਈਆਂ, ਘਰੇ ਕੋਈ ਆਉਂਦਾ ਪਹਿਲੀ ਮੱਥੇ 'ਤੇ ਤੀੜੀਆਂ ਪੈ ਜਾਂਦੀਆਂ ਕਿ ਛੇਤੀ ਜਾਵੇ, ਹੈ ਨਾ, ਉਹਦਾ ਸਟ੍ਰੈਸ ਵੀ ਉਹਨਾਂ 'ਤੇ ਪੈ ਹੀ ਜਾਂਦਾ। ਰਿਸ਼ਤਿਆਂ ਨੂੰ ਲੈ ਕੇ ਅੱਜ ਕੱਲ੍ਹ ਬਹੁਤ ਹੀ ਬਦਲਾਅ ਆ ਗਏ ਆ,
ਜਿਹੜਾ ਘਰੇਲੂ ਜਾਂ ਇਫੈਕਟ ਕਿਹੜੇ ਚੀਜ਼ 'ਤੇ ਜ਼ਿਆਦਾ ਪੈਂਦਾ, ਜਿਹੜੀ ਵਰਕਿੰਗ ਨੇ ਜਾਂ ਜਿਹੜੀਆਂ ਘਰੇਲੂ ਨੇ ਹਾਊਸ ਵਾਈਫਸ ਨੇ, ਉਹਨਾਂ ਚੀਜ਼ਾਂ ਦਾ ਰਿਸ਼ਤਿਆਂ ਨੂੰ ਲੈ ਕੇ ਜਿਹੜਾ ਸਟ੍ਰੈਸ ਲੈ ਕੇ ਘੁੰਮ ਰਹੇ ਨੇ ਆਪਣੇ ਅੰਦਰ, ਟਾਈਮ ਦੇਣਾ ਨਹੀਂ ਦੇਣਾ ਜਾਂ ਦੇ ਨਹੀਂ ਪਾਉਣਾ ਵਰਕਿੰਗ ਦੇ ਉੱਪਰ, ਵਰਕਿੰਗ ਕਿਉਂਕਿ ਉਹ ਥੱਕੇ ਹੋਏ ਆਏ, ਪਤਾ ਲੱਗੇ ਕੋਈ ਆ ਗਿਆ, ਔਰ ਫਿਰ ਉਹਨਾਂ ਦੀ ਸੇਵਾ ਭਾਵ ਵੀ ਕਰੋ, ਹੈ ਨਾ। ਫਿਰ ਉਹ ਤਾਂ ਬਾਹਰ ਆਲਰੇਡੀ ਸੋਸ਼ਲ ਹੋ ਕੇ ਆ ਰਹੇ ਨੇ ਨਾ, ਜੋ ਘਰ ਬੈਠੀ ਹਾਊਸ ਵਾਈਫ ਹੈ ਉਹ ਤਾਂ ਦੇਖਦੀ ਹੈ ਕੋਈ ਆਏ ਮੇਰੇ ਕੋਲ, ਉਹ ਜੋ ਬਾਹਰ ਪਹਿਲੇ ਆਫਿਸਾਂ ਵਿੱਚ ਮਿਲ ਕੇ ਆ, ਉਹਨੂੰ ਕੋਈ ਇੱਛਾ ਨਹੀਂ ਹੁਣ ਘਰ ਦੇ ਅੰਦਰ ਆ ਕੇ ਕੋਈ ਮੇਰੇ ਕੋਲ ਆਏ, ਉਹ ਮੈਂ ਜਾ ਕੇ ਉਹਦੀ ਸੇਵਾ ਕਰਾਂਗਾ। ਅਤੇ ਜਿਹੜੀ ਘਰ ਬੈਠੇ ਉਹ ਕਹਿੰਦਾ ਕੋਈ ਤਾਂ ਆਇਆ, ਤਾਂ ਚਲੋ ਬਈ ਚਾਹ ਨਾਸ਼ਤਾ ਕਰਵਾਇਆ ਕਰੋ, ਅਤੇ ਇਹ ਉਹਦੇ ਅੰਦਰ ਵੀ ਕਿਤੇ ਨਾ ਕਿਤੇ ਰਿਸ਼ਤੇ ਤੋਂ ਦੂਰ ਵੀ ਜਿਹੜਾ ਹੈ ਜੋਬ ਵਾਲੀ ਹੋ ਜਾਂਦੇ ਨੇ, ਔਰ ਬਾਹਰ ਜਿਹੜਾ ਹੈਗਾ ਰਿਐਲਿਟੀ ਮਿਲਦੀ ਨਹੀਂ ਹੈ। ਫਿਰ ਵੀ ਕਹਿੰਦੇ ਨਾ ਯਾਰ ਆਪਣਾ ਰਿਸ਼ਤਾ ਆਪਣਾ ਹੀ ਹੈ, ਦੁੱਖ ਆਉਂਦਾ ਫਿਰ ਵੀ ਆਪਣਾ ਆ ਕੇ ਖੜਾ ਹੋ ਜਾਂਦਾ ਹੈ ਨਾ, ਕਹਿੰਦੇ ਨਾ, ਅਤੇ ਉਹ ਰਿਸ਼ਤਾ ਦੂਰ ਹੁੰਦੇ ਜਾ ਰਹੇ ਨੇ। ਉਹ ਫਿਰ ਜੈਲਸੀ ਅਲੱਗ, ਐਤਿਆਨ ਉਸ ਵੱਡੀ ਕੰਪਨੀ 'ਚ ਕੰਮ ਕਰਦੀ ਹੈ, ਇਹਦਾ ਬੇਟਾ ਤਾਂ ਅਮਰੀਕਾ ਹੈਗਾ, ਦੁਸ਼ਮਣ ਹੋ ਰਿਹਾ ਹੈ, ਰਿਲੇਸ਼ਨ ਅਪਾਰਟ ਹੁੰਦੇ ਜਾ ਰਹੇ ਨੇ, ਪ੍ਰੋਬਲਮ ਦੋਨੋਂ ਤਰਫ ਹੈਗੀ ਹੈ। ਪਰ ਸੋਸ਼ਲਾਈਜੇਸ਼ਨ ਰਿਲੇਸ਼ਨਸ਼ਿਪ ਦੇ ਅੰਦਰ, ਜਿਹੜੇ ਪਰਿਵਾਰਿਕ ਸੰਬੰਧ ਅੰਦਰ, ਡੈਫੀਨੇਟਲੀ ਜੋਬ ਵਾਲੇ ਦੂਰ ਹੋ ਜਾਂਦੇ ਨੇ। ਅਤੇ ਮਾਸਟਰ ਜੀ, ਜਿੱਦਾਂ ਜਿਹੜੀਆਂ ਜੋਬ ਕਰਦੀਆਂ ਆ ਉਹਨਾਂ ਦੇ ਕੰਪੈਰੀਜ਼ਨ ਜਿਹੜੇ ਉਹਨਾਂ ਦੇ ਹਸਬੈਂਡ ਆ, ਉਹਨਾਂ 'ਚ ਕਲੈਸ਼ ਹੁੰਦਾ ਜਾਂ ਉਹ ਕਹਿੰਦੇ ਕਿ ਇਹ ਕਿੱਦਾਂ ਵੱਧ ਕਮਾਉਣ ਲੱਗ ਗਈ, ਉਹਦਾ ਸਟ੍ਰੈਸ ਵੀ ਲੈ ਕੇ ਘੁੰਮਦੀਆਂ ਬੀਬੀਆਂ, ਕਈ ਜੈਲਸੀ ਫੈਕਟਰ ਤਾਂ ਹਸਬੈਂਡ ਤੋਂ ਹੀ ਆ ਜਾਂਦਾ, ਉਹਨਾਂ ਨੂੰ ਹੀ ਹੋਣ ਲੱਗ ਜਾਂਦਾ ਮੇਰੇ ਤੋਂ ਵੱਧ ਕਿੱਦਾਂ ਕਮਾਉਣ ਲੱਗ ਗਈ, ਹੁੰਦਾ ਇਹ ਵੱਧ ਕਿੱਦਾਂ, ਇਹ ਵੀ ਹੁੰਦਾ, ਇਹ ਵੀ ਹੁੰਦਾ। ਕਿਉਂਕਿ ਕਾਰਨ ਕੀ ਹੈ, ਕੰਪੀਟੀਸ਼ਨ ਆ ਗਿਆ, ਹਸਬੈਂਡ ਹੀ ਕਹਿਣ ਲੱਗ ਗਿਆ ਮੈਂ ਦੇਖਿਆ, ਉਹ ਦਿਖਾਉਂਦਾ ਇਨਫੀਰੀਅਰਿਟੀ, ਬਈ ਤੂੰ ਇਨਫੀਰੀਅਰ ਹੈ, ਜੋ ਕਿ ਗਲਤ ਚੀਜ਼, ਗਲਤ ਹੈ। ਦੇਖੋ ਅੱਜ ਤੋਂ 30-40 ਸਾਲ ਪਹਿਲੇ ਬਾਹਰ ਕੋਈ ਕਮਾਨ ਵੀ ਨਹੀਂ ਜਾਂਦੀ ਸੀ, ਉਹ ਘਰ ਨੂੰ ਦੇਖਦੇ ਸੀਗੇ, ਅੱਜ ਆ ਰਹੀ ਹੈ, ਕਰ ਤਾਂ ਰਹੀ ਹੈ ਨਾ ਭਾਈ, ਘਰ ਦੇ ਅੰਦਰ ਸ਼ੇਅਰ ਤਾਂ ਕਰ ਰਹੀ ਹੈ, ਵੀ ਸ਼ੁੱਡ ਬੀ ਥੈਂਕਫੁਲ। ਕਿਉਂਕਿ ਨਾ ਬੱਚੇ ਨੂੰ ਫਿਰ ਵੀ ਮਾਂ ਹੀ ਦੇਖਦੀ ਆ, ਅਸੀਂ ਪਿਓ ਨੂੰ ਕਹਿ ਦਈਏ ਨਾ ਕਿ ਪਹਿਲੇ 5 ਸਾਲ ਤੂੰ ਵੱਡਾ ਕਰਕੇ ਦਿਖਾ, ਕੋਈ ਪਿਓ ਨਹੀਂ ਕਰ ਸਕਦਾ ਵੱਡਾ, ਮਾਂ ਹੀ ਕਰਦੀ ਹੈ, ਉਹਦੇ ਧੜਕਣਾਂ ਨਾਲ ਜੁੜਿਆ ਹੋਇਆ। ਫਿਰ ਉਹਦੇ ਬਾਅਦ ਪਤਾ ਲੱਗੇ ਤੂੰ ਕੰਮ ਕਮਾ ਰਹੀ ਹੈ, ਔਰ ਫਿਰ ਤੂੰ ਘਰ ਦੇ ਕੰਮ ਵੀ ਸਾਰੇ ਤੂੰ ਹੀ ਕਰ, ਤੇ ਇਹ ਜਿਹੜੇ ਕਲੈਸ਼ ਨਾ ਆਪਸ 'ਚ ਫਾਈਟ ਹੋ ਜਾਂਦੇ, ਫਿਰ ਕਿਤੇ ਹੁੰਦਾ ਕਿਧਰੇ ਬਾਹਰ ਰਿਲੇਸ਼ਨਸ਼ਿਪ ਹੋ ਗਈ, ਫਿਰ ਉਹ ਦੇਖਦੀ ਹੈ ਕੀ ਹੈ, ਇਹ ਬੜਾ ਡਿਸਟ੍ਰੈਕਸ਼ਨ ਹੋ ਜਾਂਦਾ। ਮਾਸਟਰ ਜੀ, ਆਹ ਵੀ ਚੀਜ਼ਾਂ ਹੁੰਦੀਆਂ ਨਾ ਕਿ ਜਦੋਂ ਰਿਸ਼ਤਾ ਹੋਣਾ ਹੁੰਦਾ ਕੁੜੀ ਮੁੰਡੇ ਦਾ, ਕਿ ਕੁੜੀ ਸਾਨੂੰ ਵਰਕਿੰਗ ਚਾਹੀਦੀ ਆ ਪਰ ਨਾਲ ਘਰ ਦਾ ਕੰਮ ਕਰਦੀ ਵੀ ਹੋਣੀ ਚਾਹੀਦੀ ਆ, ਬੰਦਾ ਭਾਵੇਂ ਇਕੱਲਾ ਕਮਾ ਕੇ ਆ ਗਿਆ ਉਹਦੇ ਤੋਂ ਰੋਹ ਪਾਵੇ ਕਿ ਆ ਗਈ ਕੰਮ ਤੋਂ, ਚੱਲ ਮੈਨੂੰ ਚਾਹ ਬਣਾ ਕੇ ਦੇ, ਰੋਟੀ ਪਾ ਕੇ ਦੇ, ਉਹ ਵੀ ਚੀਜ਼ ਤਾਂ ਗਲਤ ਹੀ ਹੈ। ਬਿਲਕੁਲ ਹੈ, ਦੇਖੋ ਮੈਂਟਲਿਟੀ ਅਸੀਂ ਕਰਤੀ ਨਾ ਐਵੇਂ, ਅੱਜ ਮਾਂ ਪਿਓ ਵੀ ਕਹਿੰਦੇ ਨੇ ਕਿ ਵੀ ਕਮਾਊ ਹੋਣੀ ਚਾਹੀਦੀ ਹੈ, ਪਰ ਕਮਾਊ ਹੋਣੀ ਚਾਹੀਦੀ ਜਦੋਂ ਬੱਚਾ ਆਏਗਾ ਤਾਂ ਕੀ ਹੈ, ਜਦੋਂ ਤੱਕ ਬੱਚਾ ਨਹੀਂ ਹੈ ਨੋ ਪ੍ਰੋਬਲਮ, ਜਿਸ ਦਿਨ ਬੱਚਾ ਆਇਆ ਪ੍ਰੋਬਲਮ ਤਾਂ ਹੈ ਕਿ ਬੱਚੇ ਦੀ ਕੇਅਰ ਟੇਕ ਕੌਣ ਕਰੇਗਾ, ਉਹ ਮਾਂ ਦੀ ਰਿਸਪੋਂਸਿਬਿਲਟੀ। ਹੁਣ ਮਾਂ ਬਾਹਰ ਵੀ ਕਮਾਏ ਘਰ ਦੀ ਵੀ ਦੇਖੇ, ਅਤੇ ਫਿਰ ਕਲੈਸ਼ ਵੱਧ ਜਾਂਦਾ। ਇਹ ਕਲੈਸ਼ ਹੀ ਜਿਹੜਾ ਕਿਤੇ ਬਹੁਤ ਵੱਡਾ ਕਾਰਨ ਹੈ ਅੱਜ ਦੀ ਯੂਥ ਜਨਰੇਸ਼ਨ ਅੰਦਰ ਹਾਈਲੀ ਫਾਰ ਡਿਪਰੈਸ਼ਨ। ਮੈਰਿਡ ਜਦੋਂ ਬੱਚਾ ਆਉਂਦਾ ਨਾ, ਫਿਰ ਫਾਈਟਿੰਗ ਮੇਨ ਸ਼ੁਰੂ ਹੋ ਜਾਂਦੀ ਹੈ। ਹੁਣ ਉਹ ਬੱਚੇ ਨੂੰ ਵੀ ਦੇਖੇ, ਉਹ ਨੌਕਰੀ ਵੀ ਕਰੇ ਕਮਾ ਕੇ ਵੀ ਆਏ, ਉਹ ਘਰ ਦੇ ਅੰਦਰ ਮਾਂ ਪਿਓ ਨੂੰ ਵੀ ਦੇਖੇ, ਅਤੇ ਆਪਾਂ 'ਚ ਡਿਫਰੈਂਸ। ਹੁਣ ਬੇਟਾ ਤਾਂ ਕਿਉਂਕਿ ਮਾਂ ਪਿਓ ਪੁਰਾਣੇ ਨੇ, ਉਹ ਤਾਂ ਉਹਨਾਂ ਦੀ ਕਹੇਗਾ ਭਾਈ ਇਹ ਕਹਿ ਕਿ ਮੇਰੇ ਕੋਲ ਦੇਖ ਰਿਹਾ, ਮੈਂ ਤਾਂ ਨਹੀਂ ਆਈ ਹਾਂ ਇੱਥੇ, ਅਤੇ ਉਹ ਦੋਨੋਂ ਤਰਫ ਉਹ ਫਸ ਜਾਂਦਾ ਕਈ ਵਾਰੀ, ਉਹ ਫਿਰ ਕਿਸੇ ਨਾ ਕਿਸੇ ਮਾਂ ਪਿਓ ਦਾ ਸਾਈਡ ਲਏਗਾ, ਫਿਰ ਕਲੈਸ਼ ਹੋਰ ਵੱਧਦਾ ਚਲਾ ਜਾਂਦਾ, ਉਹ ਫਿਰ ਡਿਸਟਰੈਸ ਰਹੇਗੀ ਅਤੇ ਡਿਪਰੈਸ਼ਨ ਜਾਏਗਾ, ਫਿਰ ਇਹੀ ਹੋ ਜ਼ਿੰਦਗੀ ਚੱਲੀ, ਉਹੀ ਬੱਚਿਆਂ 'ਤੇ ਇੰਪੈਕਟ ਜਾ ਰਿਹਾ। ਬੱਚੇ ਫਿਰ ਫੈਮਿਲੀ ਤੋਂ ਦੂਰ ਦੌੜਦੇ ਨੇ, ਉਹ ਬਾਹਰ ਲੱਭਦੇ ਨੇ, ਘਰ ਦੇ ਅੰਦਰ ਕਲੈਸ਼ ਹੀ ਚੱਲਦਾ ਰਹਿੰਦਾ, ਦਾਦਾ ਦਾਦੀ ਮਾਂ ਪਿਓ ਦਾ ਕਲੈਸ਼ ਹੀ ਹੈ, ਉਹ ਬਾਹਰ ਦੌੜਦੇ ਨੇ, ਇਹ ਬਹੁਤ ਬੜੀ ਚੇਨ ਬਣ ਗਈ ਹੈ। ਅਤੇ ਐਕਚੁਲੀ ਸਿਸਟਮ ਜਿਹੜਾ ਹੈ ਨਾ, ਉਹ
ਉਹ ਡਿਸਟਰਬ ਹੋ ਗਿਆ। ਦੇਖੋ ਮੈਂ ਕਹਿੰਦਾ ਵੀ ਬੱਚਾ ਚਾਹੀਦਾ ਹੈ ਨਾ, ਅਗਰ ਬੱਚਾ ਤਾਂ ਪਹਿਲੀ ਮਾਇੰਡ ਸੈੱਟ ਕਰ ਲਓ ਵੀ 5 ਸਾਲ ਤਾਂ ਜਿਹੜਾ ਬ੍ਰੇਕ ਲੈਣਾ ਹੀ ਪਊਗਾ। ਪਹਿਲਾਂ ਤਾਂ ਇੱਕ ਦੋ ਪਹਿਲੇ ਡਿਜ਼ਾਈਨ ਕਰੋ ਨਾ ਵੀ ਜ਼ਰੂਰਤਾਂ ਹੈਗੀਆਂ ਨਾ, ਅਤੇ ਜ਼ਰੂਰਤਾਂ ਪੂਰੀ ਕਰਨੀਆਂ ਨੇ। ਬੱਚਾ ਲਿਆਈਏ ਕਿ ਨਹੀਂ ਲਿਆਈਏ, ਕੋਈ ਅੱਜ ਕੱਲ੍ਹ ਇਹ ਨਹੀਂ ਰਿਹਾ ਨਾ ਕਿ ਪਹਿਲੇ ਹੁੰਦਾ ਕਿ ਨਹੀਂ ਬੱਚਾ ਤਾਂ ਨੈਚੁਰਲੀ ਆ ਗਿਆ ਸੀ ਕੀ ਕਰੀਏ, ਹੁਣ ਤਾਂ ਗੋਡ ਐਡ ਗਿਵਨ ਸਭ ਤੋਂ ਤੁਹਾਨੂੰ ਦੇ ਦਿੱਤਾ। ਪਹਿਲੇ ਬੱਚੇ ਦੀ ਸੈਟਿੰਗ ਦੇਖੋ, ਕਰ ਸਕਦੇ ਹਾਂ ਬੰਦਾ ਕਰਾਂਗੇ, ਅਤੇ ਮਾਂ ਨੂੰ ਵੀ ਸੇਫਟੀ ਇੰਪੋਰਟੈਂਟ ਹੈ। ਮਾਂ ਵੀ ਕਿਹਾ ਵੀ ਜੋ ਕਮਾ ਕੇ ਲਿਆਏਗਾ ਨਾ ਨਾਲ ਨਾਲ ਸ਼ੇਅਰ ਰੱਖ, ਕਦੇ ਤੂੰ ਕਿਧਰੇ ਕਰਤਾ ਬਾਹਰ ਤਾਂ ਬੱਚੇ ਨੂੰ ਕੌਣ ਸੰਭਾਲੇਗਾ। ਵਿਆਹ ਤੋਂ ਬਾਅਦ ਮਾਸਟਰ ਜੀ ਡਿਪਰੈਸ਼ਨ ਤਾਂ ਇਹੀ ਸ਼ੁਰੂ ਹੋ ਜਾਂਦਾ ਜੇ ਨਾਲ ਦੇ ਹੈਗੀ ਖੁਸ਼ਖਬਰੀ, ਹੈਗੀ ਖੁਸ਼ਖਬਰੀ ਕੁੜੀ ਦੇ ਦਿਮਾਗ 'ਚ ਇਹ ਚੀਜ਼ ਕਿ ਜਿੰਨਾ ਚਿਰ ਬੱਚਾ ਨਹੀਂ ਹੁੰਦਾ ਉਨਾ ਚਿਰ ਤੁਹਾਡੀ ਫੈਮਿਲੀ ਨਹੀਂ ਕੰਪਲੀਟ। ਪਹਿਲਾਂ ਵਿਆਹ ਦਾ ਪ੍ਰੈਸ਼ਰ ਫੀਮੇਲ 'ਤੇ, ਫਿਰ ਬੱਚੇ ਦਾ, ਫਿਰ ਨੈਕਸਟ ਉਹੀ ਪ੍ਰੋਬਲਮ ਹੈ। ਹੁਣ ਦਾਦਾ ਦਾਦੀ ਨੇ ਕਹਿਤਾ, ਸੱਸ ਸਸੂ ਨੇ ਕਹਿਤਾ, ਮਾਂ ਪਿਓ ਨੇ ਕਹਿਤਾ ਬੱਚਾ ਲਿਆ, ਪਰ ਮੰਮੀ ਜੋਬ ਕਰ ਰਹੀ ਹਾਂ, ਬੱਚੇ ਨੂੰ ਪਾਲੇ ਵੱਡੇ ਕੋਲ, ਉਹ ਫਿਰ ਕਹਿੰਦਾ ਅਸੀਂ ਕਰ ਲਵਾਂਗੇ। ਹੁਣ ਬੱਚਾ ਦਾਦੀ ਦਾਦਾ ਪਾਲਣਗੇ ਜਾਂ ਨਾਨਾ ਨਾਨੀ ਪਾਲਣਗੇ, ਉਹਨਾਂ ਦੀ ਆਯੂ ਹੈ ਨਾ, ਅਤੇ ਬੱਚੇ ਨੂੰ ਜੋ ਮਾਂ ਪਿਓ ਨੇ ਕਰਨਾ, ਮਾਂ ਦੇ ਨਾਲ ਧੜਕਣ ਹੈ ਨਾ, ਅਤੇ ਉਹ ਜਲਦੀ 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 ਬੱਚਾ ਆ ਜਾਂਦਾ ਹੁੰਦਾ, ਉਹ ਕਹਿੰਦਾ ਸੰਭਾਲ, ਰੋਏ ਬਹੁਤ ਜਾ ਰਿਹਾ, ਇਹਨੂੰ ਸੰਭਾਲ, ਅਤੇ ਉਹ ਫਿਰ ਸਭ ਕਰੈਸ਼ ਹੈ। ਮਾਂ ਪਿਓ ਨੂੰ, ਦਾਦਾ ਦਾਦੀ ਨੂੰ ਵੀ ਸਮਝਣਾ ਪਏਗਾ ਕਿ ਸਾਨੂੰ ਨੌਕਰੀ ਵੀ ਚਾਹੀਦੀ ਹੈ, ਹੁੰਦੀ ਕਮਾਈ ਵੀ ਆਉਣੀ ਚਾਹੀਦੀ ਹੈ, ਅਸੀਂ ਇੰਨਾ ਜਿਹੜਾ ਬੱਚਾ ਵੀ ਉਹਨੂੰ ਕਹੀਏ ਦੇ ਦੇ, ਅਤੇ ਕੌਣ ਦੇਖੇਗਾ। ਇਹ ਸਭ ਨੂੰ ਸਮਝਣਾ ਪਏਗਾ, ਹਰ ਇੱਕ ਨੂੰ ਆਪਣੀ ਆਪਣੀ ਰਿਸਪੋਂਸੀਬਿਲਟੀ, ਹਾਲਾਤ, ਵਿਕਾਸ ਬਾਹਰ ਦੀ ਚੀਜ਼ਾਂ ਚਾਹੀਦੀਆਂ ਨੇ, ਉਹ ਵੀ ਪੈਸਾ ਵੀ ਚਾਹੀਦਾ, ਅਤੇ ਹਰ ਚੀਜ਼ ਦੇ ਅੰਦਰ ਗੈਪ। ਬੱਚਾ ਆ ਰਿਹਾ 5 ਸਾਲ ਲਈ ਮਿਨੀਮਮ ਮੇਰੇ ਹਿਸਾਬ ਨਾਲ ਬ੍ਰੇਕ ਹੋਣਾ ਚਾਹੀਦਾ, ਬੱਚਾ ਘੱਟ ਤੋਂ ਘੱਟ ਆਪਣੇ ਸਰੀਰ ਦੀ ਫਿਜ਼ੀਕਲ ਬਾਡੀ ਨੂੰ ਲਿਆ ਸੈੱਟ ਕਰਕੇ, ਫਿਰ ਮੈਂਟਲੀ ਜਿਹੜਾ ਉਹ ਕੰਮ, ਕਿਉਂਕਿ ਫਿਜ਼ੀਕਲ ਬਾਡੀ ਦੇ ਚਸ਼ਮੇ ਲੱਗ ਜਾਂਦੇ ਬੱਚੇ ਨੂੰ, ਮਾਂ ਘਰ 'ਚ ਨਹੀਂ ਹੈ, ਕੌਣ ਖਿਲਾਏਗਾ, ਕੌਣ ਕਰਾਏਗਾ, ਕੀ ਉਹਨੂੰ ਮਿਲ ਰਿਹਾ, ਅਤੇ ਬੱਚਾ ਸ਼ੁਰੂ ਤੋਂ ਹੀ ਵੀਕ ਹੋ ਰਿਹਾ। ਅੱਜ ਕੱਲ੍ਹ ਤਾਂ ਫੋਨਾਂ ਨੇ ਵੀ ਬੇੜਾ ਗਰਕ ਕੀਤਾ, ਨਿਆਣਿਆਂ ਨੂੰ ਫੋਨ ਫੜਾ ਦਿੰਦੇ ਆ, ਵਾਇਲੈਂਸ ਹੋ ਰਹੀ ਹੈ ਨਾ, ਬੱਚਾ ਵਾਇਲੈਂਟ ਹੋ ਰਿਹਾ, ਉਹ ਵਾਇਲੈਂਸ ਹੀ ਵਾਇਲੈਂਸ ਹਰ ਜਗ੍ਹਾ। ਹੁਣ ਤਾਂ ਮਤਲਬ ਮੂਵੀ ਹੈ, ਇੱਕ ਰਾਮ ਔਰ ਰਾਵਣ ਹੈ, ਅਗਰ ਮੂਵੀ ਦੇਖੀਏ, ਕ੍ਰਿਸ਼ਨ ਔਰ ਕੰਸ ਹੈ, ਉਹਦੇ ਅੰਦਰ ਰਾਮ ਦਿਖ ਹੀ ਨਹੀਂ ਰਿਹਾ ਕਿਧਰੇ, ਪੀਸ ਤਾਂ ਦਿਖ ਨਹੀਂ, ਦੋਨੋਂ ਸਾਈਡ ਫਾਈਟ ਹੋ ਰਹੀ ਹੈ, ਅਤੇ ਕੁਛ ਕੰਟਰੋਲ ਕਰਨਾ ਹੈ ਬੱਚਿਆਂ ਨੂੰ। ਇਹ ਵਾਇਲੈਂਟ ਚੀਜ਼ਾਂ ਜ਼ਿਆਦਾ ਦਿਖਾਉਣ ਤੋਂ ਬੈਟਰ ਹੈ ਪੋਜ਼ੀਟਿਵ ਲਿਆਈਏ, ਕੁਛ ਚੀਜ਼ਾਂ ਨੂੰ ਅਸੀਂ ਐਵੇਂ ਜਿਹੇ ਕਰੀਏ, ਰਿਸਟ੍ਰੇਨ ਕਰੀਏ, ਕਿਤੇ ਨਾ ਕਿਤੇ ਇੱਕ ਬਲੌਕ ਲੱਗੇ ਕਿ ਬਈ ਤੇਰੀ ਪੜ੍ਹਾਈ ਹੈ, ਇਹ ਚੀਜ਼ਾਂ ਤੂੰ ਦੇਖ ਸਕਦਾ, ਰਿਫਰੈਸ਼, ਇਹ ਤੇਰੇ ਗਾਈਡ ਨੇ, ਇਹ ਸਭ ਕੁਝ ਓਪਨ ਹੈ। ਹੁਣ ਕਿਵੇਂ ਇਹ ਚੀਜ਼ਾਂ ਹੋਣਗੀਆਂ, ਗਿਆਨ ਦੇਣਾ ਪਏਗਾ, ਅਸੀਂ ਕਿ ਮੋਬਾਈਲ ਕੋਈ ਸਿਸਟਮ ਆ ਜਾਏਗਾ, ਇਹ ਬੜਾ ਡਿਫੀਕਲਟ ਹੈ, ਉਹ ਤਾਂ ਓਪਨ ਹੋ ਚੁੱਕਾ। ਅਤੇ ਗਿਆਨ, ਜ਼ਿੰਦਗੀ ਦਾ ਗਿਆਨ, ਸਪਿਰਚੁਅਲਿਟੀ, ਕਿ ਤੂੰ ਬਈ ਦੇਖ ਤੇਰਾ ਜਨਮ ਹੋਇਆ ਬੇਟਾ, ਇਹ ਤੇਰਾ ਬੰਚਰ, ਇਹ ਤੇਰਾ ਸਟਾਰਟਿੰਗ ਹੈ, ਫਿਰ ਗ੍ਰਸਤ ਆਊਗਾ, ਫਿਰ ਵਾਂ, ਤਾਂ ਉਹਨੂੰ ਸਮਝੇਗਾ। ਮੇਰੇ ਕੋਲ ਨੌਜਵਾਨ ਬੱਚੇ ਨੇ, ਸਭ ਸਮਝ ਰਹੇ ਨੇ, ਬੱਚੇ ਜਲਦੀ ਸਮਝ ਰਹੇ ਨੇ, ਕਿਉਂਕਿ ਬਲੈਂਕ ਸਲੇਟ ਹੈ, ਬਲੈਂਕ ਪੇਪਰ ਹੈ, ਜੋ ਲਿਖਦੇ ਜਾਓ ਲਿਖੇ ਜਾਓ, ਅਤੇ ਬਹੁਤ ਹੀ ਨਾ ਗਿਆਨ ਦੇ ਬਿਨਾਂ ਨਹੀਂ ਹੋਊਗਾ। ਇਸ ਲਈ ਸਾਡੇ ਕੋਲ ਤਾਂ ਉਹ ਵਾਣੀ ਕਹਿੰਦੇ, ਸੁਣੋ, ਅਤੇ ਇੱਕ ਵਾਣੀ ਰੋਜ਼ ਸੁਣੋਗੇ, ਆਪਣੇ ਆਪ ਨੈਗੇਟਿਵ ਬਾਹਰ ਆਏਗੀ ਆਟੋਮੈਟਿਕਲ। ਮਾਸਟਰ ਜੀ, ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੀ ਹਾਂ, ਤੁਹਾਡੇ ਤੋਂ ਸਵਾਲ ਪੁੱਛਣੇ ਨੇ ਮੈਂ, ਪਰ ਤੁਸੀਂ ਜੋ ਗੱਲਾਂ ਬਾਤਾਂ ਕਰ ਰਹੀ ਹਾਂ, ਮੈਨੂੰ ਪੂਰਾ ਯਕੀਨ ਹੈ ਕਿ ਬਹੁਤੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਰਹੇ ਹੋਣਗੇ। ਪਰ ਇੱਥੇ ਮੈਂ ਜਾਣਨਾ ਚਾਹੂੰਗੀ ਕਿ ਤੁਹਾਡਾ ਵੈਸੇ ਰੀਅਲ ਨੇਮ ਰਾਜੇਸ਼ ਕੁਮਾਰ, ਰਾਜੇਸ਼ ਕੁਮਾਰ ਤੋਂ ਮਾਸਟਰ ਜੀ ਦਾ ਸਫ਼ਰ ਕਿਵੇਂ ਸੀਗਾ, ਕਿੱਥੇ ਤੁਹਾਡੀ ਮਾਸਟਰ ਜੀ ਵਾਲੀ ਸ਼ੁਰੂਆਤ ਸ਼ੁਰੂ ਹੋਈ, ਅਤੇ ਜੋ ਤੁਹਾਡੇ ਸਪੈਲਿੰਗ ਆ, MAA ਆ, ਮਾਂ, ਇਹਦੇ ਬਾਰੇ ਵੀ ਮੈਂ ਜ਼ਰੂਰ ਜਾਣੂੰਗੀ, ਥੋੜ੍ਹਾ ਜਿਹਾ ਦੱਸੋ ਇਹਦੇ ਬਾਰੇ। ਰਾਜੇਸ਼ ਕੁਮਾਰ ਦੇ 16 ਸਾਲ ਪਹਿਲੇ ਜਿੱਦਾਂ ਸੰਸਾਰ ਹੀ ਸਾਰੇ ਨਾਮ ਮਿਲੇ ਨੇ, ਉਹੀਓ ਮਾਇਆ ਸੰਸਾਰ ਸੀ, ਉਹੀਓ ਹੋਮੇ,
ਉਹੀਓ ਦੁੱਖ, ਉਹੀਓ ਅਸ਼ਾਂਤੀ, 120-200 ਬਲੱਡ ਪ੍ਰੈਸ਼ਰ, ਫੁੱਲ ਬਾਡੀ ਕੋਲੈਸਟਰੋਲ, ਉਹੀਓ ਸੰਸਾਰੀ ਆਪਣੀ ਏਅਰਲਾਈਨ ਸੀਗੀ, ਸਭ ਨੇ ਹਾਈ ਸੀਗੇ। ਫਿਰ ਸਡਨਲੀ ਜਦੋਂ ਡਾਕਟਰ ਨੇ ਕਿਹਾ ਪਾਣੀ ਵੀ ਸਬਜ਼ੀ ਖਾਣੀ, ਨਮਕ ਛੋਣਾ ਨਹੀਂ ਹੈ, ਆਉਣਾ ਨਹੀਂ ਪਏਗਾ, ਨਹੀਂ ਤਾਂ ਧਿਆਨ ਦੇ, ਅਤੇ ਉਹਦੇ ਬਾਅਦ ਲੱਗਿਆ ਯਾਰ ਮਰ ਜਾਣਾ ਸਰੀਰ ਨੇ। ਫਿਰ ਆਇਆ ਮਰ ਜਾਵਾਂਗੇ ਕੀ ਹੋਏਗਾ, ਫਿਰ ਜ਼ਿੰਦਗੀ ਦਾ ਗਿਆਨ ਲੈਂਦੀ ਉਤਸੁਕਤਾ ਹੋ ਗਈ। ਫਿਰ ਗਏ ਸੀ ਅਸੀਂ 4 ਦਿਨ ਤੋਂ 9 ਦਿਨ ਤੱਕ ਰਿਹਾ ਸੀ ਸੰਸਾਰ ਤੋਂ ਬਾਹਰ, 9 ਡੇਜ਼ ਸੰਸਾਰ ਤੋਂ ਡਿਸਕਨੈਕਟਿਡ ਸੀਗੇ, ਵਿਦ ਇਨ ਮੀ ਓਨਲੀ, 45 ਲੋਕ ਨਾਲ ਸੀਗੇ, ਪਰ ਸਾਇਲੈਂਸ ਮੰਗਿਆ ਸੀ। 9 ਦਿਨ ਬਾਅਦ ਆਇਆ ਤਾਂ ਪੁਰਾਣਾ ਰਾਜੇਸ਼ ਜਿਹੜਾ ਸੀਗਾ ਉਹ ਮਰ ਗਿਆ, ਸਮਝੋ ਚਿਤਾ ਜਲ ਗਈ, ਉਹ 180 ਡਿਗਰੀ ਆਊਟ ਆਫ ਫੇਸ, ਅਤੇ ਉਹ ਜੀਵਨ ਦਾ ਗਿਆਨ ਮਿਲ ਗਿਆ। ਗਿਆਨ ਕੀ? ਉਹ ਜਪਜੀ ਸਾਹਿਬ ਦਾ ਦਰਸ਼ਨ ਹੋ ਗਿਆ, ਜਪਜੀ ਸਾਹਿਬ ਦਾ ਦਰਸ਼ਨ, ਗੁਰੂ ਸਾਹਿਬ ਦਾ ਗਿਆਨ ਜਿਹੜਾ ਹੈ ਜੀਵਨ ਹੀ ਉਤਰ ਗਿਆ, ਗੁਰੂ ਗ੍ਰੰਥ ਸਾਹਿਬ ਜਿਹਦਾ ਗੁਰੂ ਪ੍ਰਗਟ ਹੋ ਗਏ, ਅਤੇ ਬਸ ਫਿਰ ਜੀਵਨ ਪ੍ਰਕਾਸ਼ ਆ ਗਿਆ। ਫਿਰ ਉਹਦੇ ਬਾਅਦ ਜਿਹਦਾ ਮੌਜ ਆ ਗਈ, ਮਸਤੀ ਆ ਗਈ, ਉਹੀਓ ਇਨਸਾਨ, ਉਹੀਓ ਜਿਹੜਾ ਹੈਗਾ ਸੀਗਾ ਜਿਹਦੇ ਲਈ ਪਾਣੀ ਦੀ ਸਬਜ਼ੀ ਔਰ ਬੰਦੀ ਸੀ ਅਲੱਗ, ਸਭ ਭੋਗ ਲਗਾ ਰਹੇ ਹਾਂ 16 ਸਾਲ ਤੋਂ, ਚੋਇਸਿਸ ਦਾ ਧਿਆਨ ਰੱਖਿਆ ਜਾਂਦਾ ਸੀ ਪਹਿਲਾਂ, ਹੁਣ ਨਾਰਮਲ ਹੋ ਗਏ, ਸਭ ਵਧੀਆ ਹੋ ਗਿਆ, ਫਸਟ ਕਲਾਸ ਸਰੀਰ, 16 ਸਾਲ 20 ਘੰਟੇ ਰੋਜ਼ ਬੋਲਣਾ, 20 ਆਵਰਸ ਅ ਡੇ ਨੋਨ ਸਟੋਪ ਫੋਰ 16 ਸਾਲ ਤੋਂ, 1-2 ਘੰਟੇ 3 ਘੰਟੇ ਹੀ ਸੋਂਦੇ ਹਾਂ ਫਰੈਸ਼, ਕਦੀ ਇੱਕ ਦਿਨ ਨਹੀਂ ਕਿ ਚੱਦਰ ਹੋਏ ਤਬੀਅਤ ਖਰਾਬ ਹੈ। ਅਤੇ ਉਹੀਓ ਗਿਆਨ ਜਦੋਂ ਮਿਲਿਆ, ਪ੍ਰਕਾਸ਼ ਆਇਆ, ਅਤੇ ਘਰ ਆਏ ਅਤੇ ਬਦਲੇ ਹੋਏ ਸੀਗੇ, ਆਫਿਸ ਜਦੋਂ ਗਏ ਅਤੇ ਕੋਈ ਕੰਪਨੀ ਵਾਲਾ ਆ ਰਿਹਾ, ਕੋਈ ਆ ਰਿਹਾ, ਸੁਣਾ ਰਿਹਾ, ਕੱਢਦੇ ਕੱਢਦੇ ਲੋਕ ਵੱਧਦੇ ਗਏ ਆਫਿਸ ਵਿੱਚੋਂ। 2007 ਵਿੱਚ ਮਿਲਿਆ ਸੀ ਇਹ ਪ੍ਰਸਾਦ, 2016 ਵੀ ਰਿਟਾਇਰ ਹੋਇਆ ਬਿਜ਼ਨਸ ਤੋਂ। ਉਹਦੇ ਬਾਅਦ ਜਿਹੜਾ ਫਿਰ ਲਗਾਤਾਰ ਦੇ ਰਹੇ ਸੀਗੇ, ਕੋਈ ਭਈਆ ਕਹਿੰਦਾ, ਕੋਈ ਅੰਕਲ, ਰਾਜੇਸ਼ ਕੋਈ ਕਹਿੰਦਾ ਸੀ ਨਾ, ਅਜਨਬੀ ਨਾਮ ਲੱਗਦਾ ਸੀਗਾ, ਉਹ ਰਾਜੇਸ਼ ਤਾਂ ਰਹੇ ਨਹੀਂ। ਫਿਰ ਕਰਦੇ ਕਰਦੇ 2023 ਆ ਗਿਆ, ਇੱਕ ਤੋਂ ਸ਼ੁਰੂ ਕੀਤਾ ਮੈਂ, ਪਬਲਿਕ ਨਹੀਂ ਕੀਤਾ, ਰਿਕਾਰਡਿੰਗ ਵੀ ਅਲਾਊ ਨਹੀਂ ਸੀ, 2017 ਵਿੱਚ ਪਹਿਲੀ ਰਿਕਾਰਡਿੰਗ ਦਿੱਤੀ ਮੈਂ, ਨਹੀਂ ਤਾਂ 1-to-1 ਫੇਸ ਟੂ ਫੇਸ। ਔਰ ਫਿਰ ਉਹਦੇ ਬਾਅਦ ਜਿਹੜਾ ਹੈ ਅੱਜ ਦੇਖੋ, 2023 ਤੱਕ ਮੈਂ 1-to-1 ਲੱਖ ਤੱਕ ਪਹੁੰਚ ਗਿਆ, ਰਾਊਂਡ ਦਾ ਵਰਲਡ, ਬਾਹਰ ਕੰਟਰੀਆਂ ਆਏ ਨੇ, ਇੰਡੀਆ ਸਭ ਲੋਕਾਂ ਦੇ ਅੰਦਰ ਚੜ੍ਹਦੇ। ਇਹਦੇ ਬਾਅਦ ਫਿਰ 2023 ਦਸੰਬਰ 'ਚ ਕਿਹਾ, ਨਾਓ ਲੈਟ ਅਸ ਗਿਫਟ ਟੂ ਦਾ ਵਰਲਡ, ਮੇਕਿੰਗ ਇਟ ਮਿਸ਼ਨ 800 ਕਰੋੜ, ਮੈਂ ਦੁਨੀਆ ਨੂੰ ਦੇ ਦਿੰਦੇ ਹਾਂ, ਐਕਸਪੈਰੀਮੈਂਟ ਹੋ ਗਿਆ, ਗਾਰੰਟਿਡ ਅਤੇ ਹੈਪੀਨੈਸ ਗਾਰੰਟਿਡ, ਮੈਂ ਤੁਝੇ ਦੁਖੀ ਨਹੀਂ ਹੋਣੇ ਦੂੰਗਾ, ਇਹ ਮੇਰਾ ਟੈਗ ਲਾਈਨ ਹੈ। ਔਰ ਕੁਛ ਨਹੀਂ ਛੱਡਣਾ, ਕੁਛ ਨਹੀਂ ਕਰਨਾ, ਕੋਈ ਲੈਣਾ ਦੇਣਾ ਨਹੀਂ, ਸਿਰਫ ਸੁਣਨਾ ਹੈ, ਇੱਕ ਵਾਣੀ ਹੈ, ਡੇ ਕੀਪਸ ਯੂਰ ਆਲ ਸਫਰਿੰਗ ਅਵੇ। ਮਾਸਟਰ ਜੀ ਫਿਰ ਸਾਰਿਆਂ ਨੇ ਕਿਹਾ, ਹੁਣ ਤਾਂ ਲੋਕ ਪੁੱਛਣਗੇ ਨਾ ਕੀ ਹੈ, ਕਿਉਂਕਿ ਮੈਨੂੰ ਭਈਆ ਕਹਿੰਦਾ, ਕੋਈ ਅੰਕਲ ਜੀ ਕਹਿੰਦਾ, ਮੈਂ ਫਿਰ ਹੈ ਨਾ ਇੱਦਾਂ ਹੀ ਲਿਖਦਾ ਚਲਾ ਗਿਆ। ਤੋ ਆ ਗਿਆ ਮਾਂ, MAA ਕੈਪੀਟਲ, STER ਸਮਾਲ, G ਕੈਪੀਟਲ, ਫਿਰ ਮੀਨਿੰਗ ਬਾਅਦ ਵਿੱਚ ਨਿਕਲਿਆ। ਅਤੇ ਮੈਂ ਮਾਂ ਜਿੱਦਾਂ ਜਨਮ ਦਿੰਦੀ ਹੈ ਸਰੀਰ ਨੂੰ, ਇੱਥੇ ਵੀ ਇੱਕ ਨਿਆ ਜਨਮ ਹੋਏਗਾ, ਜਿਹਨੂੰ ਕਹਿੰਦੇ ਦਿਵ ਹੈ, ਇੱਕ ਨਿਆ ਜਨਮ ਹੋਊਗਾ, ਅੰਦਰ ਚੇਤਨਾ ਤੋਂ ਪ੍ਰਕਾਸ਼ ਨਿਕਲੇਗਾ, ਸਟਰ ਸਟਾਇਰ, ਅੰਦਰ ਤੁਹਾਡੀ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਪੋਜ਼ਿਟਿਵਿਟੀ ਬਦਲੇਗੀ, ਇਹ ਵਾਣੀ ਐਬਜ਼ੋਰਬ ਕਰਕੇ ਲਏਗੀ। ਫਿਰ ਜੀ ਕੈਪੀਟਲ ਯਾਨੀ ਗੋਡ, ਗੋਡੀਜ਼ਮ, ਗੋਡ ਨੀ ਗੋਡੀਜ਼ਮ, ਬਲਿਸਫੁਲਨੈਸ, ਉਹ ਤੁਹਾਨੂੰ ਮਿਲੇਗੀ, ਆਨੰਦ ਆ ਜਾਊਗਾ, ਯਾਨੀ ਤੂੰ ਕੋਈ ਵੀ ਆਏਗਾ ਤੁਹਾਨੂੰ ਦੁਖੀ ਨਹੀਂ ਕਰੇਗਾ, ਰਜਾਈ ਵਿੱਚ ਆ ਜਾਓਗੇ। ਅਤੇ ਇਸ ਲਈ ਫਿਰ ਮਾਂ ਸਟਰ ਜੀ ਦੇ ਨਾਲ ਹੀ ਯੂਟਿਊਬ, ਇੰਸਟਾਗ੍ਰਾਮ ਸਾਰੇ 'ਤੇ ਲਾਂਚ ਕਰਤਾ, ਭਈ ਵਾਣੀ ਉਹਨਾਂ ਦੇ ਤਾਂ ਅਸੀਂ ਰੈਗੂਲਰ ਪਾ ਰਹੇ ਹਾਂ, ਅਲੱਗ ਅਲੱਗ ਸਬਜੈਕਟ ਨੇ, ਕਹਿੰਦਾ ਇੱਕ ਵਾਣੀ ਕਦੀ ਵੀ ਸੁਣ ਲਓ ਭਾਈ, ਸਵੇਰੇ ਮੋਰਨਿੰਗ ਵਾਚ ਵਿੱਚ, ਗੱਡੀ ਵਿੱਚ, ਸੌਣ ਦੇ ਟਾਈਮ, ਪਰ ਅਗਰ ਜਦੋਂ ਦੁਖੀ ਹੋ ਗਏ ਨਾ ਜ਼ਰੂਰ ਸੁਣਨਾ, 3-to-30 ਲੈਕਚਰਸ ਓਨਲੀ, 3-to-30, 3-to-30 ਤੱਕ ਸੁਣੋਗੇ ਜੀਵਨ 'ਚ, ਤੁਸੀਂ ਖੁਦ ਅਨੁਭਵ ਕਰੋਗੇ, ਖੋਣ ਨੂੰ ਕੁਛ ਹੈ ਹੀ ਨਹੀਂ, ਤੁਹਾਨੂੰ ਪਤਾ ਲੱਗੇਗਾ, ਫਿਰ ਤੁਸੀਂ ਜੀਵਨ 'ਚ ਇੰਨੀ ਮੌਜ ਮਸਤੀ 'ਚ ਵੱਧਦੇ ਲਗੋਗੇ, ਅਤੇ ਵੱਧਦੇ ਜਾਓ। ਫਿਰ ਦੇਖੋ ਇਹ ਹੈਪੀਨੈਸ ਕੰਟੀਨਿਊ ਜਦੋਂ ਚੱਲਦੀ ਹੈ, ਇਹੀ ਸੱਚਖੰਡ ਲੈ ਜਾਂਦੀ ਹੈ, ਸੱਚਿਆਰ ਹੋ ਜਾਂਦੇ। ਅਤੇ ਮਾਸਟਰ ਜੀ, ਜਿੱਦਾਂ ਤੁਹਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਨੇ, ਕਈ ਤਰ੍ਹਾਂ ਦੇ ਤੁਹਾਡੇ ਕੋਲ ਸਵਾਲ ਲੈ ਕੇ ਆਉਂਦੇ ਹੋਣੇ, ਕਈ ਤਾਂ ਕਾਮਨ ਹੀ ਹੋਣੇ, ਤੁਹਾਨੂੰ ਪਤਾ ਹੀ ਹੈ ਕਿ ਇਹ ਬੰਦਾ ਹੁਣ ਇਹੀ ਸਵਾਲ ਪੁੱਛੂਗਾ, ਕਈ ਇੱਦਾਂ ਦੇ ਸਵਾਲ
ਤੁਸੀਂ ਡਿਸਕਸ ਕਰੋ ਕਿ ਕਿੱਦਾਂ ਦੇ ਉਹ ਲੈ ਕੇ ਆਉਂਦੇ ਨੇ, ਜਿੱਦਾਂ ਤੁਸੀਂ ਵੀ ਸ਼ੌਕਡ ਹੋ ਜਾਂਦੇ ਆ ਕਿ ਇਸ ਚੀਜ਼ 'ਚੋਂ ਕਿਉਂ ਨਹੀਂ ਬਾਹਰ ਨਿਕਲ ਪਾਉਂਦੇ ਸਾਡੇ ਲੋਕ। ਦੇਖੋ ਮੇਰੇ ਕੋਲ ਗ੍ਰਸਤੀ ਹੈਗੇ ਸਾਰੇ, ਕਿਉਂਕਿ ਮੈਂ ਵੀ ਗ੍ਰਸਤ ਸੰਸਾਰ ਪਰਿਵਾਰ ਵਿੱਚ, ਮੇਰੇ ਕੋਲ ਸਾਦਾ ਪਰਿਵਾਰ ਵਾਲੇ ਆਉਣਗੇ ਤਾਂ ਆਪਣੇ ਦੁੱਖ ਹੀ ਲੈ ਕੇ ਆਉਣਗੇ, ਬਿਲਕੁਲ, ਅਤੇ ਸਾਰੇ ਦੁੱਖ ਲੈ ਗਏ, ਕੋਈ ਇੱਕ ਜਣਾ ਵੀ ਨਹੀਂ ਆਇਆ ਅੱਜ ਤੱਕ 16 ਸਾਲ ਜੋ ਆ ਕਹੇ ਇਹ ਮੈਨੂੰ ਰੱਬ ਤੋਂ ਮਿਲਾ ਸਕਦੇ ਹੋ, ਜਿੰਦਾ ਗੁਰੂ ਨਾਨਕ ਦੇਵ ਵੀ ਹੈਗੇ ਨਾ, ਨਹੀਂ ਹੈ, ਹੈਗੇ ਨੇ ਨਾ ਸੱਚਖੰਡ, ਪੁਛਾ ਸਕਦੇ ਹੋ, ਕਿਉਂਕਿ ਮੈਨੂੰ ਤਾਂ ਬਲਿਸ ਹੋਈ ਅਤੇ ਉਹ ਦਰਸ਼ਨ ਹੋਇਆ ਮੇਰਾ, ਚਾਹੇ ਉਹਨੂੰ ਗੀਤਾ ਕਹੋ, ਗੁਰੂ ਗ੍ਰੰਥ ਸਾਹਿਬ ਕਹੋ, ਬਾਈਬਲ ਕਹੋ, ਹੈ ਤਾਂ ਇੱਕ ਹੀ ਨਾ, ਉਹ ਇੱਕ ਓਂਕਾਰ ਸਤਨਾਮ, ਹਰ ਧਰਮ ਦੇ ਹਰ ਕੌਮ ਦੇ ਲੋਕ, ਪਰ ਕੋਈ ਆਇਆ ਹੀ ਨਹੀਂ, ਫਿਰ ਸਭ ਆਪਣੇ ਦੁੱਖ ਲੈ ਕੇ ਹਨ, ਮੇਰੇ ਬੱਚਿਆਂ ਦਾ ਐਵੇਂ, ਮੇਰਾ ਕੰਮ ਦਾ ਐਵੇਂ, ਪਰ ਯੂਥ ਦੇ ਅੰਦਰ ਜਿਹੜਾ ਮੇਨ ਚੀਜ਼ ਹੈ ਉਹੀ ਓ ਸਟ੍ਰੈਸ, ਰਿਲੇਸ਼ਨਸ਼ਿਪਸ ਸਭ ਤੋਂ ਵੱਡਾ, ਬਿਲਕੁਲ ਸਹੀ, ਬੇਟ ਅਤੇ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਲਈ ਬੱਚੇ ਪ੍ਰੋਬਲਮ ਨੇ, ਬੱਚਾ ਨਹੀਂ ਸੁਣਦੇ, ਬੱਚੇ ਮੰਨਦੇ ਨਹੀਂ ਹੈਗੇ, ਇਹ ਪੇਰੈਂਟਸ ਬੱਚਿਆਂ ਦੀ ਪ੍ਰੋਬਲਮ ਲੈ ਕੇ ਆਉਂਦੇ ਨੇ, ਬੱਚੇ ਆਪਣੀ ਪ੍ਰੋਬਲਮ ਰਿਲੇਸ਼ਨਸ਼ਿਪ ਦੀ ਲੈ ਕੇ ਆਉਂਦੇ, ਇਹ ਦੋ ਮੇਜਰ ਪ੍ਰੋਬਲਮ ਨੇ, ਔਰ ਇਹ ਦੋਨੋਂ ਚੀਜ਼ਾਂ ਦੇ ਅੰਦਰ ਹੀ ਕਿਤੇ ਨਾ ਕਿਤੇ ਦੋਨਾਂ ਦਾ ਸਟ੍ਰੈਸ ਵੱਧਦਾ ਜਾਂਦਾ ਹੈ। ਦੋਨੋਂ ਹੁਣ ਮੇਰੇ ਜਾਓਗੇ, ਹਜ਼ਾਰਾਂ ਲੋਕ ਹੈਗੇ, ਇੱਕ ਜਣਾ ਜੁੜਿਆ ਪੂਰਾ ਪਰਿਵਾਰ ਖਾਨਦਾਨ ਜੁੜ ਗਿਆ, ਅਤੇ ਸਾਰੇ ਘਰ ਦੇ ਅੰਦਰ ਸਾਰੇ ਬਾਣੀ ਸੁਣਦੇ ਨੇ, ਐਂਡ ਆਲ ਆਰ ਇੰਜੋਇੰਗ ਹੈਪੀ, ਕੁਛ ਵੀ ਨਹੀਂ ਕੀਤਾ, ਕਿਸੇ ਨਹੀਂ ਪੁੱਛੋਗੇ ਨਾ 16 ਜੋ ਵੀ ਮਿਲੇਗਾ ਕੀ ਕੀਤਾ, ਸਿਰਫ ਸੁਣਿਆ ਹੈ, ਸੁਣਦੇ ਸੁਣਦੇ ਮੌਜ ਆ ਗਈ, ਮਸਤੀ ਆ ਗਈ, ਆਨੰਦ ਆ ਗਿਆ, ਕੋਈ ਝੰਝਟ ਨਹੀਂ ਕਿ ਹਾਂ ਬਈ ਕੋਈ ਕਿਸੇ ਤਰ੍ਹਾਂ ਦਾ ਬਲੋਕੇਜ ਹੈ, ਕੋਈ ਬਾਈਂਡਿੰਗ ਹੈ, ਨਥਿੰਗ, ਪਰ ਕੋਈ ਚਾਰਜ ਨਹੀਂ ਹੈਗਾ, ਸਿਰਫ ਸੁਣਨਾ ਹੈ, ਘਰ ਬੈਠ ਕੇ ਆਰਾਮ ਨਾਲ ਸੁਣੋ, ਗੱਡੀ ਸੁਣੋ, ਅੱਧੀ ਸਵੇਰੇ ਸੁਣੀ, ਅੱਧੀ ਸ਼ਾਮ ਨੂੰ ਸੁਣੋ, ਕੁਐਸਚਨ ਜੋ ਵੀ ਉੱਠੇਗਾ ਅਗਲੀ ਬਾਣੀ ਅੰਦਰ ਆਨਸਰ ਖੁਦ ਮਿਲਦਾ ਜਾਏਗਾ ਆਟੋਮੈਟਿਕ, ਔਰ ਜੀਵਨ ਮੌਜ ਹੀ ਵੱਧਦਾ ਜਾਊਗਾ। ਮਾਸਟਰ ਜੀ, ਜਿੱਦਾਂ ਆਪਾਂ ਰਿਲੇਸ਼ਨਸ਼ਿਪ ਦੀ ਹੀ ਗੱਲ ਕੀਤੀ ਕਿ ਜਿਹੜੇ ਨੌਜਵਾਨ ਨੇ ਰਿਲੇਸ਼ਨਸ਼ਿਪ ਦੇ ਕਰਕੇ ਸਟ੍ਰੈਸਡ ਹੋ ਰਹੇ ਨੇ, ਰਿਲੇਸ਼ਨਸ਼ਿਪ ਘੱਟ, ਅੱਜ ਕੱਲ੍ਹ ਸਿਚੁਏਸ਼ਨਸ਼ਿਪ ਜ਼ਿਆਦਾ ਬਣ ਗਿਆ ਕਿ ਜਿੱਦਾਂ ਦੀ ਸਿਚੁਏਸ਼ਨ ਉੱਦਾਂ ਦਾ ਕਿਸੇ ਨਾਲ ਰਿਲੇਸ਼ਨ ਕ੍ਰੀਏਟ ਕਰ ਲਓ, ਜਿਹਨੂੰ ਆਪਾਂ ਕਹਿ ਲਈਏ ਕਿ ਅੱਜ ਕੱਲ੍ਹ ਸਾਰੇ ਮਤਲਬ ਦੇ ਨਾਲ ਹੀ ਇੱਕ ਦੂਜੇ ਦੇ ਨਾਲ ਜੁੜ ਰਹੇ ਹਾਂ, ਯੰਗਸਟਰਸ ਉੱਥੇ ਸਿਚੁਏਸ਼ਨਸ਼ਿਪ ਰਿਲੇਸ਼ਨਸ਼ਿਪ ਦੇ ਕਰਕੇ ਖਰਾਬ ਹੋ ਰਹੇ, ਪੇਰੈਂਟਸ ਨੂੰ ਬੱਚਿਆਂ ਦੀ ਫਿਕਰ ਹੋ ਰਹੀ ਹੈ, ਪਰ ਇਹਨਾਂ ਚੀਜ਼ਾਂ ਨੂੰ ਕਿੱਥੋਂ ਬੇਸਿਕ ਕਿਹੜੀ ਚੀਜ਼ ਹੈ ਜਿੱਥੇ ਸਭ ਤੋਂ ਪਹਿਲਾਂ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ, ਬੱਚਿਆਂ ਨੂੰ, ਮਾਪਿਆਂ ਨੂੰ ਕਿੱਥੋਂ ਸਮਝਾਇਆ ਜਾਵੇ? ਅੱਜ ਕੱਲ੍ਹ ਕਹਿੰਦੇ ਕਿ ਕੋਈ ਸੁਣਦਾ ਹੀ ਨਹੀਂ, ਬੱਚੇ ਕਹਿੰਦੇ ਕਿ ਸਾਡੇ ਮਾਪੇ ਸਾਨੂੰ ਸਮਝਦੇ ਨਹੀਂ ਹੋ, ਮਾਪੇ ਕਹਿੰਦੇ ਬੱਚੇ ਸਾਡੀ ਸੁਣਦੇ ਨਹੀਂ ਹੋ, ਕਿਉਂਕਿ ਪੇਸ਼ੈਂਸ ਖਤਮ ਹੋ ਗਿਆ, ਸਬਰ ਖਤਮ ਹੋ ਗਿਆ, ਸਬਰ ਨਹੀਂ ਹੈ ਕਿਸੇ ਵੀ ਚੀਜ਼ ਲਈ, ਇੱਕਦਮ ਇੰਸਟੈਂਟ ਹੋਣਾ ਚਾਹੀਦਾ, ਇੰਸਟੈਂਟ, ਬਿਲਕੁਲ ਸਹੀ, ਔਰ ਪੇਰੈਂਟਸ ਆਪਣੀ ਲਕੀਰ 'ਤੇ ਚੱਲ ਰਹੇ ਨੇ, ਉਹ ਐਂ ਨਹੀਂ ਦੇਖ ਰਹੇ 25 ਸਾਲ ਪਹਿਲੇ ਜਦੋਂ ਸੀਗੇ ਔਰ ਅੱਜ ਅਸੀਂ ਜਦੋਂ ਬੱਚੇ ਸੀ, ਜਵਾਨ ਸੀ, 25 ਸਾਲ ਹੀ ਬਹੁਤ ਵੱਡਾ ਗੈਪ ਆ ਗਿਆ, ਪੇਰੈਂਟਸ ਐਕਸੈਪਟ ਨਹੀਂ ਕਰ ਰਹੇ ਚੀਜ਼ਾਂ ਨੂੰ, ਅਤੇ ਬੱਚੇ ਜਿਹੜੀ ਸਟੇਟ 'ਤੇ ਚੱਲ ਰਹੇ ਨੇ ਉਹ ਕਹਿ ਰਹੇ ਨੇ, ਉਹ ਕਹਿੰਦੇ ਨੇ ਉਹੀ ਉਹੀ ਜਿੱਦਾਂ ਅਸੀਂ ਚੱਲਦੇ ਸੀਗੇ, ਅਤੇ ਇਹ ਬੜਾ ਕਲੈਸ਼ ਹੋ ਜਾਂਦਾ, ਇਸ ਲਈ ਬੱਚੇ ਸੁਣਨ ਨੂੰ ਰਾਜ਼ੀ ਨਹੀਂ ਹੁੰਦੇ, ਪੇਰੈਂਟਸ ਕਹਿਣ ਵੀ ਦੇ ਬਈ ਅੱਜ ਤੁਸੀਂ ਜਿਹੜਾ ਉਹਨਾਂ ਨਾਲ ਜਿਹੜਾ ਹੈ ਮਾਹੌਲ ਜੋ ਚੱਲ ਰਿਹਾ ਬਾਹਰ, ਸਿਚੁਏਸ਼ਨ ਜੋ ਚੱਲ ਰਹੀਆਂ ਨੇ, ਉਸ ਹਿਸਾਬ ਨਾਲ ਉਹਨਾਂ ਨਾਲ ਚੱਲਣਾ ਪਏਗਾ ਫਰੈਂਡਲੀ, ਫਿਰ ਤੁਹਾਨੂੰ ਉਹ ਸਮਝਣਗੇ, ਜਦੋਂ ਤੁਸੀਂ ਜਿਹੜਾ ਹੈ ਉਹਨਾਂ ਨੂੰ ਸਮਝੋਗੇ ਉਹ ਵੀ ਤੁਹਾਨੂੰ ਸਮਝਣ ਲੱਗਣਗੇ, ਇਹ ਕਦੋਂ ਹੋਏਗਾ? ਜਦੋਂ ਤੁਸੀਂ ਸਮਝ ਜਾਓਗੇ ਕਿ ਜੀਵਨ ਦਾ ਖੇਲ ਕੀ ਹੈ, ਵਾਟ ਇਜ਼ ਐਕਚੁਲੀ ਲਾਈਫ, ਜ਼ਿੰਦਗੀ ਹੈ ਕੀ, ਜਨਮ ਕਿਉਂ ਹੋਇਆ, ਇਹ ਸਭ ਗੇਮ, ਰੋਲ ਹੀ ਤਾਂ ਮਿਲਿਆ, ਗੁਰੂ ਸਾਹਿਬ ਕੀ ਕਹਿ ਰਹੇ, ਹੁਕਮ ਦੇ ਅੰਦਰ ਕੀ ਮਤਲਬ ਹੈ, ਪ੍ਰੀ ਸਕ੍ਰਿਪਟਿਡ ਹੈ ਬਈ ਪੂਰੀ ਮੂਵੀ, ਜਨਮ ਹੋਇਆ ਮਾਂ ਦੀ ਨਾਭੀ ਤੋਂ ਕੱਢੇ, ਡੈਡ ਬੋਡੀ ਸੀਗੇ, ਅੰਦਰ ਕੌਂਸ਼ੀਅਸ ਗਈ, ਚੇਤਨਾ ਗਈ, ਆਤਮਾ ਗਈ, ਨਾਲ ਚਿਪ ਗਿਆ ਭਾਗੇ ਦਾ, ਡੈਥ ਦੇ ਟਾਈਮ ਕੀ ਹੈ, ਐਨਰਜੀ ਵਿਦਡਰਾਅ ਕਰਦੀ ਹੈ ਡੈਥ,
ਨਾ ਕੋਈ ਜਨਮਦਾ ਨਾ ਕੋਈ ਮਰਦਾ ਹੈ, ਇਹ ਕੀ ਹੈ ਖੇਲ ਹੈ, ਜੋ ਰੋਲ ਮੰਗਿਆ ਸੀ ਉਹ ਰੋਲ ਕਰ, ਜਿਵੇਂ ਸ਼ਾਹਰੁਖ ਖਾਨ ਕਰਿਸ਼ਮਾ ਰੋਲ ਕਰਦੇ ਕੈਮਰੇ ਦੇ ਅੱਗੇ, ਪਤੀ ਪਤਨੀ ਥੋੜ੍ਹੀ ਨੇ, ਅਮਿਤਾਭ ਦਾ ਬੱਚਾ ਥੋੜ੍ਹੀ ਹੈ, ਰਿਤਿਕ ਰੋਸ਼ਨ ਐਕਟ ਕਰ ਰਹੇ ਨੇ, ਤੁਸੀਂ ਇਹ ਸਮਝੋ ਤੁਹਾਡੀ ਰੋਲ ਕਰ ਰਹੇ ਹੋ, ਜਨਮਾਂ ਦੇ ਨਾਲ ਇੱਕ ਕਥਾ ਜੁੜੀ ਹੈ, ਲੱਖਾਂ ਵਾਰ ਆ ਗਏ ਜਨਮ ਲੈ ਕੇ, ਅੱਗੇ ਜਿਹੜਾ ਕਿੱਥੇ ਜਾਣਾ ਹੈ ਇਹ ਸੋਚੋ, ਸੱਚਖੰਡ ਜਾਣਾ ਰੋਲ ਸਮਝੋ ਜ਼ਿੰਦਗੀ ਨੂੰ, ਰੀਅਲ ਹੀਰੋ ਬਣ ਜਾਓ, ਉਹ ਰੀਅਲ ਹੀਰੋ ਨੇ ਪ੍ਰੀ ਸਕ੍ਰਿਪਟ, ਤੁਹਾਡਾ ਸਕ੍ਰਿਪਟ ਅੰਦਰ ਹੈ, ਚਿਪ ਲੱਗੀ ਹੋਈ ਹੈ, ਰੋਲ ਅਦਾ ਕਰੋ ਅਤੇ ਜੀਵਨ ਦਾ ਗਿਆਨ ਮਿਲ ਜਾਏ ਅਤੇ ਫਿਰ ਕਲੈਸ਼ ਖਤਮ ਹੋ ਜਾਊਗਾ, ਮੌਜ ਆ ਜਾਊਗੀ। ਜਿੱਦਾਂ ਤੁਸੀਂ ਐਕਟਰ ਦਾ ਹੀ ਐਗਜ਼ਾਮਪਲ ਦਿੱਤਾ ਸ਼ਾਹਰੁਖ ਖਾਨ, ਇੱਦਾਂ ਐਕਟਰਸ ਦੀਆਂ ਫਿਲਮਾਂ ਦੇਖਦੇ ਕਿ ਅੱਜ ਕੱਲ੍ਹ ਦੇ ਰਿਲੇਸ਼ਨਸ਼ਿਪ ਵੀ ਬਣ ਰਹੇ ਆ, ਪਰ ਉਹਨਾਂ 'ਚੋਂ ਨਿਕਲ ਨਹੀਂ ਪਾ ਰਹੇ, ਭਾਵੇਂ ਉਹ ਕੁੜੀਆਂ ਭਾਵੇਂ ਉਹ ਮੁੰਡੇ, ਇੰਨੇ ਜ਼ਿਆਦਾ ਸਟ੍ਰੈਸਡ ਹੋ ਰਹੇ ਆ, ਨਹੀਂ 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 ਕਿਤੇ ਹੋਪ ਹੈਗੀ ਆ ਕਿ ਰਿਸ਼ਤਾ ਫਿਰ ਜੁੜ ਜੂਗਾ, ਇਹ ਚੀਜ਼ਾਂ ਤੋਂ ਅਸੀਂ ਬਾਹਰ ਨਹੀਂ ਹੈਗਾ, ਕੁਛ ਨਾ ਕੁਛ ਸਾਡਾ ਉੱਧਰ ਬਣ ਜਾਣੀ ਹੈ ਗੱਲ, ਉਹ ਸ਼ਾਇਦ ਐਕਸੈਪਟ ਨਹੀਂ ਕਰ ਰਹੇ ਰਿਐਲਿਟੀ ਨੂੰ, ਜਾਂ ਉਸ ਝੂਠ 'ਚ ਹੀ ਰਹਿਣਾ ਚਾਹੁੰਦੇ ਨੇ। ਉਹਨਾਂ ਚੀਜ਼ਾਂ ਤੋਂ ਜਿਹੜੇ ਨੌਜਵਾਨ ਨੇ ਜੋ ਰਿਲੇਸ਼ਨਸ਼ਿਪ ਦੇ ਵਿੱਚ ਨੇ, ਪਤਾ ਆ ਅੱਗੇ ਕੁਛ ਨਹੀਂ ਹੈਗਾ, ਪਰ ਨਿਕਲ ਨਹੀਂ ਪਾ ਰਹੇ, ਕਿਉਂਕਿ ਰਿਐਲਿਟੀ ਦਾ ਪਤਾ ਹੀ ਨਹੀਂ ਨਾ, ਜਦੋਂ ਤੁਹਾਨੂੰ ਡੈਫੀਨੇਸ਼ਨ ਹੀ ਨਹੀਂ ਪਤਾ, ਪਿਆਰ ਕਹਿੰਦੇ ਆ, ਪਿਆਰ ਕੌਣ ਕਰਦਾ, ਨੋ ਬੋਡੀ ਲਵਸ ਨੋ ਬੋਡੀ, ਇਹ ਮੇਰੀ ਟੈਗ ਲਾਈਨ ਹੈ, ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਅਸੀਂ ਪਿਆਰ ਕਿਹਨੂੰ ਕਹਿੰਦੇ ਹਾਂ, ਤੂੰ ਮੇਰੇ ਲਈ ਕੁਛ ਕਰ ਮੈਂ ਤੇਰੇ ਲਈ ਕੁਛ ਕਰਾਂਗਾ, ਤੂੰ ਮੈਨੂੰ ਕੁਛ ਦੇ ਮੈਂ ਤੁਹਾਨੂੰ ਦੇਵਾਂਗਾ, ਮਤਲਬ ਟ੍ਰਾਂਜੈਕਸ਼ਨਸ ਹੈਗੀ, ਵਪਾਰ ਹੈਗਾ, ਤੂੰ ਮੇਰੇ ਕੋਲ ਆਇਆ ਸੀਗਾ ਹੋਸਪਿਟਲ, ਮੈਂ ਵੀ ਆਵਾਂਗਾ, ਤੂੰ ਮੈਨੂੰ ਬਰਥਡੇ ਗਿਫਟ ਦਿੱਤਾ, ਮੈਂ ਵੀ ਦੇਵਾਂਗਾ, ਤੂੰ ਮੇਰੇ ਸ਼ਾਦੀ 'ਤੇ ਆਇਆ, ਮੈਂ ਵੀ ਆਵਾਂਗਾ, ਟ੍ਰਾਂਜੈਕਸ਼ਨ ਚੱਲ ਰਹੀ ਹੈ, ਵਪਾਰ ਹੈ, ਪਿਆਰ ਕੀ ਹੈ, ਪਿਆਰ ਸਿਰਫ ਦਿੰਦਾ ਹੈ, ਐਕਸਪੈਕਟੇਸ਼ਨ 'ਚ ਅਟੈਚਮੈਂਟ ਨਹੀਂ ਰੱਖਦਾ, ਰੱਬ ਪਿਆਰ ਕਰ ਰਿਹਾ ਉਸ ਤੱਕ ਸਾਨੂੰ ਕਰ, ਪਿਆਰ ਦੀ ਡੈਫੀਨੇਸ਼ਨ ਹੀ ਨਹੀਂ ਪਤਾ, ਤਾਂ ਨੈਚੁਰਲੀ ਗੱਲ ਹੈ, ਵੇਅਰ ਦੇ ਇਜ਼ ਨੋ ਲਵ ਡਿਫਰੈਂਸ ਹੀ ਜਾਣਗੇ, ਅਟੈਚਮੈਂਟ ਹੈ, ਵਪਾਰ ਹੈ, ਪਿਆਰ ਨਹੀਂ, ਉਹ ਸਮਝਣਾ ਜ਼ਰੂਰੀ ਹੈ, ਪਿਆਰ ਕਰਨਾ, ਰੱਬ ਸਾਨੂੰ ਪਿਆਰ ਕਰਦਾ, ਅਸੀਂ ਉਹਨੂੰ ਮਿਲਣਾ ਚਾਹੀਏ ਨਾ ਚਾਹੀਏ, ਅਤੇ ਉਹ ਸਮਝ ਆ ਜਾਏ ਪਿਆਰ, ਅਤੇ ਮੌਜ ਹੀ ਮੌਜ ਆ, ਪੇਸ਼ੈਂਸ ਆ ਗਈ। ਮਾਸਟਰ ਜੀ, ਇੱਕ ਮਤਲਬ ਕਿ ਜਦੋਂ ਕੋਈ ਡਿਪਰੈਸ਼ਨ 'ਚ ਜਾਂਦਾ ਜਾਂ ਜੋ ਬਹੁਤ ਜ਼ਿਆਦਾ ਸਟ੍ਰੈਸਡ ਹੈਗਾ ਆ, ਕਿਸੇ ਵੀ ਏਜ ਦਾ ਇਨਸਾਨ ਆ, ਅਕਸਰ ਆਸੇ ਪਾਸੇ ਵੀ ਸੁਣਦਾ ਜਾਂ ਜਦੋਂ ਕੋਈ ਮੋਟੀਵੇਸ਼ਨਲ ਵੀਡੀਓਜ਼ ਦੇਖਦਾ, ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਹੁੰਦਾ ਕਿ ਤੁਸੀਂ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਕਿੰਨਾ ਕੁ ਵਰਕ ਕਰਦੀ ਹੈ ਸਟ੍ਰੈਸ ਨੂੰ ਦੂਰ ਕਰਨ ਦੇ ਲਈ, ਅਤੇ ਕਿਵੇਂ ਕੀਤੀ ਜਾਵੇ ਮੈਡੀਟੇਸ਼ਨ? ਮੇਰੇ ਵਰਗੀ ਨੂੰ ਅੱਖਾਂ ਬੰਦ ਕਰਕੇ ਥੋੜ੍ਹੀ ਦੇਰ ਬਹਿੰਦੀ ਆ, ਫੋਨ ਚੱਕ ਕੇ ਦੇਖਦੇ ਕਿੰਨਾ ਟਾਈਮ ਹੋ ਗਿਆ ਮੈਨੂੰ ਅੱਖਾਂ ਬੰਦ ਕੀਤੀਆਂ ਨੂੰ, ਇਹਨਾਂ ਚੀਜ਼ਾਂ ਦਾ ਜ਼ਰੂਰ ਜਾਂਦੇ ਜਾਂਦੇ ਜਵਾਬ ਦਿਓ। ਦੇਖੋ, ਮੈਡੀਟੇਸ਼ਨ ਜਿਹੜਾ ਪ੍ਰੋਸੈਸ ਨਹੀਂ ਹੈ, ਮੈਡੀਟੇਸ਼ਨ ਰਿਜ਼ਲਟ ਹੈ ਜੀ, ਧਿਆਨ ਜਿਹੜਾ ਹੈ ਉਹ ਰਿਜ਼ਲਟ ਹੈ, ਕਿ ਧਿਆਨ ਕਿੱਦਾਂ ਲੱਗੇਗਾ, ਸਹੀ ਗੱਲ ਕਹਿ ਰਹੇ ਹੋ, ਥੋਟਸ ਹੈ ਨਾ, ਵਿਚਾਰ ਅੰਦਰ ਚੱਲ ਰਹੇ ਨੇ, ਮੇਰੇ ਵਿਚਾਰ ਦੌੜ ਰਹੇ ਨੇ, ਆਫਿਸ, ਕੰਮ, ਬੱਚੇ, ਦੁਨੀਆ, ਅਤੇ ਥੋਟਸ ਦੇ ਉੱਪਰ ਵਰਕ ਕਰਨਾ ਹੈ, ਥੋਟਸ ਨੂੰ ਐਨਾਲਾਈਜ਼ ਕਰੋ, ਵਿਚਾਰ ਕਿੱਧਰ ਦੌੜ ਰਹੇ ਨੇ, ਥੋਟਸ ਇੰਜਨ ਹੈ ਮੇਨ, ਜਿਹੜੇ ਤੁਹਾਨੂੰ ਬਾਹਰ ਲੈ ਕੇ ਜਾਂਦੇ ਨੇ, ਵਿਚਾਰ ਆਉਂਦੇ ਨੇ, ਬੁੱਧੀ ਕਹਿੰਦੀ ਯੈਸ, ਬੋਡੀ ਐਕਸ਼ਨ ਲੈਂਦੀ ਹੈ, ਅਤੇ ਅੱਖ ਬੰਦ ਕਰ ਲਈ, ਵਿਚਾਰ ਹੋਰ ਤੇਜ਼ ਦੌੜਨਗੇ, ਅਤੇ ਮੇਨ ਵਿਚਾਰਾਂ ਨੂੰ ਸਟੇਬਲ ਕਰਨਾ ਹੈਗਾ। ਮੈਡੀਟੇਸ਼ਨ ਮੀਨ ਅੱਖ ਬੰਦ ਕਰਨਾ ਨਹੀਂ ਹੈ, ਮੈਡੀਟੇਸ਼ਨ ਧਿਆਨ ਕਰੋ, ਕਹਿੰਦੇ ਗੁਰੂ ਦੇ ਵਚਨਾਂ 'ਤੇ, ਗੁਰੂ ਸਾਹਿਬ ਦੇ ਵਚਨ ਹੈਗੇ ਨਾ, ਕਿ ਬਈ ਤੂੰ ਆਪਣੇ ਜੀਵਨ ਦੇ ਅੰਦਰ ਦੇਖ, ਤੂੰ ਬਾਰ ਬਾਰ ਜਿਸ ਚੀਜ਼ 'ਤੇ ਸਟ੍ਰੈਸ ਲੈ ਰਿਹਾ, ਉਹ 10 ਪੁਆਇੰਟ ਹੋਣਗੇ ਜ਼ਿੰਦਗੀ ਦੇ, ਉਹਨਾਂ ਨੂੰ ਐਨਾਲਾਈਜ਼ ਕਰ, ਰਿਜ਼ਲਟ ਨਿਕਾਲ, ਅੰਦਰ ਫਰੈਸ਼ ਹੋ ਗਿਆ, ਕੂਲ ਹੋ ਗਿਆ, ਧਿਆਨ ਹੋ ਗਿਆ। ਧਿਆਨ ਦਾ ਮਤਲਬ ਹੈ ਅੰਦਰ ਦੀ ਸ਼ਾਂਤੀ, ਪਰ ਅੰਦਰ ਵਿਚਾਰ ਦੌੜ ਰਹੇ ਨੇ, ਅੱਖ ਬੰਦ ਕਰਕੇ ਬੈਠ ਗਏ ਤਾਂ ਕੀ ਹੋਏਗਾ, ਦੇਖਾਂਗੇ ਬਾਰ ਬਾਰ ਖੜੀ, ਫਿਰ ਸੋਚਾਂਗੇ ਅੱਧਾ ਘੰਟਾ ਮੈਂ ਧਿਆਨ ਕੀਤਾ, ਨਹੀਂ, ਬ੍ਰੇਨ ਡੈਮੇਜ ਹੋ ਜਾਂਦਾ, ਜ਼ਿਆਦਾ ਧਿਆਨ ਕਰਨ ਜਾਵਾਂਗੇ ਬ੍ਰੇਨ ਸਟ੍ਰੈਸ ਆ ਜਾਏਗਾ, ਥੋਟਸ ਅੰਦਰ ਦੌੜ, ਅੱਖਾਂ ਕੋਲੀਆਂ ਸਟ੍ਰੈਸ ਨਹੀਂ ਹੈ ਕਿਉਂਕਿ ਥੋਟ ਬਾਹਰ ਦੌੜ ਰਹੇ ਨੇ, ਤਾਂ ਮੇਨ ਹੈ ਥੋਟਸ ਨੂੰ ਦੇਖੋ, ਓਬਜ਼ਰਵ ਯੂਅਰ ਥੋਟਸ, ਆਪਣੇ ਵਿਚਾਰਾਂ ਨੂੰ ਦੇਖੋ ਕਿ ਕਿੱਧਰ ਦੌੜੇ, ਉਹਨਾਂ ਨੂੰ ਸ਼ਾਂਤ ਕਰੋ ਨਾ, ਸ਼ਾਂਤ ਹੋ ਗਏ, ਧਿਆਨ ਹੋ ਗਿਆ, ਮੌਜ ਹੋ ਗਈ, ਬਸ ਹੋਰ ਕੁਝ ਨਹੀਂ ਕਰਨਾ, ਗਿਆਨ ਆ ਗਿਆ, ਥੋਟ ਚਲੇ ਗਏ, ਅਨਿਸਰਲੀ ਥੋਟ ਦੌੜ ਰਹੇ ਨੇ, ਇੱਕ ਵਾਰੀ ਚਲੇ ਗਏ ਥੋਟ, ਸ਼ਾਂਤੀ ਆ ਜਾਏਗੀ, ਧਿਆਨ ਹੋ ਗਿਆ।
ਜੀ ਮਾਸਟਰ ਜੀ, ਮੇਰਾ ਵੈਸੇ ਦਿਲ ਤਾਂ ਕਰਦਾ ਕਿ ਮੈਂ ਤੁਹਾਡੇ ਨਾਲ ਬੈਠੇ ਗੱਲਾਂ ਕਰੀ ਹੀ ਜਾਵਾਂ, ਕਿਉਂਕਿ ਕਦੀ ਕਦੀ ਮੌਕਾ ਮਿਲਦਾ ਆ ਕਿ ਇੱਦਾਂ ਪੋਜ਼ਿਟਿਵ ਗੱਲਾਂ ਕਿਸੇ ਤੋਂ ਸੁਣੀਏ, ਤਾਂ ਮੈਨੂੰ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਪਰ ਸਮੇਂ ਦੇ ਨਾਲ ਚੱਲਣਾ ਪੈਣਾ, ਤੁਹਾਡਾ ਵੀ ਅੱਜ ਵਾਧੂ ਸਮਾਂ ਲੈ ਲਿਆ ਅੱਜ, ਅਸੀਂ ਤੁਸੀਂ ਅੱਗੇ ਵੀ ਜਾਣਾ ਟਾਈਮ ਦਿੱਤਾ ਹੋਇਆ, ਪਰ ਜਾਂਦੇ ਜਾਂਦੇ ਥੋੜ੍ਹਾ ਜਿਹਾ, ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਸਾਰੀਆਂ ਹੀ ਲੋਕਾਂ ਦੇ ਲਈ ਮੈਨੂੰ ਲੱਗਦਾ ਕਿ ਲਾਭਦਾਇਕ ਆ, ਉਹਨਾਂ ਦੇ ਕੁਐਸਚਨ ਜਿਹੜੇ ਨੇ ਉਹਨਾਂ ਦੇ ਆਨਸਰ ਮਿਲ ਗਏ, ਪਰ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬਸ ਇੰਨਾ ਹੀ ਕਹਾਂਗਾ, ਇਹ ਪੂਰਾ ਵਿਸ਼ਵ ਇੱਕ ਪਰਿਵਾਰ ਹੈ, ਗੁਰੂ ਸਾਹਿਬ ਨੇ ਕਿਹਾ ਇੱਕ ਹੈਗੇ ਹਾਂ ਅਸੀਂ, ਸਭ ਇੱਕ ਹੀ ਜਗ੍ਹਾ ਜਾਣਾ ਹੈ, ਪਰ ਅਸੀਂ ਦੁਖੀ ਹੈਗੇ ਹਾਂ। ਇਹ ਕੁਛ ਮੈਂ ਰਿਸਰਚ ਕੀਤੀ, ਖੋਜ ਕੀਤੀ, ਸੁਣੋ, 3 to 30 ਲੈਕਚਰ ਸੁਣੋਗੇ, ਗਿਆਨ ਜੀਵਨ ਦਾ ਹੋਊਗਾ ਅਤੇ ਮੌਜ ਵਧਦੀ ਜਾਊਗੀ, ਗਾਰੰਟਿਡ। ਸਿਰਫ ਸੁਣਨਾ ਹੈ, ਅੱਜ ਚਾਹੇ ਰੱਬ ਨੇ ਇੱਥੇ ਭੇਜਿਆ, ਜੋ ਵੀ ਸੁਣੇਗਾ ਇੱਕ ਵਾਰ ਜ਼ਰੂਰ ਕੋਸ਼ਿਸ਼ ਕਰੋ ਸੁਣ ਕੇ। ਇਹ ਮਨੁੱਖ ਜਨਮ ਬੜਾ ਕੀਮਤੀ ਹੈ, ਕਹਿੰਦੇ ਨੇ ਸਰਵ ਸ਼੍ਰੇਸ਼ਠ ਹੈ, ਜਾਨਵਰ ਪੰਛੀ ਕੀੜੇ ਮਕੌੜੇ ਪੇੜ ਪਾੜ ਥੋੜ੍ਹੀ ਮੌਜ ਲੈਣਗੇ। ਅਸੀਂ ਕਿਉਂ ਦੁਖੀ ਹੈਗੇ ਹਾਂ? ਕਿਉਂਕਿ ਜੀਵਨ ਨੂੰ ਸਮਝ ਨਹੀਂ ਪਾਇਆ, ਇੰਸਟਰੂਮੈਂਟ ਮਿਲਿਆ ਹੈ, ਕਿਉਂ ਮਿਲਿਆ, ਕਿਵੇਂ ਚੱਲਣਾ। ਇੱਕ ਵਾਰੀ ਸੁਣੋਗੇ ਤਾਂ ਆਪਣੇ ਆਪ ਜੀਵਨ ਦਾ ਉਹ ਪਾਰਦਰਸ਼ੀਪਨ ਜਿਹੜਾ ਆਉਂਦਾ ਜਾਏਗਾ, ਅਲੱਗ ਨਹੀਂ ਹੈ ਕੁਛ, ਇਹੀ ਜਪੁ ਜੀ ਸਾਹਿਬ, ਗੁਰੂ ਗ੍ਰੰਥ ਸਾਹਿਬ, ਗੀਤਾ, ਸਭ ਗ੍ਰੰਥਾਂ 'ਚ ਲਿਖਿਆ ਹੈ। ਮੈਂ ਅਨੁਭਵ ਕੀਤਾ ਹੈ, ਹਰ ਲਾਈਨ ਮੇਰਾ ਅਨੁਭਵ ਹੈ, ਜੋ ਵੀ ਸੁਣੋਗੇ ਮੇਰਾ ਅਨੁਭਵ ਹੈ, ਅਤੇ ਅਨੁਭਵ ਉਹਨਾਂ ਨਾਲ ਮੈਚ ਕਰਦਾ। ਬਸ ਸਿਰਫ 3 to 30 ਲੈਕਚਰ ਸੁਣੋ, ਵਾਣੀ ਜਿਹਨੂੰ ਕਹਿੰਦੇ ਅਸੀਂ, ਔਰ ਜੀਵਨ ਦੀ ਮੌਜ 'ਚ ਆ ਜਾਓ। ਬਹੁਤ ਬਹੁਤ ਸ਼ੁਕਰੀਆ ਮਾਸਟਰ ਜੀ, ਅਤੇ ਮੈਨੂੰ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ। ਮੈਂ ਵੀ ਖੁਸ਼ ਹਾਂ। ਅੱਛਾ ਲੱਗ। ਸੋ ਦੋਸਤੋ, ਉਮੀਦ ਕਰਦੀ ਹਾਂ ਕਿ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣੀਆਂ, ਜਿਹੜੇ ਤੁਹਾਡੇ ਮਨਾਂ ਦੇ ਅੰਦਰ, ਦਿਮਾਗ ਦੇ ਅੰਦਰ ਸਵਾਲ ਨੇ ਉਹਨਾਂ ਦੇ ਜਵਾਬ ਵੀ ਮਿਲੇ ਹੋਣੇ ਆ। ਅਤੇ ਪ੍ਰੋਗਰਾਮ ਕਿਵੇਂ ਦਾ ਲੱਗਿਆ ਉਹ ਵੀ ਦੱਸਿਓ, ਲਾਈਕ ਵੀ ਕਰਿਓ ਅਤੇ ਸ਼ੇਅਰ ਵੀ ਕਰਿਓ। ਹੁਣ ਮੈਨੂੰ ਨੀਲਮ ਕੁਈਨ ਨੂੰ ਦਿਓ ਇਜਾਜ਼ਤ, ਤੁਸੀਂ ਦੇ ਦਿਓ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ। Thank you.